ਅੱਜ ਨਾ ਕੋਈ ਤਿਆਰੀ ਨਾ ਕੋਈ ਵਿਆਰੀ ਤੇ ਨਾ ਹੀ ਕੋਈ ਹੁਸ਼ਿਆਰੀ ਹੋਣੀ ਹੈ ਪ੍ਰੋਗਰਾਮ ਦੇ ਵਿੱਚ ਉਸੇ ਤਰ੍ਹਾਂ ਦੇ ਨਾਲ ਗੱਲਬਾਤ ਜਾਰੀ ਰਹੇਗੀ ਜਾਂ ਗੱਲਬਾਤ ਕਰਾਂਗੇ ਪਰ ਗੱਲਬਾਤ ਕੁਝ ਵੱਖਰੀ ਹੋਏਗੀ ਕੁਝ ਨਵੀਂ ਵੀ ਹੋਏਗੀ ਕੁਝ ਕੋ ਪਰਦੇ ਪਿਛਲੀਆਂ ਚੀਜ਼ਾਂ ਜਿਹੜੀਆਂ ਉਹ ਅਸੀਂ ਤੁਹਾਨੂੰ ਦੱਸਾਂਗੇ ਅਦਰਵਾਇਜ਼ ਹੁੰਦਾ ਕਿ ਤੁਸੀਂ ਕੋਈ ਸਵਾਲ ਕਰ ਦਿਓ ਜਾਂ ਕਈ ਵਾਰੀ ਤੁਹਾਡੇ ਕੋਈ ਸ਼ਿਕਵੇ ਹੁੰਦੇ ਆ ਪਰ ਅੱਜ ਉਹਨਾਂ ਤੋਂ ਹਟ ਕੇ ਕੁਝ ਵੱਖਰਾ ਕਰਾਂਗੇ ਕੁਝ ਖਾਸ ਮਹਿਮਾਨ ਸਾਡੇ ਸਟੂਡੀਓ ਦੇ ਵਿੱਚ ਆਏ ਆ ਉਹਨਾਂ ਨਾਲ ਗੱਲਬਾਤ ਕਰਾਂਗੇ ਥੋੜੀ ਜਿਹੀ ਪਹਿਲਾਂ ਮੈਂ ਇੰਟਰੋ ਕਰਾ ਦੇਣਾ ਉਸ ਤੋਂ ਬਾਅਦ ਗੱਲਾਂ ਬਾਤਾਂ ਹੌਲੀ ਹੌਲੀ ਦਿਲ ਦੀਆਂ ਜਿਹੜੀਆਂ ਖੋਲ ਲਾਂਗੇ ਸਾਡੀ ਮੈਨੇਜਮੈਂਟ ਟੀਮ ਦੇ ਜਿਹੜੇ ਨੇ ਮੋਰਗਨ ਦੇ ਵਿੱਚੋਂ ਇੱਕ ਨੇ ਪ੍ਰਗਟਜੀਤ ਸਿੰਘ ਸੰਧੂ ਤਾਂ ਉਹ ਜਿਹੜੇ ਆ ਕਿ ਅਮਰੀਕਾ ਤੋਂ ਇੰਡੀਆ ਪੰਜਾਬ ਆਏ ਅਨਫਰਚੂਨੇਟਲੀ ਉਹਨਾਂ ਨੂੰ ਆਉਣਾ ਪਿਆ ਤਾਂ ਉਹ অলਮੋਸਟ ਬਹੁਤਿਆਂ ਨੇ ਪੋਸਟ ਵੀ ਦੇਖੀ ਹੋਊਗੀ ਉਸ ਬਾਬਤ ਵੀ ਗੱਲਬਾਤ ਕਰਾਂਗੇ ਉਸ ਤੋਂ ਇਲਾਵਾ ਕੁਝ ਹੋਰ ਦਿਲ ਦੀ ਗੱਲਬਾਤ ਕਰ ਲਾਂਗੇ ਸੋ ਪਹਿਲਾਂ ਉਹਨਾਂ ਦਾ ਸਵਾਗਤ ਕਰ ਲਗੇ ਤੇ ਫਿਰ ਗੱਲਬਾਤਾਂ ਜਿਹੜੀਆਂ ਉਹ ਅੱਗੇ ਵੱਲ ਨੂੰ ਜਾ ਕੇ ਖੋਲਦੇ ਆ ਸੰਤੂ ਸਾਹਿਬ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਭਾਨ ਸਾਹਿਬ ਥੈਂਕ ਯੂ ਬਸ ਠੀਕ ਹੈ ਜੀ ਤੁਹਾਡੇ ਦਰਸ਼ਨ ਹੋ ਗਏ ਆ ਚਲੋ ਮਿਹਰਬਾਨੀ ਸਾਨੇ ਵੀ ਤੁਹਾਡੇ ਦਰਸ਼ਨ ਹੋ ਗਏ ਜੀ ਤੇ ਨਾਲ ਦੀ ਨਾਲ ਆਡੀਅנס ਨੂੰ ਵੀ ਇਹ ਆ ਕਿ ਅੱਜ ਆਪਣੀ ਗੱਲਬਾਤ ਹੋਏਗੀ ਠੀਕ ਨਹੀਂ ਜਿੰਨੇ ਵੀ ਜੁੜੇ ਨੇ ਜਿਹੜੇ ਦੇਖ ਰਹੇ ਨੇ ਮੈਂ ਸਾਰਿਆਂ ਨੂੰ ਜੀ ਆਇਆਂ ਆਖਦਾ ਔਰ ਮਤਲਬ ਗੱਲਬਾਤ ਖੁੱਲੀ ਹੋਗੀ ਜੁੜੇ ਰਹੋ ਤੁਹਾਨੂੰ ਵਧੀਆ ਲੱਗੂਗਾ ਬਹੁਤ ਸਾਰੀ ਨੌਲੇਜ ਮਿਲੂਗੀ ਬਹੁਤ ਸਾਰੀਆਂ ਗੱਲਾਂ ਹੀ ਮਤਲਬ ਸਮਝ ਲਓ ਘਰ 'ਚ ਬੈਠੇ ਆ ਇੱਥੇ ਕਿਸੇ ਦੀ ਇੰਟਰਵਿਊ ਨਹੀਂ ਗਈ ਕੁਝ ਨਹੀਂ ਆ ਖੁੱਲੀ ਗੱਲਬਾਤ ਜੀ ਬਿਲਕੁਲ ਖੁੱਲੀ ਗੱਲਬਾਤ ਹੋਊਗੀ ਹਾਂਜੀ ਭਾਜੀ ਪਹਿਲਾਂ ਤਾਂ ਇਹ ਗੱਲ ਇਹ ਕਿ ਬੜਾ ਅਫਸੋਸ ਹੋਇਆ ਤੁਹਾਡੀ ਪੋਸਟ ਦੇਖੀ ਤਾਂ ਕਈ ਵਾਰੀ ਹੁੰਦਾ ਕਿ ਸਭ ਤੋਂ ਪਹਿਲਾਂ ਤਾਂ ਮੈਂ ਮਾਫੀ ਕਿਉਂਕਿ ਮੈਂ ਤਾਂ ਇਹ ਆ ਕਿ ਮੇਰੇ ਤੋਂ ਗੱਲ ਵੀ ਨਹੀਂ ਹੋਈ ਮੈਂ ਬਹੁਤੀ ਜਗ੍ਹਾ ਉੱਤੇ ਮੈਂ ਗੱਲ ਨਹੀਂ ਕਰ ਪਾਉਂਦਾ ਜਦੋਂ ਇਸ ਤਰ੍ਹਾਂ ਦਾ ਕਿਸੇ ਨਾਲ ਹੋ ਜਾਂਦਾ ਨਾ ਤਾਂ ਕਈ ਵਾਰੀ ਬੰਦੇ ਹੁੰਦੇ ਕਿ ਮੈਂ ਬੜਾ ਦਿਲ ਦਾ ਕਮਜ਼ੋਰ ਜਿਹਾ ਲੱਗਦਾ ਮੈਨੂੰ ਆਪਦੇ ਆਪ ਨੂੰ ਮੈਥੋਂ ਨਹੀਂ ਗੱਲ ਹੋਣੀ ਤਾਂ ਤੁਹਾਡੀ ਪੋਸਟ ਪੜੀ ਮਤਲਬ ਉਹਦੇ ਵਿੱਚ ਦੇਖ ਕੇ ਨਾ ਮੈਨੂੰ ਮਤਲਬ ਫੀਲ ਹੋਇਆ ਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਮਿਲਦਾ ਮੇਰੇ ਖਿਆਲ ਨਾਲ ਤੁਹਾਨੂੰ ਲੱਗਦਾ ਹੋਊ ਕਿ ਵੀ ਸ਼ਬਦੀ ਘਟ ਗਏ ਹੋਰ ਹੋ ਸਕਦਾ ਮਨ ਦੀ ਗੱਲਾਂ ਹੁਣ ਜਿਹੜੀਆਂ ਅਸੀਂ ਕਰਨੀਆਂ ਚਾਹੁੰਦੇ ਹੁਣ ਪਰ ਕਈ ਵਾਰੀ ਲੱਗਦਾ ਕਿ ਇਹ ਪੋਸਟ ਲੰਬੀ ਹੋ ਜਾਊਗੀ ਜਾਂ ਇੱਕ ਵਾਰੀ ਇਹ ਕਿ ਉਸ ਵੇਲੇ ਕੰਡੀਸ਼ਨ ਨਹੀਂ ਹੁੰਦੀ ਲਿਖਣ ਦੀ ਹੈਨਾ ਤਾਂ ਉਹਦੇ ਬਾਰੇ ਮੈਂ ਚਾਹੁੰਗਾ ਕਿ ਗੱਲ ਉੱਥੋਂ ਹੀ ਸ਼ੁਰੂ ਕਰ ਲਈਏ ਆਪਾਂ ਥੋੜੀ ਕਿਉਂਕਿ ਕੁਝ ਚੀਜ਼ਾਂ ਹੁੰਦੀਆਂ ਮਨ ਦੇ ਵਿੱਚ ਰਹਿ ਗਈਆਂ ਹੋਣੀਆਂ ਜਾਂ ਕੁਝ ਚੀਜ਼ਾਂ ਹੋਣੀਆਂ ਤੁਸੀਂ ਕਰ ਲਈਆਂ ਹੋਣੀਆਂ ਕੁਝ ਜਾਂ ਆਪਣੇ ਭੈਣ ਭਰਾਵਾਂ ਨਾਲ ਸਾਂਝੀਆਂ ਵੀ ਕੀਤੀਆਂ ਹੋਣਗੀਆਂ ਜਰੂਰ ਪਤਾ ਗੱਲ ਕੀ ਹੈ ਜਿਹੜੀ ਪੋਸਟ ਤੁਸੀਂ ਪੜ੍ਹੀ ਸੀ ਉਹ ਵੀ ਮਤਲਬ ਕਿ ਤੀਜੇ ਦਿਨ ਚੌਥੇ ਦਿਨ ਜਾ ਕੇ ਮੈਂ ਲਿਖੀ ਸੀ ਜਦੋਂ ਮੈਂ ਇੰਡੀਆ ਪਹੁੰਚ ਚੁੱਕਿਆ ਸੀਗਾ ਜੀ ਤੇ ਜਦੋਂ ਮੈਨੂੰ ਇਹ ਪਤਾ ਲੱਗਾ ਮੈਂ ਕੰਮ ਤੇ ਸੀਗਾ ਬਾਹਰ ਉੱਥੇ ਅੱਜਕੱਲ੍ਹ ਵੈਦਰ ਬੜਾ ਖਰਾਬ ਆ ਫ੍ਰੀਜ਼ਿੰਗ ਹੋਈ ਪਈ 스ਨੋ ਬਹੁਤ ਜ਼ਿਆਦੀ ਸੀਗੀ ਤੇ ਸਡਨਲੀ ਮੈਨੂੰ ਸ਼ਾਮ ਨੂੰ ਫੋਨ ਆਉਂਦਾ ਮੇਰੇ ਗਵੰਡੀਓ ਮੇਰਾ ਇੱਕ ਦੋਸਤ ਆ ਤੇ ਉਹਦਾ ਫੋਨ ਆਉਂਦਾ ਵੀ ਬੀਤਰਾ ਤੁਹਾਡੇ ਪਿਤਾ ਜੀ ਦੀ ਡੈਥ ਹੋ ਗਈ ਆ ਜੀ ਮੈਂ ਮੇਰੇ ਲਈ ਇਹ ਜਿਹੜੀ ਨਾ ਅਨਕਿਆਸੀ ਖਬਰ ਸੀਗੀ ਜਿਹਦੇ ਬਾਰੇ ਕਦੀ ਦਿਮਾਗ 'ਚ ਵੀ ਆਣੀ ਸੀਗਾ ਇੱਕ ਹੁੰਦਾ ਨਾ ਬੰਦਾ ਕੋਈ ਬਿਮਾਰ ਹੁੰਦਾ ਹੈ ਜਾਂ ਤੁਸੀਂ ਪ੍ਰੇਪੇਅਰ ਹੁੰਦੇ ਹੋ ਵੀ ਕਿਤੇ ਹੈਪਨ ਹੋ ਸਕਦਾ ਜੀ ਇੱਕ ਤੁਹਾਡੇ ਦਿਮਾਗ ਤੁਹਾਡੇ ਖਿਆਲ 'ਚ ਗੱਲ ਹੀ ਨਾ ਹੋਵੇ ਔਰ ਤੁਸੀਂ ਆਪਣੀ ਮਸਤ ਆਪਣੇ ਕੰਮਾਂ ਕਾਰਾਂ ਚ ਲੱਗੇ ਹੋ ਤੇ ਤੁਹਾਨੂੰ ਅਚਾਨਕ ਕੋਈ ਬੰਦਾ ਕਹਿੰਦਾ ਵੀ ਇਹ ਆਪਾਂ ਹੋ ਜੇ ਤੇ ਉਹ ਬੜਾ ਔਖਾ ਹੋ ਜਾਂਦਾ ਹਾਂ ਕਿਥੇ ਤਾਂ ਆਪਾਂ ਮੰਨ ਚੇ ਗੱਲ ਹੋਣੀ ਕਿ ਯਾਰ ਬਿਮਾਰ ਨੇ ਜਾਂ ਕੁਝ ਗੜਬੜ ਆਉਣੀ ਕੀਆ ਕਿਥੇ ਆਪਾਂ ਥੋੜੀ ਜੀ ਗੱਲ ਹੁੰਦੀ ਰਿ ਇਗਨੋਰ ਕਰਨੀ ਕਿ ਯਾਰ ਬਾਪੂ ਮੈਂ ਫਿਰ ਫੋਨ ਕਰੂੰਗਾ ਯਾਰ ਆਪਾਂ ਬਾਅਦ ਵਿੱਚ ਗੱਲ ਕਰਾਂਗੇ ਮੈਂ ਕੰਮ ਤੇ ਆਂ ਯਾਰ ਤੇ ਬਿਲਕੁਲ ਉਹ ਜਦੋਂ ਮੈਨੂੰ ਖਬਰ ਮਿਲੀ ਤੇ ਮੇਰੇ ਲਈ ਉਹ ਜਿਹੜਾ ਟਾਈਮ ਸੀ ਬੜਾ ਔਖਾ ਸੀਗਾ ਤੇ ਮੈਨੂੰ ਫਿਰ ਪੱਜਣਾ ਪੈਣਾ ਸੀਗਾ ਵੀ ਆਉਣਾ ਪਰ ਉਹ ਜਿਹੜੀ ਮਾਨਸਾਬ ਜਿਹੜਾ ਸਫਰ ਸੀ ਨਾ ਅਮਰੀਕਾ ਤੋਂ ਲੈ ਕੇ ਪੰਜਾਬ ਤੱਕ ਦਾ ਉਸ ਸਫਰ ਚ ਮੈਂ ਤਿਲ ਤਿਲ ਮਰਿਆ ਮਤਲਬ ਮੈਂ ਮੋਸ਼ਨਲੀ ਬਹੁਤ ਆਪਣੇ ਫਾਦਰ ਨਾਲ ਅਟੈਚ ਸੀ ਅੱਜ ਵੀ ਹਾਂ ਪਰ ਇਹ ਸਾਡੇ ਜਿਹੜੇ ਬਜ਼ੁਰਗ ਹੁੰਦੇ ਨਾ ਕਈ ਵਾਰੀ ਤੁਸੀਂ ਮੈਂ ਸਾਰੇ ਜਿਹੜੇ ਆਪਣੇ ਦਰਸ਼ਕ ਦੇਖ ਰਹੇ ਨੇ ਮੇਰਾ ਸਾਰਿਆਂ ਨੂੰ ਕਹਿਣਾ ਹੈ ਵੀ ਅਸੀਂ ਕਿਤੇ ਨਾ ਕਿਤੇ ਨਾ ਇਸ ਰੇਸ ਚ ਪੈ ਜਾਂਦੇ ਆ ਵੀ ਜਿੱਦੀ ਕਿਤੇ ਜਿੱਥੇ ਕੋਈ ਮੰਜ਼ਿਲ ਨਹੀਂ ਹੁੰਦੀ ਅਸੀਂ ਇਹੋ ਜੀ ਦੌੜ ਚ ਆਲਰੇਡੀ ਪਏ ਹੋਏ ਹਾਂ ਤੇ ਇਹ ਦੌੜ ਨਹੀਂ ਖਤਮ ਹੋਣੀ ਸਾਡੀ ਜ਼ਿੰਦਗੀ ਖਤਮ ਹੋ ਜਾਂਦੀ ਹੈ ਇੱਕ ਟਾਈਮ ਆਉਂਦਾ ਹੁੰਦਾ ਵੀ ਮਾਂ ਪਿਓ ਨੂੰ ਨਾ ਸਾਡੀ ਲੋੜ ਹੁੰਦੀ ਜੀ ਵੀ ਉਹਨਾਂ ਨੂੰ ਹੁੰਦਾ ਵੀ ਸਾਡੇ ਜਿਹੜੀ ਔਲਾਦ ਆ ਸਾਡੇ ਬੱਚੇ ਆ ਸਾਨੂੰ ਸਮਾਂ ਦੇਣ ਪਰ ਉਹ ਅਸੀਂ ਇਹਨਾਂ ਚੀਜ਼ਾਂ 'ਚ ਪੈ ਜਾਂਦੇ ਆ ਵੀ ਜੇ ਬਿਮਾਰ ਆ ਤਾਂ ਡਾਕਟਰ ਕੋਲ ਜਾਓ ਦਵਾਈ ਲੈ ਲਓ ਪਰ ਇਹ ਇਹ ਗੱਲ ਬੜੀ ਜ਼ਰੂਰੀ ਹੈ ਮੈਂ ਵਾਅਦਾ ਕਰਦਿਆਂ ਕਿ ਜਿਹੜੀ ਹਰ ਵਰੀ ਨਾ ਇਨਸਾਨ ਨੂੰ ਡਾਕਟਰ ਦੀ ਲੋੜ ਨਹੀਂ ਹੁੰਦੀ ਜੀ ਕਈ ਵਾਰ ਜਿਹੜੀ ਨਾ ਉਹਨੂੰ ਆਪਣਿਆਂ ਦੀ ਲੋੜ ਹੁੰਦੀ ਏ ਤੇ ਜਿਹਦੇ ਚ ਮੈਂ ਕੁਤਾਈ ਕੀਤੀ ਮੇਰੇ ਤੋਂ ਇਹ ਗੁਨਾਹ ਹੋਇਆ ਏ ਔਰ ਮੈਂ ਉਹਨੂੰ ਕਹਿੰਦੇ ਪਰਸੋਂ ਬਾਪੂ ਜੀ ਦਾ ਪੋ ਸੀਗਾ ਪਿੰਡ ਦੇ ਗੁਰਦੁਆਰਾ ਸਾਹਿਬ ਉੱਥੇ ਵੀ ਮੈਂ ਇਹੀ ਗੱਲ ਬੋਲੀ ਸੀ ਵੀ ਮੈਂ ਨਹੀਂ ਚਾਹੁੰਦਾ ਵੀ ਜਿਹੜੀ ਜਿਹੜਾ ਰਿਗਰੈਟ ਮੈਂ ਲੈ ਕੇ ਜਾ ਰਿਹਾ ਉਹ ਕਿਸੇ ਹੋਰ ਨੂੰ ਮਿਲੇ ਕਿਉਂਕਿ ਸਮਾਂ ਰਹਿੰਦੇ ਸਮਾਂ ਸਾਹਮਣਾ ਜ਼ਰੂਰ ਚਾਹੀਦਾ ਜੀ ਤੁਹਾਡੇ ਤੁਸੀਂ ਵੇਖੋ ਵੀ ਮੈਂ ਮੇਰੀ ਬਦਕਿਸਮਤੀ ਇਹ ਸੀ ਵੀ ਮੈਂ ਜਿਹੜੀ ਦੌੜ ਚ ਮੈਂ ਅਮਰੀਕਾ ਵਿੱਚ ਪਿਆ ਹੋਇਆ ਸੀ ਜਾ ਕੇ ਤੇ ਉਹ ਦੌੜ ਮੇਰੀ ਇੰਡੀਆ ਆ ਕੇ ਵੀ ਖਤਮ ਨਹੀਂ ਸੀ ਹੁੰਦੀ ਜੀ ਮੈਂ ਮਾਨਸਾਬ ਇੱਥੇ ਦੋ-ਦੋ ਮਹੀਨੇ ਤੁਹਾਨੂੰ ਪਤਾ ਹੀ ਹੈ ਮੈਂ ਹਰ ਸਾਲ ਆਉਣਾ ਕਦੇ ਮਹੀਨਾ ਕਦੇ ਦੋ ਮਹੀਨੇ ਇੰਡੀਆ ਵੀ ਰਹਿ ਕੇ ਜਾਣਾ ਪਰ ਇੱਥੇ ਆ ਕੇ ਵੀ ਤੁਸੀਂ ਇਹ ਦੇਖੋ ਵੀ ਮੈਂ ਦੋ ਮਹੀਨਿਆਂ ਚ ਆਪਣੇ ਪਿਤਾ ਉਸਦੇ ਦੋ ਦਿਨ ਨਹੀਂ ਸੀ ਕੱਢ ਸਕਦਾ ਬਾਪੂ ਮੈਂ ਉੱਥੇ ਜਾਣਾ ਮੈਂ ਉੱਥੇ ਜਾਣਾ ਮੇਰੀ ਮੇਰੀ ਉਹ ਰੁਟੀਨ ਵੀ ਸਵੇਰੇ ਗੱਡੀ ਤੇ ਬਹਿਣਾ ਤੇ ਰਾਤ ਨੂੰ 10 ਵਜੇ ਘਰੇ ਵੜਨਾ ਤੇ ਮੇਰੇ ਕੋਲ ਇੱਕ ਦਿਨ ਨਹੀਂ ਸੀ ਹੁੰਦਾ ਹੁਣ ਮੈਨੂੰ ਇਹ ਗੱਲ ਦਾ ਪਛਤਾਵਾ ਹੈ ਵੀ ਯਾਰ ਐਡੀ ਕਿਹੜੀ ਗੱਡ ਜਿਹੜੀ ਤੋਂ ਸਿਰ ਤੇ ਚੁੱਕੀ ਸੀ ਵੀ ਇੱਕ ਦਿਨ ਉਹਦੇ ਪਿਓ ਕੋਲ ਬਹਿ ਨਹੀਂ ਪਾਇਆ ਵੀ ਬਾਪੂ ਦੱਸ ਤੈਨੂੰ ਕੋਈ ਲੋੜ ਆ ਜਾਂ ਕਿਤੇ ਆਪਾਂ ਚੱਲੀਏ ਔਰ ਉਹ ਮੇਰੇ ਮੈਂ ਆਪਣੇ ਫਾਦਰ ਸਾਹਿਬ ਦੀ ਗੱਲ ਕਰਾਂ ਵੀ ਉਹ ਇਦਾਂ ਦੇ ਇਨਸਾਨ ਸੀ ਵੀ ਮੈਂ ਉਹਨਾਂ ਦਾ ਪੁੱਤ ਸਾਂ ਪਰ ਮੈਨੂੰ ਵੀ ਗੱਲ ਕਹਿਣ ਲੱਗੇ ਝੱਕਦੇ ਹੁੰਦੇ ਸੀ ਉਹਨੂੰ ਮੇਰੀ ਲੋੜ ਹੈ ਨਾ ਉਹ ਕਹਿਣ ਲੱਗਾ ਹੁੰਦਾ ਵੀ ਯਾਰ ਇਹਦੇ ਯਾਰ ਦੋਸਤ ਨੇ ਇਹਨੇ ਕਿਸ ਨੂੰ ਟਾਈਮ ਦਿੱਤਾ ਇਹਨੇ ਜਾਣਾ ਤੇ ਵਿੱਚ ਮੈਂ ਇਹਨੂੰ ਡਿਸਟਰਬ ਕਰਾਂ ਜਾਂ ਪਰੇਸ਼ਾਨ ਕਰਾਂ ਵੀ ਮੈਨੂੰ ਇੱਧਰ ਲੈ ਜਾ ਜਾ ਉੱਧਰ ਜਾਣਾ ਉਹ ਮੇਰੇ ਤੋਂ ਸੰਗ ਦਾ ਮੈਨੂੰ ਨਹੀਂ ਕਹਿੰਦਾ ਹੁੰਦਾ ਕਿਵੇ ਕੋਈ ਗੱਲ ਨਹੀਂ ਬੱਤ ਤੂੰ ਜਾ ਤੂੰ ਆਪਣੀ ਪ੍ਰੇਫਰੈਂਸ ਦੇ ਪਹਿਲਾਂ ਕੋਈ ਗੱਲ ਨਹੀਂ ਤੇ ਮੈਨੂੰ ਉਹ ਜਿਹੜੀਆਂ ਗੱਲਾਂ ਦਾ ਅੱਜ ਅਹਿਸਾਸ ਹੋ ਰਿਹਾ ਪਰ ਅੱਜ ਫਾਇਦਾ ਕੋਈ ਨਹੀਂ ਗਾ ਜੋ ਹੈ ਨਹੀਂ ਗਾ ਤੁਸੀਂ ਕਿਸੇ ਨੂੰ ਪਿਆਰ ਕਰਦੇ ਹੋ ਤੁਸੀਂ ਕਿਸੇ ਨਾਲ ਤੁਹਾਡੀ ਮੁਹੱਬਤ ਹੈ ਤੁਹਾਡੀ ਦਿਲ ਲੱਗੀ ਹੈ ਤੁਹਾਡਾ ਮਾਂ ਤੁਹਾਡੇ ਪਿਓ ਤੇ ਜਿਉਂਦੇ ਜੀ ਉਹਨੂੰ ਕਹਿ ਜ਼ਰੂਰ ਦਿਓ ਉਹਨੂੰ ਪਤਾ ਲੱਗੇ ਵੀ ਮੈਂ ਇਹਨਾਂ ਨੂੰ ਵੀ ਸ਼ਾਇਦ ਮੇਰੇ ਪਿਓ ਨੂੰ ਇਹ ਹੋਊਗਾ ਵੀ ਅਦੀ ਕੋਈ ਅਟੈਚਮੈਂਟ ਹੈ ਨਹੀਂਗੀ ਮੇਰੇ ਨਾਲ ਜਦੋਂ ਮੇਰਾ ਪਿਓ ਸੀ ਮੇਰੇ ਕੋਲ ਸਮਾਂ ਨਹੀਂ ਸੀ ਹੈਗਾ ਤੇ ਅੱਜ ਮੇਰੇ ਕੋਲ ਸਮਾਂ ਬਹੁਤ ਹੈ ਮੈਂ 8 ਦਿਨ ਹੋ ਗਏ 10 ਦਿਨ ਆਏ ਨੂੰ ਮੈਂ ਘਰੋਂ ਇੱਕ ਅੱਜ ਪਹਿਲੇ ਦਿਨ ਮੈਂ ਘਰੋਂ ਨਿਕਲਿਆ ਭੋਗ ਪੈ ਗਿਆ ਕੱਲ ਦਾ ਦਿਨ ਵਿੱਚ ਸੀ ਤੇ ਅੱਜ ਮੈਂ ਨਿਕਲਿਆ ਕਰੋ ਤੇ ਅਦਰਵਾਈਜ਼ ਦੇਖ ਲਓ ਕਿ ਆਪਣੇ ਕੋਲੇ ਹੁੰਦਾ ਕਿ ਯਾਰ ਬਾਪੂ ਕੋਈ ਨਹੀਂ ਸ਼ਾਮ ਨੂੰ ਗੱਲ ਕਰਾਂਗੇ ਤੜਕੇ ਕਰਾਂਗੇ ਤੇ ਅੱਜ ਸਮਾਂ ਹੈਗਾ ਤੇ ਅੱਜ ਬਾਪੂ ਨਹੀਂ ਹੈਗਾ ਮੈਂ ਜਿਹੜੀਆਂ ਗੱਲਾਂ ਮੈਨੂੰ ਉਹਦੇ ਜਿਉਂਦੇ ਨਾਲ ਕਰਨੀਆਂ ਚਾਹੀਦੀਆਂ ਸਾਂ ਅੱਜ ਮੈਂ ਉਹ ਕੰੰਧਾ ਨਾਲ ਗੱਲਾਂ ਕਰ ਰਿਹਾ ਮੇਰੇ ਹੁਣ ਦਿਲ 'ਚ ਇਹ ਚੀਜ਼ ਆਉਂਦੀ ਵੀ ਕਾਸ਼ ਉਹ ਆ ਜਾਏ ਤੇ ਮੈਨੂੰ ਜਿਹੜੀਆਂ ਜਿਹੜੀਆਂ ਮੇਰੇ ਮਨ 'ਚ ਜਿਹੜੇ ਵਲਵਲੇ ਨੇ ਮੈਂ ਕਹਿ ਸਕਾਂ ਵੀ ਬਾਪੂ ਤੇਨੂੰ ਬਹੁਤ ਪਿਆਰ ਕਰਦਾ ਮੈਂ ਔਰ ਮੈਂ ਭੱਜਾਈ ਉਹਦੇ ਕਰਕੇ ਫਿਰਦਾ ਹਾਂ ਪਰ ਉਹਨੂੰ ਪਤਾ ਨਹੀਂ ਸੀ ਇਸ ਗੱਲ ਦਾ ਮੈਨੂੰ ਬੰਦੇ ਨੂੰ ਮਾਨ ਸਾਹਿਬ ਆਪਾਂ ਸਾਰੇ ਪਾਵੇਂ ਕੋ ਅਮਰੀਕਾ ਪਾਵੇਂ ਕੈਨੇਡਾ ਪਾਵੇਂ ਕੋ ਇੰਡੀਆ ਰਹਿੰਦਾ ਆਪਾਂ ਨੂੰ ਸਾਰੇ ਨੂੰ ਇਹ ਹੁੰਦਾ ਵੀ ਜਦੋਂ ਮੈਂ ਸੈੱਟ ਹੋ ਗਿਆ ਉਹਨਾਂ ਨੂੰ ਚਾਹੀਦਾ ਕੁਝ ਨਹੀਂ ਹੁੰਦਾ ਆਪਣੇ ਤੋਂ ਇਹ ਵੀ ਤੁਹਾਨੂੰ ਦੱਸਦੇ ਆ ਉਹਨਾਂ ਨੂੰ ਇੱਕ ਸੈਟੀਸਫੈਕਸ਼ਨ ਇਹ ਬੜੀ ਹੁੰਦੀ ਵੀ ਮੇਰੀ ਔਲਾਦ ਯਾਰ ਸੈੱਟ ਆ ਆਪਣਾ ਰੋਟੀ ਖਾ ਰੇ ਮਾਪਿਆਂ ਵਾਸਤੇ ਬੜਾ ਵੱਡਾ ਹੌਸਲਾ ਹੁੰਦਾ ਵੀ ਮੇਰੇ ਬੱਚੇ ਆ ਇੱਕ ਮਕਾਮ ਤੇ ਪਹੁੰਚ ਗਏ ਨਾ ਸਭ ਕੁਝ ਗੇਨ ਕਰ ਲਿਆ ਜੀ ਤੇ ਉਹ ਇਸ ਗੱਲ 'ਚ ਬੜੇ ਖੁਸ਼ ਹੁੰਦੇ ਉਹ ਜਿਹੜੀ ਖੁਸ਼ੀ ਨੂੰ ਤੁਸੀਂ ਅੰਦਰ ਆਪਣੇ ਪ੍ਰਤੀਤ ਕਰਦੇ ਉਹਨਾਂ ਜਿਹੜੇ ਅੰਦਰ ਮਹਿਸੂਸ ਕਰਦੇ ਹੋ ਉਹ ਤੁਹਾਨੂੰ ਅੰਦਰੋਂ ਬੜੀ ਵਿਲ ਪਾਵਰ ਦਿੰਦੀ ਤੁਹਾਨੂੰ ਹੋਰ ਕੰਮ ਕਰਨ ਦੀ ਮੈਂ ਨਹੀਂ ਕਹਿੰਦਾ ਵੀ ਕੰਮ ਛੱਡ ਦਿਓ ਆਪਦੇ ਜਿਹੜੇ ਮਿੱਥੇ ਟੀਚੇ ਪੂਰੇ ਕਰੋ ਅੱਗੇ ਵਧੋ ਕੰਮ ਛੱਡੇ ਵੀ ਨਹੀਂ ਆਉਂਦੇ ਚਲੋ ਇਹ ਵੀ ਗੱਲ ਐਕਸੈਪਟ ਕਰ ਲੈਂਦੇ ਨਾ ਨਹੀਂ ਬਿਲਕੁਲ ਇਹ ਗੱਲ ਨਾ ਮੈਂ ਸਹਿਮਤ ਨਾਲੇ ਜਿਹੜੇ ਪਰਿਵਾਰ ਚੋਂ ਮਾਨਸਾ ਬਸ ਇਹ ਨਿਕਲੇ ਆ ਮੈਂ ਕੱਚੇ ਕੋਠੇ ਦੇ ਵਿੱਚ ਅਸੀਂ ਤਿੰਨ ਚਾਰ ਭੈਣ ਭਰਾ ਅਸੀਂ ਸਾਡੇ ਪਿਓ ਨੇ ਰੱਖ ਕੇ ਸਾਨੂੰ ਪੜਾਇਆ ਲਿਖਾਇਆ ਅਸੀਂ ਕਿਤਾਬੀ ਉਹ ਇੱਕ ਗੱਲ ਵੀ ਘਰੋਂ ਨਿਕਲੇ ਆ ਸਾਹਿਬ ਵੀ ਮੈਂ ਯਾਰ ਨਹੀਂ ਮੈਂ ਗਰੀਬੀ 'ਚ ਜੰਮਿਆ ਜ਼ਰੂਰ ਹਾਂ ਪਰ ਮੈਂ ਗਰੀਬੀ ਕਰ ਕਰ ਦੀ ਖਤਮ ਕਰਨੀ ਹੈ ਜੀ ਇਸ ਸੁਪਨੇ ਲੈ ਕੇ ਨਿਕਲੇ ਸਾਂ ਮੈਂ ਵੱਡਾ ਇਨਸਾਨ ਬਣ ਲਈ ਨਿਕਲਿਆ ਹਾਂ ਕਰੋ ਮੈਨੂੰ ਇਹ ਨਹੀਂ ਪਤਾ ਵੀ ਮੈਂ ਵੱਡਾ ਇਨਸਾਨ ਬਣ ਪਾਇਆ ਕਿ ਨਹੀਂ ਬਣ ਪਾਇਆ ਪਰ ਮੈਂ ਉਹ ਜਿਹੜੀ ਗੱਲ ਮੈਂ ਬਾਪੂ ਦੀ ਮੌਤ ਤੋਂ ਬਾਅਦ ਮਹਿਸੂਸ ਹੋਇਆ ਵੀ ਮੈਂ ਛੋਟਾ ਇਨਸਾਨ ਹੀ ਰਹਿ ਗਿਆ ਹਾਂ ਹਾਂ ਇਹ ਚੀਜ਼ਾਂ ਪਿੰਚ ਕਰਦੀਆਂ ਨੇ ਬੰਦੇ ਦੇ ਮਨ ਦੇ ਵਿੱਚ ਤੇ ਕਈ ਵਾਰੀ ਇਦਾਂ ਹੁੰਦਾ ਕਿ ਤੁਸੀਂ ਇਹ ਗੱਲ ਆਮ ਲੋਕਾਂ ਨੂੰ ਹਰ ਇੱਕ ਬੰਦੇ ਨੂੰ ਤੁਸੀਂ ਕਹਿ ਵੀ ਨਹੀਂ ਸਕਦੇ ਬੇਸ਼ੱਕ ਤੁਹਾਡੇ ਕੋਲ ਕਰੀਬੀ ਵੀ ਹੋਵੇ ਉਹਨਾਂ ਵੀ ਚੀਜ਼ਾਂ ਨਹੀਂ ਤੁਸੀਂ ਜਿਆ ਕਹਿ ਲਓਗੇ ਪਰ ਤੁਹਾਡੇ ਕੋਲੇ ਸ਼ਬਦ ਨਹੀਂ ਹੁੰਦੇ ਉਹ ਚੀਜ਼ਾਂ ਕਹਿਣ ਨੂੰ ਐਕਸਪਲੇਨ ਕਿੱਦਾਂ ਕਰਨਾ ਅਸੀਂ ਕਿੱਦਾਂ ਕਰਨਾ ਅਸੀਂ ਫੇਰ ਵੀ ਕਰ ਲੈਨੇ ਮਾਂ ਪਿਓ ਦਾ ਹੁੰਦਾ ਵੀ ਹੁਣ ਉਹ ਵਿਚਾਰੇ ਪੜ੍ਹੇ ਲਿਖੇ ਵੀ ਨਹੀਂ ਸੀਗੇ ਉਹ ਉਹ ਪਿਆਰ ਤੁਹਾਨੂੰ ਬਹੁਤ ਕਰਦੇ ਹੁੰਦੇ ਆ ਪਰ ਉਹਨਾਂ ਕੋਲ ਸ਼ਬਦ ਨਹੀਂ ਹੁੰਦੇ ਉਹ ਇੱਕ ਜਿਹੜਾ ਅੰਦਾਜ਼ਾ ਨਾ ਇੱਕ ਔਰਾ ਹੁੰਦਾ ਔਲਾਦ ਦੇ ਨਾਲ ਮਾਪਿਓ ਦਾ ਵੀ ਕਿੱਦਾਂ ਨੂੰ ਮੈਂ ਕਹਾਂ ਕਿੱਦਾਂ ਨਹੀਂ ਸਾਨੂੰ ਖੁਦ ਨੂੰ ਇਹ ਚੀਜ਼ਾਂ ਮਹਿਸੂਸ ਕਰਨ ਦੀ ਲੋੜ ਹੁੰਦੀ ਹੈ ਪਰ ਇਹ ਚੀਜ਼ ਆ ਵੀ ਬੜਾ ਪਛਤਾਵਾ ਹੁੰਦਾ ਬਾਅਦ ਵਿੱਚ ਮੈਨੂੰ ਹੁਣ ਇਹ ਹੁੰਦਾ ਵੀ ਮੈਂ ਯਾਰ ਐਦਾ ਨਹੀਂ ਸੀ ਮਤਲਬ ਉਹਨੂੰ ਜਾਣਾ ਚਾਹੀਦਾ ਆ ਜਿਹੜੀ ਚੀਜ਼ ਆ ਔਰ ਇਹ ਬੜੀ ਵੱਡੀ ਗੱਲ ਹੁੰਦੀ ਮੈਂ ਅੱਜ ਇਸ ਗੱਲ ਨੂੰ ਮੈਂ ਐਡਮਿਟ ਕਰਦਾ ਜਦੋਂ ਔਲਾਦ ਵੀ ਅਰੀ ਰਹਿੰਦੀ ਆ ਆਪਣੇ ਮਾਪਿਓ ਕੋਲ ਇਹ ਨਿੱਕੇ ਹੁੰਦੇ ਰੋਪੇ ਨੇ ਮਾਪਿਓ ਸਾਨੂੰ ਵਰਾਉਂਦੇ ਆ ਜੀ ਪਰੇਕ ਸਿਆਣੀ ਉਮਰ ਚ ਇੱਕ ਬਜ਼ੁਰਗ ਜਦੋਂ ਪਿਓ ਪੁੱਤ ਕੋਲ ਰੋਂਦਾ ਨਾ ਉਹ ਕਲੇਜਾ ਪਾੜਨ ਵਾਲੀ ਚੀਜ਼ ਆ ਇਹ ਸਾਰੇ ਇਹ ਗੱਲਾਂ ਜਿਹੜੀਆਂ ਨਾ ਮੈਨੂੰ ਇਹ ਭੁੱਲਣ ਭੁੱਲਦੀਆਂ ਨਹੀਂ ਮੈਨੂੰ ਚੈਨ ਨਹੀਂ ਆਉਂਦਾ ਮੇਰਾ ਪਿਓ ਮੇਰੇ ਹਾੜੇ ਕੱਢਦਾ ਰਿਹਾ ਮੇਰੇ ਕੋਲ ਰੋਇਆ ਫੋਨ ਤੇ ਪਰ ਉਹਦੇ ਅੰਦਰ ਜਿਹੜਾ ਇੱਕ ਖਲਾਸ ਸੀ ਜਿਹੜਾ ਅੰਦਰ ਉਹਦੇ ਅੰਦਰ ਇੱਕ ਜਿਹੜਾ ਉਫਾਨ ਮੱਚਿਆ ਹੋਇਆ ਹੈ ਉਹ ਮੈਂ ਸਮਝ ਨਹੀਂ ਪਾਇਆ ਉਹ ਸਮਝ ਨਹੀਂ ਪਾਇਆ ਤੁਹਾਨੂੰ ਮਹਿਸੂਸ ਹੋਇਆ ਕਿ ਕੋਈ ਗੱਲ ਨਹੀਂ ਬਾਪੂ ਕਿਸੇ ਟੈਨਸ਼ਨ 'ਚ ਆਇਆ ਰਿਹਾ ਬਜ਼ੁਰਗ ਨੂੰ ਕਿਸੇ ਟੈਨਸ਼ਨ ਹੋ ਗਈ ਆ ਕੋਈ ਗੱਲ ਨਹੀਂ ਹੈ ਮੈਂ ਟੋਕਦਾ ਨਹੀਂ ਆ ਉਹਨੂੰ ਜੀ ਉਹਨੇ ਮੈਨੂੰ ਮੈਨੂੰ ਉਹਨੇ ਕਿਹਾ ਰੋਪਿਆ ਮੇਰੇ ਕੋਲ ਤੇ ਮੈਨੂੰ ਆਦਾ ਮੇਰਾ ਪੁੱਤ ਬੰਦੇ ਦਾ ਕੁਝ ਨਹੀਂ ਬਣਿਆ ਹੁੰਦਾ ਤੇ ਇੱਕ ਵਾਰੀ ਆ ਜਾ ਨਾ ਰੋਇਆ ਹੋ ਜੀ ਤੇ ਮੇਰਾ ਉਹ ਹੀ ਗੜਿੰਕ ਕਲਿਕੜੀਆਂ ਗੜਾਈਆਂ ਗੱਲਾਂ ਵੀ ਬਾਪੂ ਤੇਰੇ ਸਾਰੇ ਟੈਸਟ ਠੀਕ ਆਏ ਨੇ ਡਾਕਟਰ ਕਹਿੰਦਾ ਤੂੰ ਠੀਕ ਆ ਤੂੰ ਨੈਗੇਟਿਵ ਆ ਜਿਆਦਾ ਤੂੰ ਓਵਰ ਥਿੰਕ ਕਰਦਾ ਤੈਨੂੰ ਵਹਿਮ ਆ ਤੈਨੂੰ ਬਿਮਾਰੀ ਕੋਈ ਨਹੀਂ ਹੈਗੀ ਐਡੀ ਬਿਮਾਰੀ ਕੋਈ ਵੀ ਨਹੀਂ ਹੈਗੀ ਤੂੰ ਵਹਿਮ ਕਰਦਾ ਜੀ ਮੈਂ ਇਹ ਸਮਝ ਹੀ ਨਹੀਂ ਪਾਇਆ ਵੀ ਜਿਹੜੀ ਹੁਣ ਮੈਂ ਖੁਦ ਇੱਥੇ ਆ ਕੇ ਜਦੋਂ ਟੁੱਟਿਆ ਜਦੋਂ ਮੇਰਾ ਪਿਓ ਚਲਾ ਗਿਆ ਦੁਨੀਆ ਤੋਂ ਤੇ ਮੈਂ ਬਹੁਤ ਦਿਲ ਛੱਡ ਗਿਆ ਮੈਨੂੰ ਇੰਜ ਲੱਗਦਾ ਕਿ ਬੇਨ ਕੁਛ ਹੋ ਜਾਣਾ ਤੇ ਜਦੋਂ ਤੁਹਾਡੇ ਵਰਗੇ ਦੋਸਤ ਮਿੱਤਰ ਭੈਣਾ ਭਰਾ ਇੱਕ ਹੌਸਲਾ ਦਿੰਦੇ ਸੀ ਨਾ ਤੇ ਮੇਰੇ ਅੰਦਰ ਜਿਹੜੀ ਇੱਕ એનર્ਜੀ ਆ ਜਾਂਦੀ ਸੀ ਮੈਂ ਥੋੜਾ ਜਿਹਾ ਠੀਕ ਹੋ ਜਾਂਦਾ ਸੀ ਬਸ ਆਹੀ ਕਮੀ ਰਹੀ ਮੇਰੇ ਬਾਪ ਕੋਲ ਉਹ એનર્ਜੀ ਦੇਣ ਵਾਲਾ ਕੋਈ ਹੈ ਨਹੀਂ ਸੀ ਉਹਨੂੰ ਹੌਸਲਾ ਦੇਣ ਵਾਲਾ ਕੋਈ ਨਹੀਂ ਹੈਗਾ ਸੀਗਾ ਤੇ ਉਹ ਕਿਉਂਕਿ ਅਮਰੀਕਾ ਦੀ ਗੱਲ ਤੋਂ ਉਹਨੇ ਮੈਂ ਜਾਣਾ ਹੀ ਨਹੀਂਗਾ ਕਿਉਂਕਿ ਉਹ ਜਿਹੜੀਆਂ ਉਹ ਗੱਲਾਂ ਤੁਸੀਂ ਕਈ ਵਾਰ ਕਹਨੇ ਹੋਗੇ ਕਿ ਚਲੋ ਤੁਸੀਂ ਉਹ ਕਰ ਲੈ ਨਹੀਂ ਨਹੀਂ ਮੈਂ ਨਹੀਂ ਸਾਰਾ ਕੁਝ ਮੈਂ ਅਪਲਾਈ ਕੀਤਾ ਹੈ ਨਿਕਲ ਵੀ ਆਇਆ ਪਰ ਨਹੀਂ ਨਹੀਂ ਉਹ ਆਂਦੇ ਵੀ ਨਹੀਂ ਮਤਲਬ ਉਹਨਾਂ ਦੇ ਮਨ 'ਚ ਇੱਕ ਗੱਲ ਜਿਹੜੀ ਉਹ ਜਿਹੜਾ ਤਕਾਜ਼ਾ ਲਾਉਂਦੇ ਸੀ ਉਹ ਗੱਲਾਂ ਸਹੀ ਵੀ ਸੀ ਕਿਉਂਕਿ ਮੈਂ ਤਾਂ ਉੱਤੇ ਰਹਿਣਾ ਮੈਨੂੰ ਪਤਾ ਆਂਦਾ ਮੈਨੂੰ ਤੂੰ ਲ ਜਾ ਕੇ ਉੱਤੇ ਜੇਲ੍ਹ 'ਚ ਤਾੜ ਦੇਣਾ ਆਂਦਾ ਮੈਂ ਮੇਰਾ ਜੀ ਨਹੀਂ ਲੱਗਣਾ ਤੇ ਮੈਨੂੰ ਇਹ ਸੀ ਵੀ ਇੱਥੇ ਪਿੰਡ ਬੰਦਿਆਂ ਦੇ ਵਿੱਚ ਬੰਦੇ ਨੇ ਬਾਹਰ ਸੱਤ 'ਚ ਇਹਨਾਂ ਦਾ ਇੱਕ ਆਪ ਦਾ ਸਰਕਲ ਆ ਇਹ ਗੁਰਦੁਆਰਾ ਸਾਹਿਬ ਚਲੇ ਜਾਂਦੇ ਨੇ ਉੱਥੇ ਇਹਨਾਂ ਦੇ ਜਿਹੜੇ ਹਾਮੋਬਰ ਬੰਦੇ ਨੇ ਇਹਨਾਂ ਦੀ ਜਿਹੜੇ ਇੱਕ ਆਪਣੇ ਪਿੰਡਾਂ 'ਚ ਜਿਹੜਾ ਕਲਚਰ ਹੈ ਨਾ ਜਿਹੜਾ ਇੱਕ ਆਪਣਾ ਕਮਿਊਨੀਕੇਸ਼ਨ ਹੁੰਦਾ ਹੈ ਆਮ ਲੋਕਾਂ ਦੇ ਨਾਲ ਉਹਨਾਂ ਦੀ ਉਹ ਜਦੋਂ ਤੁਸੀਂ ਬਾਹਰ ਚਲੇ ਜਾਂਦੇ ਹੋ ਨਾ ਹੁਣ ਬੰਦਾ ਆ ਕੰਮ ਤੇ ਕਰਨਾ ਪੈਣਾ ਨਾ ਜ਼ਿੰਦਗੀ ਸਾਰੀ ਸਾਡੇ ਹੁਣ ਉੱਥੇ ਕਮਿਊਨੀਕੇਸ਼ਨ ਆਸਤੇ ਬੰਦਾ ਹੈ ਨਹੀਂ ਕੋਈ ਵੀ ਤੁਹਾਡੇ ਕੋਲ ਤੁਸੀਂ ਇਕੱਲੇ ਹੋ ਉਹਨੂੰ ਕਿਤੇ ਨਾ ਕਿਤੇ ਗੱਲਾਂ ਉਹਨਾਂ ਸੁਣੀਆਂ ਸੀ ਉਹਨਾਂ ਨੂੰ ਇਸ ਗੱਲ ਦਾ ਤਕਾਜ਼ਾ ਸੀਗਾ ਤੇ ਉਹ ਉਸ ਗੱਲ ਤੇ ਐਗਰੀ ਨਹੀਂ ਹੁੰਦੇ ਤੇ ਮੰਮੀ ਮੇਰੀ ਹੀ ਮਾਤਾ ਵੀ ਜੇ ਬਾਪੂ ਨੇ ਨਹੀਂ ਜਾਣਾ ਤਾਂ ਮੈਂ ਵੀ ਨਹੀਂ ਜਾਣਾ ਹਾਂ ਭਾਈ ਵੀ ਮੈਂ ਨਹੀਂ ਜਾਣਾ ਤੋ ਚਲੋ ਮੈਂ ਫੇਰ ਆਣਾ ਵੀ ਇੱਥੇ ਸੁਖੀ ਨੇ ਮੈਂ ਗੱਲ ਜਰੂਰ ਸੋਚਦਾ ਹਾਂ ਵੀ ਯਾਰ ਘਰ ਮਕਾਨ ਬਣਿਆ ਹੋਇਆ ਹੈ ਘਰੇ ਸਭ ਕੁਝ ਹੈਗਾ ਵਾ ਵੀ ਚੱਲ ਇਨਾਂ ਨੂੰ ਲੋੜ ਆ ਕਦੇ ਫਾਈਨੈਂਸ਼ਲੀ ਪੈਸੇ ਤੇ ਲੈ ਵੀ ਪੇ ਛੱਡੀ ਦੇ ਵੀ ਆਉਂਦਾ ਵਧੀਆ ਜ਼ਿੰਦਗੀ ਹਾਂ ਵੀ ਐਟ ਲੀਸਟ ਇਹ ਕਿ ਬਈ ਤੁਹਾਨੂੰ ਕਿਸੇ ਚਿਰਾਂ ਨਹੀਂ ਕੋਈ ਤੰਗੀ ਨਹੀਂ ਹੋਣੀ ਚਾਹੀਦੀ ਤੇ ਪਰ ਉਹ ਜਿਹੜੀ ਚੀਜ਼ ਹੈ ਨਾ ਇੱਕ ਮਾਂ ਬਾਪ ਨੂੰ ਇੱਕ ਇੱਕ ਈਸ਼ਤ ਜਾ ਕੇ ਹੁੰਦਾ ਵੀ ਮੇਰੀ ਔਲਾਦ ਮੇਰੇ ਕੋਲ ਹੋਵੇ ਅਸੀਂ ਤਿੰਨ ਭਰਾ ਆਂ ਛੋਟਾ ਕੈਨੇਡਾ ਸਭ ਤੋਂ ਜਿਹੜਾ ਵਿਚਲਾ ਉਹ ਬੈਂਗਲੌਰ ਆ ਉੱਥੇ ਜੌਬ ਕਰਦਾ ਮੈਂ ਅਮਰੀਕਾ ਬੈਠਾ ਤਿੰਨੋਂ ਬਾਾਰ ਜਤਨ ਬਾਪੂ ਗਿਆ ਦੁਨੀਆ ਤੇ ਸਾਡੇ ਤਿੰਨਾਂ ਚੋਂ ਇੱਕ ਵੀ ਉਹਦੇ ਕੋਲ ਨਹੀਂ ਹੈਗਾ ਔਰ ਜਿਵੇਂ ਕਿ ਕਿਉਂਕਿ ਇੱਕ ਦਿਮਾਗ 'ਚ ਵੀ ਹੈ ਨਹੀਂ ਸੀ ਕਿ ਉਹਦੀ ਜਾਨ ਚਲੀ ਜਾਊਗੀ ਬਿਮਾਰ-ਸ਼ਮਾਰ ਇਹ ਕੇਜ 'ਚ ਜਾ ਕੇ ਬੰਦਾ ਮਾੜਾ-ਮੋਟਾ ਹੁੰਦਾ ਰਹਿੰਦਾ ਉਹਨਾਂ ਨੂੰ ਸ਼ੂਗਰ ਦੀ ਪ੍ਰੋਬਲਮ ਹੈਗੀ ਸੀ ਥੋੜੀ ਜਿਹੀ ਡਾਇਬੀਟਿਕ ਸੀ ਏ ਉਹ ਪਰ ਐਦਾਂ ਦਾ ਹੀ ਨਹੀਂ ਸੋਚਿਆ ਕਿਉਂਕਿ ਦਵਾਈ ਖਾ ਕੇ ਉਹ ਠੀਕ ਰਹਿੰਦੇ ਸੀ ਪਰ ਜਦੋਂ ਜਦੋਂ ਹੁਣ ਮੈਨੂੰ ਗੱਲਾਂ ਯਾਦ ਆਉਂਦੀਆਂ ਜਦੋਂ ਮੈਨੂੰ ਕਹਿੰਦਾ ਸੀ ਮੈਨੂੰ ਕੁਝ ਹੁੰਦਾ ਹੈ ਜੀ ਉਹ ਜਿਹੜਾ ਕੁਝ ਹੁੰਦਾ ਨਾ ਮੈਂ ਉਹਨੂੰ ਇੰਨਾ ਸੀਰੀਅਸਲੀ ਨਹੀਂ ਲਿਆ ਮੈਂ ਬੜਾ ਲਾਈਟਲੀ ਲੈ ਗਿਆ ਉਹਨਾਂ ਗੱਲਾਂ ਨੂੰ ਤੇ ਮੈਂ ਉਹਨਾ ਅੱਜ ਇਹ ਗੱਲ ਦਾ ਪਛਤਾਵਾ ساری ਉਮਰ ਹੱਸ ਤੇ ਪੱਲੇ ਪੈ ਗਿਆ ਵੀ ਯਾਰ ਜੇ ਮੈਂ ਇੱਥੇ ਹੁੰਦਾ ਤੇ ਮੇਰਾ ਪਿਓ ਬਚ ਜਾਣਾ ਸੀਗਾ ਤੇ ਮੈਂ ਤਾਂ ਸਾਰਿਆਂ ਨੂੰ ਮੇਰਾ ਇਹੀ ਕਹਿਣਾ ਯਾਰ ਇਹ ਭੁੱਲਣਾ ਅਸੀਂ ਕਿਤੇ ਨਾ ਕਿਤੇ ਨਾ ਮਤਲਬ ਇਹ ਚੀਜ਼ ਨੂੰ ਅਗਨੋਰ ਕਰਦੇ ਪਰ ਨਹੀਂ ਕਰਨਾ ਚਾਹੀਦਾ ਨਹੀਂ ਕਰਨਾ ਚਾਹੀਦਾ ਬਿਲਕੁਲ ਗੱਲ ਤੁਹਾਡੀ ਠੀਕ ਹੈ ਜੀ ਇੱਕ ਮੈਂ ਤੁਹਾਡੀ ਗੱਲ ਨਾਲ ਇੱਕ ਐਡ ਆਨ ਕਰ ਦੇਣਾ ਛੋਟੀ ਚੀਜ਼ ਮੈਂ ਤੁਹਾਡੀ ਪੋਸਟ ਪੜ੍ਹੀ ਤੁਸੀਂ ਲਿਖਿਆ ਸੀ ਕਿ ਬਾਈ ਬ੍ਰੈਂਡ ਮਿਰੇ ਹੋ ਗਿਆ ਉਧਰਲੇ ਪਾਸੇ ਵੀ ਮੈਨੂੰ ਇੰਨੀ ਤਕਲੀਫ ਨਹੀਂ ਹੋਈ ਮੈਂ ਨਹੀਂ ਟੁੱਟਿਆ ਪਰ ਆਏ ਨੇ ਮੈਨੂੰ ਤੋੜ ਕੇ ਰੱਖ ਦਿੱਤਾ ਇਦਾਂ ਮੈਨੂੰ ਇੱਕ ਬਜ਼ੁਰਗ ਸੀ ਉਹਨਾਂ ਨੇ ਮੈਨੂੰ ਗੱਲ ਦੱਸੀ ਕਿਉਂਕਿ ਮੈਨੂੰ ਕਹਿੰਦੇ ਇਹਨਾ ਤੁਸੀਂ ਜ਼ਿਆਦਾਤਰ ਵੀ ਆ ਤੁਹਾਡੇ ਲਈ ਪੀੜੀ ਹੈ ਜਿਹੜੀ ਵੀ ਤੁਸੀਂ 60 ਫੀਟ ਤੇ ਮਾਰੀ ਤੇ ਘਬਰਾ ਜਾਂਦੇ ਹੋ ਪਰ ਜਿਹੜੀ ਮਾਨਸਿਕ ਝੂਟ ਲੱਗਦੀ ਹੈ ਜੇ ਤੁਹਾਡੇ ਨਾਲ ਆਤਮਾ ਨੂੰ 60 ਵਜਦੀ ਹੈ ਨਾ ਹਾਂਜੀ ਹਾਂਜੀ ਉਹ ਇਹਦੇ ਨਾਲੋਂ ਜ਼ਿਆਦਾ ਹੁੰਦੀ ਹੈ ਮੈਂ ਕਿਹਾ ਜੀ ਕਿਵੇਂ ਮੈਨੂੰ ਉਹਨਾਂ ਨੇ ਇੱਕ ਐਗਜ਼ਾਮਪਲ ਦਿੱਤੀ ਕਹਿੰਦੇ ਜੀ ਮੇਰੇ ਭਰਾ ਦਾ ਕਿਸੇ ਕਿ ਉਹਨਾਂ ਦੇ ਸ਼ਰ ਕਿਡਨੀ ਫੇਲ ਹੋ ਗਈ ਸੀ ਉਹ ਕਹਿੰਦੇ ਕਿ ਪੀਜੀਆਈ ਦੇ ਵਿੱਚ ਐਡਮਿਟ ਤੇ ਮੇਰੀ ਮਾਂ ਕਹੇ ਵੀ ਮੈਂ ਕਿਡਨੀ ਦਊਂ ਅਸੀਂ ਆਖਿਆ ਵੀ ਮਾਤਾ ਤੂੰ ਬਜ਼ੁਰਗਾਂ ਵੀ ਤੂੰ ਰਹਿਣ ਦੇ ਤੇ ਕਹਿੰਦਾ ਵੀ ਹੋਇਆ ਕੀ ਕਿ ਡਾਕਟਰਾਂ ਨੇ ਵੀ ਉਸੇ ਦੀ ਹੀ ਕਿਡਨੀ ਜਿਹੜੀ ਉਹ ਮੈਚ ਕੀਤੀ ਹੈ ਕੁਝ ਵੀ ਟੈਸਟ ਲਾਇ ਕਰਨੇ ਜੀ ਵੀ ਠੀਕ ਹੈ ਭਾਈ ਇਸ ਕਿਡਨੀ ਦੇ ਸਕਦੀ ਆ ਉਹ ਦੇ ਦਿੱਤੀ ਉਹਨਾਂ ਦੇ ਟੰਕੇ ਟੰਕੇ ਲੱਗੇ ਜੀ ਪੀਜੀ ਦੇ ਵਿੱਚ ਐਡਮਿਟ ਮਿਲਦਾ ਸ਼ਰ 90 ਦੇ ਆਸ-ਪਾਸ ਦੀ ਗੱਲ ਹੋਊਗੀ ਬਟ ਹੋਇਆ ਕੀ ਕਹਿੰਦੇ ਕਿ ਬਾਈ ਸਾਡੇ ਬਦਕਿਸਮਤੀ ਉਹ ਹੀ ਸਾਡਾ ਭਰਾ ਦੀ ਮੌਤ ਹੋ ਗਈ ਅੱਛਾ ਮੌਤ ਹੋ ਗਈ ਮਾਤਾ ਦੀ ਕਿਨਹ ਹਾਲੀ 24 ਘੰਟੇ ਵੀ ਨਹੀਂ ਹੋਈ ਸੀ ਉਹਨਾਂ ਦੀ ਵੀ ਸਰਜਰੀ ਤਾਂ ਕਰਨੀ ਪੈਣੀ ਸੀ ਟੰਕੇ ਟੁੰਕੇ ਲੱਗੇ ਅਸੀਂ ਆਖਿਆ ਬਿਗਾਰੇ ਕਰਦੇ ਆ ਵੀ ਇੱਕੋ ਬੈੱਡ ਦੇ ਉੱਤੇ ਇਧਰ ਮਾਂ ਪਈ ਹੋਈ ਹੈ ਇਧਰ ਪੁੱਤ ਪਿਆ ਹੋਇਆ ਸੀ ਆਖਿਆ ਰਾਂ ਕਰਦੇ ਵੀ ਇਹਨੂੰ ਅਸੀਂ ਲਾਸ਼ ਨੂੰ ਲੈ ਜਾਂਨੇ ਪਿੰਡ ਮਾਤਾ ਨੂੰ ਇੱਥੇ ਐਡਮਿਟ ਕਰਦੇ ਉਹਨੂੰ ਕਵਾਂਗੇ ਆਰ ਵੀ ਇਹਨੂੰ ਕਿਤੇ ਅਲੱਗ ਸ਼ਿਫਟ ਕਰ ਦਿੱਤਾ ਹੂੰ ਡਾਕਟਰ ਕਹਿੰਦਾ ਜੀ ਡਾਕਟਰ ਨੂੰ ਪਤਾ ਨਹੀਂ ਕੀ ਆ ਇਹ ਕਹਿੰਦਾ ਕਿ ਡਾਕਟਰ ਵੀ ਬਜ਼ੁਰਗ ਸੀ ਉਹ ਕਹਿੰਦਾ ਕਿ ਨਹੀਂ ਯਾਰ ਤੁਸੀਂ ਦੱਸ ਦਿਓ ਕਹਿੰਦਾ ਲਕੋ ਨਾ ਗੱਲ ਅਸੀਂ ਆਖਿਆ ਵੀ ਨਹੀਂ ਅਸੀਂ ਨਹੀਂ ਦੱਸ ਸਕਦੇ ਵੀ ਇੱਕ ਪਾਸੇ ਤਾਂ ਇਹ ਹੀ ਬਿਮਾਰਤ ਪਈਆ ਬਿਮਾਰ ਪਹਿਲਾਂ ਹੀ ਪਈ ਪਹਿਲਾਂ ਹੀ ਉਹਨੇ ਗੱਲ ਕਹੀ ਕਹਿੰਦਾ ਕਿ ਯਾਰ ਜੀ ਤੁਸੀਂ ਨਹੀਂ ਦੱਸੋਗੇ ਨਾ ਬਾਅਦ ਦੇ ਵਿੱਚ ਬਹੁਤ ਪਛਤਾਵਾ ਹੋਣਾ ਜਿਹੜੀ ਇਹਦੇ ਮਨ ਦੇ ਉੱਤੇ ਜਾਂ ਦੀ ਕਹ ਲੋ ਕਿ ਆਤਮਾ ਨੂੰ ਸੱਟ ਲੱਗਣੀ ਹੈ ਨਾ ਉਹ ਤੋਂ ਜ਼ਿਆਦਾ ਹੋਊਗੀ ਉਹੀ ਗੱਲ ਹੋਈ ਮਾਤਾ ਕਨੇ ਕੋਈ ਗੱਲ ਨਹੀਂ ਹੈ ਕਹਿੰਨੇ ਸਾਡੀ ਮਾਤਾ ਕਹਿੰਦੀ ਕੋਈ ਗੱਲ ਨਹੀਂ ਹੈ ਚਲੋ ਚੱਲ ਗਏ ਪਿੰਡ ਆਪਾਂ ਸੰਸਕਾਰ ਤਾਂ ਕਰਨਾ ਹੀ ਪੈਣਾ ਹੁਣ ਜੋ ਰਸਮਾਂ ਹੋ ਰਹਿੰਦੀਆਂ ਨੇ ਉਹ ਪੂਰੀਆਂ ਕਰੋ ਦੂਸਰੇ ਦਿਨ ਕਨੇ ਉੱਠ ਕੇ ਆ ਗਏ ਉਸ ਤੋਂ ਬਾਅਦ ਅਸੀਂ ਇੱਕ ਹਫ਼ਤੇ ਬਾਅਦ ਜਿਹੜੋਂ ਘਰੇ ਚਲੋ ਸਮਾਗਮ ਹੋ ਗਿਆ ਸਾਰਾ ਉਸ ਤੋਂ ਬਾਅਦ ਅਸੀਂ ਦੁਬਾਰਾ ਪੀਜੀ ਲੈ ਕੇ ਫਿਰ ਉਹਨਾਂ ਨੇ ਦੁਬਾਰਾ ਚਾਹਦਦੇ ਨੇ ਕਿ ਉਹ ਕਨੇਰ ਕਿੱਦਾਂ ਤੁਰੇ ਫਿਰੇ ਕਨੇ ਜੀ ਕੀ ਕਰੀ ਉਹ ਘਰੇ ਆ ਕੇ ਬਿਠਾ ਦਿੱਤਾ ਹਾਲ ਤੱਕ ਉਹ ਹੈ ਨਹੀਂ ਸੀਗਾ ਪਰ ਉਹ ਕਨੇ ਨਹੀਂ ਮੈਨੂੰ ਉਹ ਦਰਦ ਨਹੀਂ ਹੋਇਆ ਜਿਹੜਾ ਮੈਨੂੰ ਪੁੱਤ ਦਾ ਦਰਦ ਹੋਇਆ ਉਹ ਕਿਆ ਬਾਤ ਇਹ 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 ਗੱਲਾਂ ਸੱਚ ਨੇ ਜਦੋਂ ਇਹ ਮੈਂ ਤੁਹਾਨੂੰ ਦੱਸਦਾ ਵੀ ਮੈਂ ਤੁਰਿਆ ਜਦੋਂ ਅਮਰੀਕਾ ਤੋਂ ਜੀਵੇਂ ਜਿਵੇਂ ਪੈਂਡ ਲੱਗੇ ਆ ਰਿਹਾ ਸੀ ਨਾ ਮਾਨ ਸਾਹਿਬ ਬੋਝ ਵਧੀ ਜਾਂਦਾ ਹੋਣਾ ਬੋਝ ਵੱਧਾ ਸੀ ਤੇ ਮੈਨੂੰ ਜਿਹੜੇ ਘਰ ਚ ਮੈਂ ਜੰਮ ਕੇ ਜਵਾਨ ਹੋਇਆ ਉਹਦੀਆਂ ਬਰੂਹਾਂ ਤੇ ਪੈਰ ਰੱਖਣ ਤੋਂ ਮੈਨੂੰ ਡਰ ਲੱਗਦਾ ਸੀ ਵੀ ਮੈਂ ਘਰ ਇੰਟਰ ਕਿਵੇਂ ਆਵਾਂਗਾ ਉਸ ਘਰ ਤੋਂ ਡਰ ਲੱਗ ਰਿਹਾ ਏ ਮੈਨੂੰ ਏਸੀ ਵੀ ਮੈਨੂੰ ਘਰ ਨੇ ਖਾ ਜਾਣਾ ਮੈਨੂੰ ਹਾਲਾਂਕਿ ਤੁਸੀਂ ਜਦੋਂ ਅਮਰੀਕਾ ਤੋਂ ਫਲਾਈ ਹੋਣਾ ਉਹ ਔਰ ਥੋੜੇ ਹਲਕੇ ਹੋਗੇ ਹੌਲੀ ਹੌਲੀ ਉਹ ਵਧ ਹੀ ਗਿਆ ਵਧ ਹੀ ਗਿਆ ਵਧ ਹੀ ਗਿਆ ਤੇ ਮੈਨੂੰ ਏਸੀ ਵੀ ਮੇਰੇ ਘਰ ਜਦੋਂ ਮੈਂ ਆਉਣਾ ਨਮਕ ਤੇ ਬਾਹਰ ਵੀ ਗਿਆ ਆਂ ਵਾ ਰੰਬਾਰੋਂ ਆਪਾ ਇੱਥੇ ਵੀ ਕਿਤੇ ਗਿਆ ਜਦੋਂ ਮੈਂ ਘਰੇ ਆਉਣਾ ਤੇ ਮੇਰਾ ਜਿਹੜੇ ਫਾਦਰ ਸਾਹਿਬ ਉਹ ਦਰਵਾਜ਼ੇ 'ਚ ਬੈਠੇ ਹੁੰਦੇ ਸੀ ਮੰਜੇ ਤੇ ਜੀ ਘਰ ਇੰਟਰ ਦਾ ਸਭ ਤੋਂ ਪਹਿਲਾਂ ਉਹਨਾਂ ਦੇ ਦਰਸ਼ਨ ਹੁੰਦੇ ਸੀ ਮੈਂ ਇਹਨਾਂ ਨੂੰ ਵੀ ਜਿੱਥੇ ਪਿਓ ਪਹਿਲਾਂ ਮਿਲਦਾ ਹੁੰਦਾ ਸੀ ਅੱਜ ਉੱਥੇ ਉਹਦੀ লাশ ਪਈ ਆ ਵੀ ਮੈਂ ਘਰ ਕਿਵੇਂ ਵੜਾਂਗਾ ਵੀ ਮੈਨੂੰ ਉਹ ਉਹ ਜਿਹੜਾ ਮੰਜ਼ਰ ਸੀ ਮੇਰੇ ਵਾਸਤੇ ਬੜਾ ਡਰਾਉਣਾ ਸੀਗਾ ਵੀ ਘਰ ਬੰਦੇ ਬੈਠੇ ਹੋਣੇ ਆ ਘਰ ਰੋਣ ਧੋਣ ਚੱਲਣਦਿਆਂ ਹੋਣਾ ਤੇ ਮੈਂ ਕਿਵੇਂ ਧੱਕ ਲਊਂਗਾ ਘਰ 'ਚ ਔਰ ਜਦੋਂ ਗੱਡੀ ਜੀਰੇ ਆ ਗਈ ਪਿੰਡ ਮੇਰਾ 4 ਕਿਲੋਮੀਟਰ ਜੀਰੇ ਤੋਂ ਜਿਵੇਂ ਜਿਵੇਂ ਪਿੰਡ ਲੱਗ ਗਿਆ ਵੀ ਮੇਰੀ ਹਾਰਟ ਬੀਟ ਏਡੀ ਤੇਜ਼ ਹੋ ਗਈ ਸੀ ਮੇਰੇ ਹੱਥ ਪੈਰ ਕੰਬੀ ਜਾ ਰਹੇ ਸੀਗੇ ਔਰ ਮਾਨ ਨਹੀਂ ਸੀ ਖੜ ਰਿਆ ਤੁਸੀਂ ਦੇਖੋ ਮੇਰਾ ਸਟੇ ਸੀ ਐਬਸਟਰਨਮ ਹਾਂ ਹਾਂ ਇਥੇ ਨੀਦਰਲੈਂਡ ਦੇ ਵਿੱਚ 2 ਘੰਟੇ ਦਾ ਸਟੇ ਸੀਗਾ ਜਦੋਂ ਮੈਂ ਦੁਬਾਰਾ ਫਲਾਈਟ 'ਚ ਬੈਠਾ ਮੇਰੀ ਵਿੰਡੋ ਸੀਟ ਸੀ ਨਾਲ ਇੱਕ ਫੈਮਿਲੀ ਬੈਠੀ ਸੀ ਕੁੜੀ ਬੈਠੀ ਸੀ ਮੇਰੇ ਨਾਲ ਇੱਕ ਉਹਦੇ ਨਾਲ ਉਹਦਾ ਹਸਬੰਡ ਬੈਠਾ ਸੀ ਕੈਨੇਡਾ ਤੋਂ ਆਏ ਸੀ ਉਹ ਉੱਥੇ ਘਟੇ ਹੋਗੇ ਮੈਂ ਆਪਣੇ ਬਾਪੂ ਦੀਆਂ ਗੱਲਾਂ ਦਿਮਾਗ 'ਚ ਘੁਮ ਰੀਆਂ ਸੀ ਜਦੋਂ ਇਹੋ ਜਿਹਾ ਹਾਦਸਾ ਹੋ ਜਾਂਦਾ ਨਾ ਤੁਹਾਨੂੰ ਛੋਟੀਆਂ-ਛੋਟੀਆਂ ਗੱਲਾਂ ਵੀ ਯਾਦ ਆਉਂਦੀਆਂ ਹਾਂਜੀ ਉਹ ਗੱਲਾਂ ਘੁਮ ਰੀਆਂ ਸੀ ਤੇ ਮੈਂ ਇੰਨਾ ਮੋਸ਼ਨਲ ਹੋ ਗਿਆ ਮੇਰੇ ਅੱਖਾਂ 'ਚੋਂ ਪਾਣੀ ਡਿੱਗ ਮੈਂ ਰੋ ਰਿਹਾ ਸੀਗਾ ਤੇ ਮੈਂ ਮੂੰਹ ਨਾ ਵਿੰਡੋ ਵਾਲੇ ਪਾਸੇ ਨੂੰ ਬਾਹਰ ਨੂੰ ਕਰ ਰਿਹਾ ਕਿਸੇ ਨੂੰ ਪਤਾ ਨਹੀਂ ਲੱਗੇ ਪਤਾ ਨਹੀਂ ਲੱਗੇ ਵੀ ਯਾਰ ਫਲਾਈਟ 'ਚ ਬੈਠੇ ਉਹ ਕੁੜੀ ਨੇ ਕਿਤੇ ਦੇਖ ਲਿਆ ਉਹ ਮੈਨੂੰ ਆਰ ਕੇ ਨੇ ਪੁੱਛ ਹੀ ਲਿਆ ਕਹਿੰਦੀ ਭਾਈ ਤੁਸੀਂ ਰੋ ਰਹੇ ਹੋ ਪੰਜਾਬੀ ਫੈਮਿਲੀ ਸੀ ਮੈਂ ਫਿਰ ਦੱਸਤਾ ਮੈਂ ਭੈਣ ਜੀ ਗੱਲ ਵੀ ਮੇਰੇ ਪਪੂ ਐਕਸਪਾਇਰ ਹੋ ਗਏ ਨੇ ਇਤਰਾਹ ਦੇ ਮੈਂ ਐਮਰਜੈਂਸੀ 'ਚ ਜਾ ਰਿਹਾ ਬਸ ਵੈਸੇ ਮਨ ਪਰਿਆ ਮੈਂ ਬੜਾ ਕੰਟਰੋਲ ਕਰਨ ਦੀ ਕੋਸ਼ਿਸ਼ ਕਰਤਾ ਉਹਨੇ ਵਿਚਾਰੀ ਨੇ ਪਾਣੀ ਦੀ ਬੋਟਲ ਕੱਢੀ ਮੈਨੂੰ ਕਹਿੰਦੀ ਵੀ ਤੁਸੀਂ ਪਾਣੀ ਲੋ ਪੀ ਲਓ ਤੇ ਉਹਨੇ ਫਿਰ ਆਪਣੇ ਹਸਬੰਦ ਨੂੰ ਠਾਇਆ ਉਹ ਸੌਂ ਰਿਹਾ ਸੀਗਾ ਮਤਲਬ ਕਿ ਸਰ ਤੇ ਆਂ ਨਹੀਂ ਤੁਸੀਂ ਆਇਆ ਕਰੋ ਭਾਜੀ ਨਾਲ ਗੱਲਬਾਤ ਕਰੋ ਉਹ ਪਰੇਸ਼ਾਨ ਹੈਗੇ ਨੇ ਉਹਨਾਂ ਦੇ ਪਿਤਾ ਜੀ ਚਲੇ ਗਏ ਨੇ ਚਲੋ ਮੈਨੂੰ ਥੋੜਾ ਜਿਹਾ ਉਹ ਗੱਲਾਂ ਕਰਦੇ ਆਏ ਤੇ ਮੇਰਾ ਮਾਣਾ ਫੋਰ ਪਾਸੇ ਲੱਗਾ ਰਿਹਾ ਜਦੋਂ ਦਿੱਲੀੋਂ ਉਤਰਿਆ ਫੌਗ ਬਹੁਤ ਸੀ ਘਰੇ ਮੈਂ ਪਹੁੰਚਿਆ ਪੰਜਾਬ ਸਤਾ ਗਏ ਤੇ ਉਹ ਕਿਉਂਕਿ ਸੰਡੇ ਦੀ ਡੈਥ ਹੋਈ ਸੀਗੀ ਫਿਊਨਰਲ ਆਸ ਤੇ ਮੇਰੀ ਵੇਟ ਕਰਦੇ ਪੈਸੇ ਵੀ ਘਰੇ ਆਊਗਾ ਮੈਂ 12:30 ਦੁਪਹਿਰੇ ਘਰ ਪਹੁੰਚਿਆ ਮੈਂ 1:30 ਵਜੇ ਜਿਹੜਾ ਸੰਸਕਾਰ ਕੀਤਾ ਇਹ ਜਿਹੜੀ ਇੱਕ ਮੌਤ ਬਾਪੂ ਦੀ ਹੋਈ ਹੈ ਮੇਰੇ ਲਈ ਇੱਕ ਟਰਨਿੰਗ ਪੁਆਇੰਟ ਸੀ ਲਾਈਫ ਵਾਸਤੇ ਮੈਂ ਬਿਲਕੁਲ ਮੇਰਾ ਅੰਦਰ ਬਦਲ ਗਿਆ ਜ਼ਿੰਦਗੀ ਉਹ ਜ਼ਿਆਦਾ ਉੱਡਣ ਵਾਸਤੇ ਨਹੀਂ ਹੁੰਦੀ ਮਤਲਬ ਤੁਸੀਂ ਕੀ ਕੁਝ ਕਰ ਲੋਗੇ ਹੁਣ ਜਦੋਂ ਪਤਾ ਜਿਉਂਦਾ ਦਰੋਂ ਨਿੱਕੇ ਨਿੱਕੇ ਚੀਜ਼ ਦਾ ਲਾਲਚ ਬੜਾ ਆਂਦਾ ਜੀ ਫਾਦਰ ਸਾਹਿਬ ਸਾਡੇ ਦਾ ਕੁਛ ਮੈਂ ਨਾ ਵੀ ਤੂੰ ਨਜ਼ਾਰੇ ਲੈ ਤੂੰ ਕਾ ਤੋ ਇੰਨੀਆ ਟੈਨਸ਼ਨ ਲੈ ਨਾ ਘਰੋਂ ਕਿਸੇ ਨੇ ਕੋਈ ਚੀਜ਼ ਮੰਗ ਕੇ ਲੈ ਜਾਣੀ ਤੇ ਸਾਨੂੰ ਚੇਤਾ ਉਹਨੂੰ ਯਾਦ ਉਹ ਫਲਾਣਾ ਲੈ ਕੇ ਗਿਆ ਹੀ ਹੁੰਦੇ ਕਿ ਨਹੀਂ ਗਿਆ ਜੀ ਬਾਬੇ ਤੁਸੀਂ ਕਿਉਂ ਬੋਈ ਕੋਈ ਗੱਲ ਨਹੀਂ ਮੋੜ ਜੂਗਾ ਬੋਝ ਮੋੜ ਜੂਵੇਂ ਤੂੰ ਇੰਨੀ ਕਾ ਤੋ ਟੈਨਸ਼ਨ ਲੈ ਨਾ ਪਰ ਇਹ ਚੀਜ਼ਾਂ ਵੀ ਜਿਉਂਦਾ ਜੀ ਬੰਦਾ ਛੱਡਦਾ ਨਹੀਂ ਹੈੜਾ ਪਰ ਮੈਂ ਨਾ ਵੀ ਸਾਰਾ ਕੁਝ ਇੱਥੇ ਰਹਿ ਜਾਣਾ ਤੁਸੀਂ ਕਰੋੜਾਂ ਘਰ ਤੇ ਲਾ ਲੋ ਮੈਲ ਛੱਤ ਲੋ ਗੱਡੀਆਂ ਲੈ ਲੋ ਪਰ ਜਾਣਾ ਗਿਆ ਤੁਹਾਡੇ ਪੱਲੇ ਨਹੀਂ ਕੱਖ ਪੈਣਾ ਤਾਨੂੰ ਐਟ ਲੀਸਟ ਇੱਥੇ ਸਭ ਕੁਝ ਛੱਡ ਕੇ ਜਾਣਾ ਲਾਈਵ ਮੈਂ ਸਮਝਦਾ ਇੱਕ ਕੁਦਰਤ ਦਾ ਨਜਾਮ ਵੀ ਨਵੇਂ ਜੀਵ ਆਉਣੇ ਆ ਪੁਰਾਣੇ ਜਾਣੇ ਆ ਅਹੀਂ ਵੀ ਤੁਰ ਜਾਣਾ ਇੱਕ ਦਿਨ ਪਰ ਇੱਕ ਗੱਲ ਮਾਨ ਸਾਹਿਬ ਯਾਦ ਰੱਖਿਓ ਤਾਂ ਮਾਪੇ ਉਹ ਸਿਰਤੇ ਹੁੰਦਾ ਨਾ ਤੁਹਾਨੂੰ ਤੁਹਾਡੀ ਮੌਤ ਯਾਦ ਨਹੀਂ ਹੁੰਦੀ हां ये गलत है जब तोहनु कोई नेगेटिव गल हुंदी ना ਤੁਹਾਡੇ ਮਨ ਚ ਤੁਹਾਨੂੰ ਤਾਂ ਲੱਗਦਾ ਕਿ ਤੁਹਾਡੇ ਤੇ ਇੱਕ ਪ੍ਰੋਟੈਕਸ਼ਨ ਲੇਅਰ ਹੈਗੀ ਹੈ ਪ੍ਰੋਟੈਕਸ਼ਨ ਆ ਜਿਵੇਂ ਤੁਹਾਨੂੰ ਤੁਹਾਨੂੰ ਮੌਤ ਦਾ ਖਿਆਲ ਹੁੰਦਾ ਤੁਹਾਡਾ ਤਾਂ ਯਾਰ ਅਜੇ ਬੜਾ ਟਾਈਮ ਪਿਆ ਜੇ ਮੇਰੇ ਮਾਂ ਪਿਓ ਚੰਗੇ ਭਲੇ ਬੈਠੇ ਆ ਮੈਂ ਇਹੋ ਹੀ ਸੋਚਦਾ ਤਾਂ ਕਿ ਅਜੇ ਤਾਂ ਬਾਪੂ ਕਾਇਮ ਪਿਆ ਤੁਰਿਆ ਫਿਰਦਾ ਵੀ ਹੈ ਜੇ ਜਦੋਂ ਸਿਰ ਤੋਂ ਸਾਇਆ ਉੱਠ ਜਾਂਦਾ ਨਾ ਤੁਹਾਡੇ ਮਨ ਚ ਇੱਕ ਆਪਦੀ ਮੌਤ ਦੇ ਖਿਆਲ ਆਉਣ ਲੱਗ ਪੈਂਦੇ ਤੇ ਉਹ ਚਲੀ ਗਈ ਮੇਰੇ ਉੱਪਰ ਵਾਲੀ ਹਾਂ ਹੁਣ ਹੁਣ ਸਾਡੀ ਵਾਰੀ ਆ ਮਤਲਬ ਵੀ ਹੁਣ ਜਿਹੜੀ ਨੈਕਸ ਜਿਹੜੀ ਚੀਜ਼ ਹੈ ਨਾ ਉਹ ਹੁਣ ਸਾਡੀ ਵਾਰੀ ਸਾਡੀ ਟਰਨ ਆਉਣੀ ਹੋਣਾ ਤੇ ਇਹ ਜਿਹਾ ਨੇ ਫਿਰ ਵੀ ਹੌਸਲਾ ਰੱਖਣਾ ਪੈਂਦਾ ਮੈਂ ਬੰਦਾ ਜਿਹੜੀ ਗੱਲ ਜਿਹੜੇ ਲੋਕ ਮੈਨੂੰ ਜਾਣਦੇ ਆ ਪਰਸਨਲੀ ਮੇਰੇ ਨੂੰ ਤੁਸੀਂ ਬ੍ਰੇਨ ਐ ਮਰਜ ਦੀ ਗੱਲ ਕੀਤੀ ਸੀ ਮੈਂ ਤੁਹਾਨੂੰ ਉਹ ਇਨਸੀਡੈਂਟ ਥੋੜਾ ਜਿਆਦਾ ਸ਼ੇਅਰ ਕਰਦਾ ਮੇਰੇ ਚਾਣਕ ਬੈਠੇ ਦੇ ਘਰ 'ਚ 2020 1 ਜਨਵਰੀ ਦੀ ਗੱਲ ਆ ਉਹ ਯੂਐਸਏ ਬੈਠੇ ਹੁਸੇ ਯੂਐਸਏ ਜੀ ਮੈਂ ਘਰ ਬੈਠਾ ਬੇਟੀ ਮੇਰੀ ਘਰੇ ਸੀ ਵੈਕਮ ਕਲੀਨਰ ਲੈ ਕੇ ਸਫਾਈਆਂ ਕਰ ਰਹੀ ਸੀ ਕਾਰਪਟ ਤੇ ਮੈਂ ਸੋਫੇ ਤੇ ਬੈਠਾ ਉਹ ਤੋਂ ਮੇਰੀ ਵਾਈਫ ਉਂਡੀਆਂ ਸੀ ਉੱਥੇ ਨਹੀਂ ਸੀ ਹੈਗੇ ਮੈਂ ਬਿਓ ਤੇ ਹੀ ਸੀ ਰਹਿੰਦੇ ਉੱਥੇ ਬੇਟੀ ਸੀ ਮੇਰੀ 14-15 ਸਾਲ ਦੀ ਉਦੋਂ ਤੇ ਉਹ ਚਾਣਕ ਮੇਰੇ ਨਾਲ ਪੀੜ ਹੋਈ ਮੈਂ ਫੋਨ ਤੇ ਗੱਲ ਕਰ ਰਿਆ ਪੀੜ ਇੰਨੀ ਡੇਂਜਰ ਹੋਈ ਇੱਕ ਹੁੰਦਾ ਹੈਡ ਗੈਡਿਕ ਵੀ ਜਿਵੇਂ ਨਾ ਕਿਸੇ ਨੇ ਵਰਮਾ ਫੇਰਦਾ ਤੁਹਾਡੇ ਸਿਰ 'ਚ ਵੀ ਡ੍ਰਿਲ ਫੇਰਦੀ ਤੁਹਾਡੇ ਇੰਨੀ ਜ਼ਬਰਦਸਤ ਤਾਂ ਪੈਂਦਾ ਮੇਰੀਆਂ ਜਿਹੜੇ ਨਾ ਸ਼ੋਲਡਰ ਆ ਖਿੱਚੇ ਗਏ ਆ ਉਸ ਦਰਦ ਨਾਲ ਹਾਂ ਉਸ ਦਰਦ ਨਾਲ ਐ ਮੇਰੇ ਤੋਂ ਸਿੱਧਾ ਰੋਇਆ ਜਾਵੇ ਤੇ ਪੇਨ ਬੜੀ ਤੇ ਮੈਂ ਡਰ ਗਿਆ ਮੈਂ ਕਿਹਾ ਵੀ ਹੋਇਆ ਕੁਝ ਸਬ ਤਕ ਰੋਂਗੀ ਕੋਈ ਵੱਡੀ ਗੱਲ ਹੋ ਗਈ ਹੈ ਜੀ ਮੈਂ ਰਿਲੈਕਸ ਜਾ ਹੋਇਆ ਤੇ ਮੈਂ ਫਿਰ ਵੀ 911 ਡਾਇਲ ਨਹੀਂ ਕੀਤਾ ਹਾਲਾਂਕਿ ਉਹ ਕਰਨਾ ਚਾਹੀਦਾ ਸੀ ਮੈਨੂੰ ਮੈਂ ਕੀ ਕੀਤਾ ਵੀ ਉਹ ਮੇਰੇ ਇੱਕ ਦੋਸਤ ਨੇ ਉੱਥੇ ਬਾਈ ਗੁਰਪ੍ਰੀਤ ਸਿੰਘ ਤੇ ਮੈਂ ਉਹਨਾਂ ਨੂੰ ਫੋਨ ਲਾਇਆ ਮੈਂ ਕਿਹਾ ਯਾਰ ਭੇਨ ਬੜੀ ਹੋਈ ਸਿਰ 'ਚ ਤੇ ਹਸਪੀਟਲ ਜਾਣਾ ਪੈਣਾ ਤੇ ਆਏਗਾ 10 ਮਿੰਟ ਉਹ ਬਾਹਰ ਸੀ ਕਿਤੇ ਕਹਿੰਦਾ ਵੀ ਜਿਆਦਾ ਹੁੰਦੀ ਮੈਂ ਹਾਂ ਦਾ ਹੋਣੇ ਆ ਗਿਆ ਮਹਿਮਾਨ ਸਾਹਿਬ ਇਹ ਕਹਿ ਕੇ ਤੇ ਅੰਦਰ ਜਾ ਕੇ ਬੈੱਡ ਤੇ ਪੈ ਗਏ ਆ ਔਰ ਮੈਨੂੰ ਉਸ ਵੇਲੇ ਤਕਾਜਾ ਨਹੀਂ ਮਰਨ ਹੋਇਆ ਕੀ ਉਹ ਗੱਡੀ ਲੈ ਕੇ ਆ ਗਿਆ ਪੰਜ ਸੱਤ ਮਿੰਟਾਂ ਚ ਮੇਰੀ ਡਾਟਰ ਨੂੰ ਪੁੱਛਿਆ ਉਹਨੇ ਪਾਪਾ ਕਿੱਥੇ ਉਹ ਕਹਿੰਦੀ ਵੀ ਅੰਦਰ ਨੇ ਮੈਨੂੰ ਸੁਣ ਗਈ ਆਵਾਜ਼ ਮੈਂ ਬਾਹਰ ਆਇਆ ਮੈਂ ਬਾਥਰੂਮ ਚਲਾ ਕੇ ਵੀ ਚੱਲ ਮੂੰਮਾ ਬੜਾ ਧੋੜਾ ਮੈਂ ਬਾਥਰੂਮ ਚ ਬੜਿਆ ਮੈਨੂੰ ਉਲਟੀ ਆ ਗਈ ਵੌਮਟਿੰਗ ਇੱਕਦਮ ਆਈ ਇਹਨੇ ਜੋਰ ਚ ਵੀ ਉਹਨੇ ਮੈਨੂੰ ਹਿਲਾ ਕੇ ਰੱਖਤਾ ਮੇਰੀ ਅੱਖਾਂ ਚ ਪਾਣੀ ਨੱਕ ਚੋਂ ਪਾਣੀ ਮੈਂ ਮੂੰਹ ਸਾਫ਼ ਕਰ ਲਿਆ ਔਰ ਉਹ ਅੰਦਾ ਕੋਈ ਨਹੀਂ ਆ ਜਾ ਤੂੰ ਗੱਡੀ 'ਚ ਬੈਠ ਉਹਦੇ ਨਾਲ ਇੱਕ ਮੁੰਡਾ ਹੋਰ ਸੀ ਮੈਂ ਗੱਡੀ ਗੱਡੀ ਦੋ ਬਲਾਗ ਗਈ ਮੈਨੂੰ ਫੇਰ ਉਲਟੀ ਆਈ ਦੋ ਤਿੰਨ ਰੀ ਸਾਰਾ ਸਰੀਰ ਰੇਲ ਗਿਆ ਆਈ ਲੋਕਲ ਉਥੇ ਹਸਪੀਟਲ ਗਏ ਆ ਵਾਲਾ ਵਾਲਾ ਸਿਟੀ ਹੈ ਜਿੱਥੇ ਮੈਂ ਰਹਿਣਾ ਵਾਸ਼ਿੰਗਟਨ ਸਟੇਟ 'ਚ ਹਸਪੀਟਲ ਗਏ ਆ ਤੇ ਮੈਂ ਵੇਖੋ ਵੀ ਆਪਣੇ ਆਪ ਗੱਡੀ 'ਚ ਬੈਠਾ ਸਾਂ ਜਦੋਂ ਪੰਜਾ ਕਰ ਤੋ ਗਏ ਹਾਂ ਜੀ ਪੰਜਾ ਮਿੰਟਾਂ 'ਚ ਉਥੇ ਗੱਡੀ ਪਹੁੰਚੀ ਤੇ ਮੇਰੇ ਤੋਂ ਗੱਡੀ 'ਚ ਉਤਰਿਆ ਨਹੀਂ ਗਿਆ ਉਹ ਦੋ ਉਲਟ ਨਾ ਉਲਟੀਆਂ ਨੇ ਮੈਨੂੰ ਲਾ ਕੇ ਰੱਖਤਾ ਜਦੋਂ ਮੈਂ ਗੱਡੀ 'ਚ ਉਤਰਿਆ ਤੇ ਉਹਨਾਂ ਨੇ ਮੈਨੂੰ ਮੋਢੇ ਦੇ ਕੇ ਵਿਚਾਰੇ ਮੈਨੂੰ ਅੰਦਰ ਲੈ ਕੇ ਹਸਪੀਟਲ ਚ ਔਰ ਉਹ ਜਾ ਕੇ ਮੈਂ ਰਿਸੈਪਸ਼ਨ ਤੇ ਗੱਲ ਕੀਤੀ ਤਾਂ ਪਤਾ ਲੱਗਿਆ ਅਮਰਜੈਂਸੀ ਉਹਨਾਂ ਮੈਨੂੰ ਵੇਲ ਚੇਅਰ ਦਿੱਤੀ ਐ ਅਮਰਜੈਂਸੀ ਚ ਲੈ ਕੇ ਗਏ ਪਹਿਲਾਂ ਉਹਨਾਂ ਮੇਰਾ ਬੀਪੀ ਚੈੱਕ ਕੀਤਾ ਜੀ ਇਟਸ ਲਾਈਕ 250 250 ਬੀਪੀ ਹਾਂ ਥਲੜਾ 130 ਦੇ ਲੱਗੇ ਪਹੁੰਚਿਆ ਪਿਆ ਡਾਕਟਰ ਵੀ ਡਰ ਗਿਆ ਉਹਨਾਂ ਨੇ ਨਾ ਦਵਾ-ਦਾਰ ਮੇਰਾ ਸੀਟੀ ਸਕੈਨ ਕੀਤਾ ਜਦੋਂ ਸੀਟੀ ਸਕੈਨ ਕੀਤਾ 10 ਮਿੰਟ ਮੈਨੂੰ ਆਕਸੀਜਨ ਲਾ ਕੇ ਉਹਨਾਂ ਪਾਤਾ ਸਟ੍ਰੈਚਰ ਤੇ ਤੇ ਜਦੋਂ ਮੇਰਾ ਰਿਪੋਰਟ ਆਈ ਹੈ ਤੇ ਡਾਕਟਰ ਸ਼ੌਕ ਹੋ ਗਏ ਉਹਨੇ ਮੇਰੇ ਦੋਸਤ ਨੂੰ ਪੁੱਛਿਆ ਵੀ ਇਹ ਕੀ ਲੱਗਦਾ ਤੇਰਾ ਕਹਿੰਦਾ ਮੇਰਾ ਫਰੈਂਡ ਹੈ ਉਹ ਆਂਦਾ ਵੀ ਹੀ ਇਜ਼ ਰੈਲੀ ਸਿਕ ਕਹਿੰਦਾ ਆਂਦਾ ਹੀ ਇਸ ਗੋਇੰਗ ਟੂ ਡਾਈ ਅੱਛਾ ਜੀ ਉਹਨੇ ਤਾਂ ਮਰ ਜਾਣਾ ਆਂਦਾ ਉਹ ਤਾਂ ਵੀ ਉਹ ਘਬਰਾ ਗਿਆ ਆਂਦਾ ਤੁਸੀਂ ਪੇਸ਼ੈਂਟ ਦੇ ਕੋਲ ਹੀ ਇਦਾਂ ਕਰੀ ਜਾਂਦੇ ਹੋ ਉਹ ਕਹਿੰਦਾ ਮੈਂ ਆਮ ਟੈਲਿੰਗ ਯੂ ਟਰੂਥ ਮੈਂ ਮੈਨੂੰ ਸੱਚ ਦੱਸ ਰਿਹਾ ਜੋ ਹੈਗਾ ਜੀ ਆਂਦਾ ਇਹਦੇ ਅੰਦਰ ਵੈਸਲ ਬਲਾਸਟ ਹੋ ਚੁੱਕੀ ਹੈ ਜਿਹੜੀ ਇਹ ਨਰਵ ਆ ਸਿਰ ਦੇ ਅੰਦਰ ਫਟ ਗਈ ਆ ਇੱਕ ਨੜ ਫਟ ਗਈ ਫਟ ਗਈ ਤਾਂ ਬਲੀਡਿੰਗ ਹੋ ਰਹੀ ਹੈ ਦੇ ਅੰਦਰ ਤਾਂ ਚਾਂਸ ਬਹੁਤ ਘੱਟ ਆ ਬਚਣ ਦੇ ਤੁਸੀਂ ਮਾਨ ਸਾਹਿਬ ਵੇਖੋ ਮੇਰੀ ਅਵਸਥਾ ਵੀ ਸਾਰੀ ਜ਼ਿੰਦਗੀ ਸੰਘਰਸ਼ ਕੀਤਾ ਮਹਾ ਫੈਮਲੀ ਇਕੱਠੀ ਕੀਤੀ ਬੇਟੀ ਗਈ ਉਹ ਜਦੋਂ ਇੰਨੀ ਗੱਲ ਹੋਈ ਤੇ ਮੈਂ ਸੋਚ ਲਿਆ ਮੈਂ ਸੁਣ ਲਿਆ ਸਾਰਾ ਕੁਝ ਮੇਰਾ ਸਾਹ ਟੁੱਟ ਰਿਹਾ ਹੀ ਮੜ ਕੇ ਮੈਂ ਬੋਲ ਰਿਹਾ ਉਹ ਆਂਦਾ ਮੈਂ ਫਿਰ ਵੀ ਇਹ ਟ੍ਰਾਈ ਆਵਰ ਬੈਸਟ ਉਹਨਾਂ ਨੇ ਸਾਡੇ ਤੋਂ ਸ਼ਹਿਰ ਪਿੰਡ ਦਾ ਸਪੋਕਨ ਉੱਥੇ ਫੋਨ ਕੀਤਾ ਉੱਥੇ ਬ੍ਰੇਨ ਦਾ ਜਿਹੜੇ ਨੀਰ ਸਰਜਨ ਹੁੰਦੇ ਆ ਉਹਨਾਂ ਨੇ ਉੱਥੋਂ ਹੈਲੀਕਾਪਟਰ ਭੇਜਿਆ ਅਦੇ 40 ਮਿੰਟ ਚ ਹੈਲੀਕਾਪਟਰ ਆ ਰਿਹਾ ਮੈਨੂੰ ਉਹਨੇ ਲਾਤਾ ਤੇ ਮੇਰੇ ਨਾਲ ਇਹਨਾਂ ਨੇ ਸਾਰੇ ਪਾਸੇ ਫੋਨ ਕਰਤਾ ਵੀ ਹੁਣ ਪਤਾ ਨਹੀਂ ਕੀ ਬੰਨਣਾ ਡਾਕਟਰ ਤਾਂ ਕਹੀ ਜਾਂਦਾ ਮੇਰੇ ਫਰੈਂਡ ਨੇ ਇੰਡੀਆ ਫੋਨ ਲਾਇਆ ਮੇਰੇ ਘਰੇ ਵੀ ਇੱਥੇ ਪਤਾ ਲੱਗਦਾ ਮੇਰਾ ਬਾਪੂ ਸੀਗਾ ਇਹਨਾਂ ਨੂੰ ਸਾਰਿਆਂ ਨੂੰ ਪਤਾ ਲੱਗਾ ਘਬਰਾ ਗਏ ਸਾਰੇ ਛੋਟਾ ਬ੍ਰਦਰ ਸੀ ਮੈਂ ਉਹਦੇ ਨਾਲ ਮੈਨੂੰ ਉਹਦਾ ਗੱਲ ਕਰਨੀ ਘਰੇ ਹਰ ਬੰਦਾ ਸੋਚਦਾ ਵੀ ਹੁਣ ਪਤਾ ਨਹੀਂ ਕੀ ਬੰਨਣਾ ਵੀ ਇਹਦੀ ਗੱਲ ਤਾਂ ਕਰਾਈਏ ਜੀ ਬੋਲ ਲੇਗਾ ਮੈਂ ਕਰ ਲਾਂਗਾ ਮੇਰੇ ਨਿੱਕੇ ਬ੍ਰਦਰ ਨੇ ਫੋਨ ਚੱਕਿਆ ਤੁਸੀਂ ਦੇਖੋ ਮੇਰਾ ਹੌਂਸਲਾ ਇਹ ਸੀ ਵੀ ਮੈਂ ਉਹਨੂੰ ਫੋਨ ਕਰਕੇ ਮੌਤ ਤੋਂ ਬਾਅਦ ਦੀਆਂ ਪਲਾਨਿੰਗਾਂ ਕਰਨੀਆਂ ਸ਼ੁਰੂ ਕਰਤੀਆਂ ਉਹਦੇ ਨਾਲ ਅੱਛਾ ਜੀ ਵੀ ਆ ਵੀ ਯਾਰ ਪਹਿਲੀ ਤੇ ਗੱਲ ਮੈਂ ਵਾਪਸ ਆਵਾਂਗਾ ਤੇ ਜੇ ਨਾ ਆਇਆ ਨਾ ਤੇ ਤੁਹਾਡੀਆਂ ਜ਼ਿੰਮੇਵਾਰੀਆਂ ਬਹੁਤ ਜ਼ਿਆਦੀਆਂ ਨੇ ਤੁਹਾਡੀ ਭਤੀਜੀ ਐ ਛੋਟੀ ਜੀ ਭੁਜਾਈ ਐ ਤੁਹਾਡੀ ਮੇਰਾ ਪਰਿਵਾਰ ਵਿਚਰ ਖਿਆਲ ਰੱਖਿਆ ਜੀ ਮੈਂ ਬਲੀ ਉਹ ਮਸਲੇ ਤੇ ਗੱਲ ਗਈ ਉਹ ਰੋਂ ਲੱਪਿਆ ਕਹਿੰਦਾ ਯਾਰ ਤੂੰ ਐਦਾਂ ਕਿਉਂ ਕਹਿਨਾ ਕੁਝ ਨਹੀਂ ਹੁੰਦਾ ਤੈਨੂੰ ਮੈਂ ਮੈਨੂੰ ਪਤਾ ਨਹੀਂ ਹੁੰਦਾ ਮੈਂ ਮੇਰੀ ਪਹਿਲੀ ਗੱਲ ਤੈਨੂੰ ਇਹ ਕਹੀ ਵੀ ਮੈਂ ਵਾਪਸ ਆਵਾਂਗਾ ਇਹ ਮੇਰਾ ਚੜ੍ਹਦੀ ਕਲਾ ਦਾ ਸੰਕੇਤ ਆ ਵੀ ਕਾਉਂਸਲਰ ਨੇ ਕਹਿਣਾ ਮੈਂ ਵਾਪਸ ਆਵਾਂਗਾ ਮੈਂ ਦੂਜੀ ਗੱਲ ਤਾਂ ਕਹਿ ਰਿਹਾ ਵੀ ਜੇ ਜੇ ਮੈਂ ਨਾ ਆਇਆ ਤੇ ਗੱਲ ਕਾਇਮ ਨਹੀਂ ਸਕਣੀ ਫਿਰ ਮੈਂ ਤੁਹਾਨੂੰ ਜੀ ਫਿਰ ਮੇਰੇ ਕੋਲ ਕਹਿਣ ਦਾ ਟਾਈਮ ਨਹੀਂ ਹੋਣਾ ਵੀ ਹੁਣ ਮੈਨੂੰ ਲੈ ਚੱਲੇ ਹੈਲੀਕਾਪਟਰ ਤੇ ਮੇਰੀ ਉੱਤੇ ਸਰਜਰੀ ਹੋਣੀ ਆ ਤੇ ਆਈ ਡੋਨਟ ਨੋ कि मैं वापस आऊ ना कि नहीं आऊ। ਤੇ ਉਹ ਉਧਰ ਮੇਰੀ ਬੇਟੀ ਵੀ ਆ ਗਈ ਹਸਪੀਟਲ ਸਾਰਿਆਂ ਨੂੰ ਪਤਾ ਲੱਗ ਗਿਆ। ਮਾਨ ਸਾਹਿਬ ਉਹ ਮੂਮੈਂਟ ਨਹੀਂ ਭੁੱਲਦੇ ਮੇਰੇ ਸਾਹਮਣੇ ਮੇਰੀ ਧੀ ਦਾ ਚਿਹਰਾ ਤੁੰਦਲਾ ਹੁੰਦਾ ਜਾ ਰਿਹਾ ਮੈਨੂੰ ਦਿਸਣਵਾੜਦੀ ਜਾ ਰਹੀ ਆ। ਹੈਲੀਕਾਪਟਰ ਆ ਗਿਆ ਮੈਨੂੰ ਲੈ ਕੇ ਪਹਜਾ ਕੇ ਤੇ ਉਹ ਮੇਰਾ ਫਰੈਂਡਾਂ ਦਾ ਹੀ ਨਾਲ ਜਾਣਾ। ਉਹ ਕਹਿੰਦੇ ਨੇ ਤੇਰਾ ਵੀ ਵੇਟ ਕਿੰਨਾ ਉਹਨੇ ਵੇਟ ਦੱਸਿਆ ਕਹਿੰਦੇ ਵੀ ਨਹੀਂ ਇੱਕ ਆਪਰੇਟਰ ਆਇਆ ਇੱਕ ਨਰਸਾ ਹੀ ਨਾਲ ਤੇ ਇਹਦਾ ਵੀ ਵੇਟ ਆ ਤੇ ਹੈਲੀਕਾਪਟਰ 'ਚ ਨਹੀਂ ਕੈਪੈਸਿਟੀ ਨਹੀਂ। ਆਹੀਂ ਲੈ ਜਾਣੇ ਤੁਸੀਂ ਮਗਰ ਆ ਜਾਓ ਗੱਡੀ ਲੈ ਕੇ। ਉਹ ਤਿੰਨ ਚਾਰ ਘੰਟੇ ਦੀ ਡਰਾਈਵ ਕਰਕੇ ਮਗਰ ਵੀ ਪਹੁੰਚੇ। ਉਦੋਂ ਅਮਰੀਕਾ ਜਾ ਕੇ ਮੈਂ ਕੀ ਗਵਾਇਆ ਕੀ ਖਟਿਆ ਉਦੋਂ ਥੋੜਾ ਜਿਹਾ ਇਸ ਕਰਕੇ ਮੈਨੂੰ ਬੜਾ ਵਧੀਆ ਲੱਗਿਆ ਸੀ ਵੀ ਜਦੋਂ ਮੈਂ ਰਾਹ ਚ ਮੈਨੂੰ ਸੌਣ ਨਹੀਂ ਦਿੱਤਾ ਜਾ ਰਿਹਾ ਕਹਿੰਦੇ ਸੌਣਾ ਨਹੀਂਗਾ ਤੂੰ ਜਦੋਂ ਹੈਲੀਕਾਪਟਰ ਉਤਰਿਆ ਤੇ ਗਰਾਉਂਡ 'ਚ ਮੈਨੂੰ ਇਹ ਵੀ ਉਹ ਜਿਹੜੀ ਐਮਰਜੈਂਸੀ ਐਗਜ਼ਿਟ ਹੁੰਦਾ ਹਸਪੀਟਲ ਦਾ ਉਹਦੇ ਸਾਹਮਣੇ ਡਾਕਟਰ ਖੜੇ ਹੋਏ ਸੀਗੇ ਸਾਰੇ ਉਹਨਾਂ ਨੂੰ ਫੋਨ ਤੇ ਕਮਿਊਨੀਕੇਸ਼ਨ ਸੀ ਵੀ ਇੰਦਾ ਦਾ ਪੇਸ਼ੈਂਟ ਆ ਰਿਹਾ ਮੈਨੂੰ ਮਾਨ ਸਾਹਿਬ ਗੋਲੀ ਅੰਗੂ ਅੰਦਰ ਲੈ ਕੇ ਗਏ ਨੇ ਅੱਛਾ ਜੀ ਸਟੇਜਰ ਤੇ ਤੇ ਮੇਰੇ ਡਾਕਟਰ ਨੇ ਤੁਰੇ ਜਾਂਦੇ ਨੂੰ ਇਹ ਗੱਲ ਕਈ ਮੀਂਹ ਤੋਂ ਮੈਨੂੰ ਲੈ ਕੇ ਜਾ ਰਹੀ ਵੀ ਮਿਸਟਰ ਸਿੰਘ ਵੀ ਜਸਟ ਨੀਡ ਅ ਵਨ ਥਿੰਗ ਫਰਮ ਯੂ ਵੀ ਜੇੜਾ ਤੂੰ ਆਪਦਾ ਹੌਸਲਾ ਨਾ ਛੱਡੀ ਅੰਦਰ ਜਦੋਂ ਦਿਲ ਛੱਡੇਗਾ ਤੇ ਅੰਦਰ ਬਲੱਡ ਦਾ ਫਲੋ ਵਧੂਗਾ ਤੇ ਇੰਟਰਨਲ ਬਲੀਡਿੰਗ ਹੋਊਗੀ ਤੇ ਦੈਨ ਇਟਸ ਹਾਰਡ ਫਾਰ ਮੀ ਟੂ ਸੇਵ ਯੂ ਅੰਦਰ ਬ ਕੋਸ਼ਿਸ਼ ਕਰਦਾ ਮੈਂ ਤੈਨੂੰ ਬਚਾ ਲਈਏ ਤੂੰ ਹੌਸਲਾ ਰੱਖੀ ਤੇ ਮੈਨਰੇ ਤੋਂ ਬੋਲਿਆ ਨਹੀਂ ਗਿਆ ਮੈਨੂੰ ਐਂ ਅੰਗੂਠਾ ਖੜਾ ਕਰਤਾ ਵੀ ਆ ਮੋਕੇ ਅੰਦਰ ਲੈ ਗਏ ਅੰਦਰ ਲੈ ਗਏ ਮਾਨ ਸਾਹਿਬ 7 ਘੰਟੇ ਬਿਨੋਂ ਫਿਰ ਪਤਾ ਨਹੀਂ ਰਿਹਾ ਮੈਂ ਕਿੱਥੇ ਰਿਹਾ ਉਹ ਸਮਝ ਲੋਗੇ ਦੂਜਾ ਜਨਮੋਂ ਨਾਲੀ ਗੱਲ ਸੱਤਾਂ ਘੰਟਿਆਂ ਬਾਅਦ ਲਾਈਟਾਂ ਜਗਾ ਕੇ ਤੇ ਮੈਨੂੰ ਨਾ ਉਹ ਆਪਣੇ ਤਾਂ ਹੈ ਨਾ ਬੰਦਾ ਬੇਹੋਸ਼ ਕਰਦੇ ਉਹ ਤੇ ਜਦੋਂ ਦਵਾਈ ਦਾ ਅਸਰ ਹੁੰਦਾ ਵੀ ਉਹਦਾ ਉਹਦਾ ਉਹਨਾਂ ਕੋਲੇ ਸਿਸਟਮ ਉੱਥੇ ਹੈਗਾ ਵੀ ਜਦੋਂ ਮਰਜੀ ਠਾ ਲੈਣ ਫਿਰ ਬੰਦੇ ਨੂੰ ਵਿਓਛ ਕੀਤੇ ਬੰਦੇ ਨੂੰ ਫਿਰ ਇੱਕ ਜੰਕਸ਼ਨ ਲਾਉਂਦੇ ਬੰਦਾ ਉੱਠ ਪੈਂਦਾ ਮਤਲਬ ਇਹ ਨਹੀਂ ਕਿ ਜਿੱਦਾਂ ਉਹਨਾਂ ਆਪਣੀ ਚਲੋ ਸਰਜਰੀ ਹੋਣੀ ਉਹ ਕੁਝ ਵੀ ਹੋਣਾ ਕਿ ਬਾਈ 4 ਘੰਟੇ ਬਾਅਦ ਇਹਨੂੰ ਹੋਸ਼ ਆਊਗਾ ਹਲੇ ਫਿਰ ਸਰਜਰੀ ਹੋ ਗਈ ਓਕੇ ਇਹਨੂੰ ਆਰਾਮ ਕਰਨ ਦੇ ਉਹ ਫਿਰ ਜਦੋਂ ਉਹਨਾਂ ਨੂੰ ਪਤਾ ਲੱਗਦਾ ਸਭ ਕੁਝ ਠੀਕ ਹੈ ਤਾਂ ਫਿਰ ਤੁਹਾਨੂੰ ਠਾ ਲੈਂਦੇ ਨੇ ਦਵਾਈ ਇਹੋ ਹੀ ਦਿੰਦੇ ਉਹ ਸਾਰਾ ਕੁਝ ਅਸਰ ਖਤਮ ਹੋ ਜਾਂਦਾ ਅੱਛਾ ਜੀ ਜਦੋਂ ਮੈਨੂੰ ਠਾਇਆ ਉਹਨਾਂ ਨੇ ਮੈਂ ਅੱਖਾਂ ਘੜੀਆਂ ਤਾਂ ਇਦਾਂ ਹੀ ਲੇਟਾਂ ਜਗ ਰਹੀਆਂ ਮੇਰੇ ਉੱਤੇ ਵੱਡੀਆਂ ਵੱਡੀਆਂ ਇੱਕ ਪੂ टीम खड़ी मेरे सामने मेरे बैड दे, दे अखा खोलिया उन्होंने पहला सवाल मैं जोड़ा पूछया मिस्टर सिंह ना ना नहीं उन्हें लिया उन्हें मैं क्या वही यूर नेम ना की है मैं क्या भी प्रगटजीत सिंह मैं अपना ना दस्या कितने हैं तू मैंने उन्हें पूछा वेर आई यू मैं हाँ भी आ मेन स्पोकर शहर का ना स्पोकर मैं याद सगा hmm. भी मैं स्पोकर हाँ क्यों आया इतने तू तो? ਮਾਹਬੀ ਮੈਨੂੰ ਲੱਗਦਾ ਮੈਨੂੰ ਸਟ੍ਰੋਕ ਹੋ ਗਿਆ ਸੀ। ਅੱਛਾ ਜੀ। ਉਹ ਮੈਮਰੀ ਚੈੱਕ ਕਰ ਰਹੀ ਸੀ ਐਕਚੁਅਲੀ। ਜੀ। ਪ੍ਰੋਸੀਜਰ ਹੁੰਦਾ ਨਾ ਹਸਪੀਟਲ ਦਾ। ਵੀ ਇਹਦੀ ਕਿਤੇ ਯਾਦ ਆਸਤੇ ਤਾਂ ਨਹੀਂ ਚਲੇਗੀ। ਜਿਹੜੀ ਸਰਜਰੀ ਹੋ ਗਈ ਟੀਸੀ ਦੀ। ਜੀ। ਵੀ ਇਹਦੀ ਯਾਦ ਆਸਤੇ ਤਾਂ ਨਹੀਂ ਚਲੇਗੀ। ਮੈਂ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹਦੀ ਮੈਮਰੀ ਗੋੜੇਗੀ। ਫਿਰ ਉਹਨੇ ਮੇਰਾ ਹੱਥ ਫੜ ਲਿਆ ਡਾਕਟਰ ਨੇ। ਕਹਿੰਦੇ ਵੀ ਇਹਨੂੰ ਪੁਸ਼ ਕਰ ਮੈਨੂੰ। ਮੈਂ ਐਨੂੰ ਪੁਸ਼ ਕੀਤਾ। ਫਿਰਾਂ ਦੀਨੂੰ ਖਿੱਚ। ਫਿਰ ਦੂਜਾ ਤਾਂ ਫਿਰ ਮੇਰੇਆਂ ਦੋਵੇਂ ਲੱਤਾਂ ਫੜ ਕੇ ਵੀ ਮੈਨੂੰ ੱੱਕਾ ਮਾਰ ਕੇ ਦੇਖ। ਵੀ ਸਾਰੇ ਸਰੀਰ ਦੇ ਅੰਗ ਵੀ ਠੀਕ ਕਰਦੇ ਪਰ ਕਿ ਇੱਕ ਅਬਜ਼ਰਵੇਸ਼ਨ ਵੀ ਹੋ ਗਈ ਤੇ ਨਾਲ ਦੀ ਨਾਲ ਗੱਲੀ ਬਾਤੀ ਤੁਹਾਡੇ ਤੋਂ ਚੀਜ਼ਾਂ ਜਿਹੜੀਆਂ ਉਹਨਾਂ ਨੇ ਉੱਤਰ ਵੀ ਕਰ ਰਹੇ ਹਾਂ ਕੁਝ ਇਸ ਤੋਂ ਬਾਅਦ ਉਹਨਾਂ ਨੇ ਮੈਨੂੰ ਜਿਹੜੀ ਵਧਾਈ ਦਿੱਤੀ ਵੀ ਕੰਗ੍ਰੈਚੁਲੇਸ਼ਨਸ ਵੀ ਤੇਰੀ ਲਾਈਫ ਬਚ ਗਈ ਆ ਵੀ ਕੋਈ ਸੇਵੜੀ ਉਹ 4 ਘੰਟੇ 7 ਘੰਟੇ ਮੇਰੀ ਸਰਜਰੀ ਚੱਲੀ ਉਸ ਤੋਂ ਬਾਅਦ ਮੈਂ ਫਿਰ ਵੀ ਹੋ ਗਿਆ ਅੱਛਾ ਜੀ ਉਹ ਕਿਉਂਕਿ ਦਵਾਈ ਦਾ ਸਰ ਥੋੜਾ ਚਿਰ ਲਾਸਟ ਤੇ ਠਾਏ ਤੇ ਉਹਨਾਂ ਮੈਨੂੰ ਫਿਰ ਆਈਸੀਯੂ ਚ ਸ਼ਿਫਟ ਕਰਤਾ ਇੱਕ ਨਰਸਸੀ ਮੇਰੇ ਇੱਥੇ ਉਸ ਤੋਂ ਬਾਅਦ ਤੀਜੇ ਦਿਨ ਉਹ ਜਿਹੜੀ ਸਰਜਰੀ ਹੋਈ ਸੀ ਉਹ ਕਿਸੇ ਤਰ੍ਹਾਂ ਮੇਰੀ ਲੱਤ ਖੜ ਗਈ ਵਿੱਚੋਂ ਮਾਨ ਸਾਹਿਬ ਇੱਕ ਦਿਨ ਮੇਰੇ ਫਿਜ਼ੀਓਥੈਰੇਪੀ ਵਾਲੀ ਆਈ ਉਹ ਥੋੜਾ ਤੋਰਨਾ ਸ਼ੁਰੂ ਕੀਤਾ ਤੀਜੇ ਚੌਥੇ ਦਿਨ ਮੈਨੂੰ ਮਾੜਾ ਮਾੜ ਤੁਰਿਆ ਕਰ ਮੈਂ ਤੁਰਿਆ ਲਿਆ ਕੇ ਉਹਨੂੰ ਕੁਰਸੀ ਤੇ ਬਾਇਆ ਜਦੋਂ ਕੁਰਸੀ ਤੋਂ ਉੱਠਣ ਲੱਗਾ ਤਾਂ ਮੇਰੀ ਆਹ ਲੱਤ ਕੰਮ ਕਰਦੀ ਬਾਹ ਲੱਤ ਚੁੱਕਦਾ ਲੱਤ ਨਹੀਂ ਚੁੱਕੀ ਜਾਂਦੀ ਕੋਈ ਜਿਹੜਾ ਮੇਰਾ ਬ੍ਰੇਨ ਉਹ ਕਮਾਂਡ ਹੀ ਨਹੀਂ ਦੇ ਰਿਹਾ ਇਹਨੂੰ ਜੀ ਉਹਨਾਂ ਨੂੰ ਫਿਕਰ ਪੈ ਗਿਆ ਫਿਰ ਡਾਕਟਰਾਂ ਨੂੰ ਫੋਨ ਇਹ ਤਾਂ ਪ੍ਰੋਬਲਮ ਹੋ ਗਈ ਉਹ ਆਇਦੋਂ ਮੇਰਾ ਦੇ ਵੀ ਦੁਬਾਰਾ ਕਰਨੀ ਪੈਣੀ ਸਰਜਰੀ ਦੇਖ ਵੀ ਉਹਨਾਂ ਨੇ ਜਦੋਂ ਸਕੈਨ ਕੀਤਾ ਉਹਦੇ ਵੀ ਜਿਹੜਾ ਅੰਦਰ ਟਾਂਕਾ ਲੱਗਾ ਨਾ ਤੇਰੇ ਨਰਵ ਦੇ ਉੱਤੇ ਉਹਨਾਂ ਨੇ ਕੋਇਲਿੰਗ ਕੀਤੀ ਸੀ ਉਹ ਥੋੜਾ ਮੋਟਾ ਲੱਗ ਗਿਆ ਜੀ ਉਹ ਜਿਵੇਂ ਕੋਈ ਤਾਰ ਸਪਾਰਕ ਨਹੀਂ ਕਰਦੀ ਕਿਤੇ ਕਮਾਂਡ ਦੇ ਦਿੱਤੀ ਕਦੇ ਨਹੀਂ ਨਾਲਾਤ ਫਿਰ ਪੰਜਾਂ ਮਿੰਟਾਂ ਚ ਕੰਮ ਕਰ ਲਾ ਪਈ ਤੁਰ ਪਈ ਪਰ ਉਹਦੇ ਨਹੀਂ ਇਹ ਉਹਨਾਂ ਸਰਕਟ ਸੈੱਟ ਕਰਨਾ ਪੈਣਾ ਵੀ ਤੇਰੇ ਵਿੱਚੋਂ ਕੁਝ ਕੰਮ ਰੁਕਦਾ ਚੀਜ਼ ਨੂੰ ਜੀ ਮੇਰੀ ਮਾਨ ਸਾਹਿਬ ਫਿਰ 7-8 ਘੰਟੇ ਸਰਜਰੀ ਹੋਈ 7-8 ਘੰਟੇ ਉੱਲੋ ਸਾਰਤਰੀ ਕਰਕੇ ਲਿਆਏ ਹਨਾ ਤੇ ਉਹ ਵਕਤ ਮੇਰਾ ਦੋਸਤ ਅਗਰਜੀਤ ਸੰਧੂ ਸੁਣਦੇ ਹੋਣਗੇ ਪ੍ਰੋਗਰਾਮ ਜੀ ਮਤਲਬ ਉਹ ਵਿਚਾਰਾ ਉੱਥੇ ਪਹੁੰਚਿਆ ਸੀ ਉਸ ਬੈਂਟਲ ਉਹ ਜਦੋਂ ਅਸੀਂ ਬੈਠੇ ਆ ਤੇ ਉਹਨਾਂ ਨੇ ਕੀ ਕੀਤਾ ਜੀ ਮੈਨੂੰ ਭਾਈ ਮੇਰਾ ਬੀਪੀ ਡਾਊਨ ਚੁਰਿਆ ਜਾ ਰਿਹਾ ਉਹ ਉੱਪਰਲਾ ਜਿਹੜਾ ਮੇਰਾ ਬਲੱਡ ਪ੍ਰੈਸ਼ਰ 65 ਤੇ ਆ ਗਿਆ ਤੇ ਥਲੜਾ ਮੇਰਾ 30 ਤੇ ਚਲਾ ਗਿਆ ਅੱਛਾ ਜੀ ਤੇ ਜਿਹੜੀ ਉਹ ਲਾਈਨ ਚੱਲਦੀ ਹੁੰਦੀ ਹੈ ਕੰਪਿਊਟਰ ਤੇ ਉਹ ਸਿੱਧੀ ਹੁੰਦੀ ਜਾ ਰਹੀ ਅੱਛਾ ਉਹ ਕਬਰ ਆ ਗਏ ਉਹ ਹੰਦੇ ਨੂੰ ਸੌਣ ਨਾਲ ਦੇ ਮੇਰੇ ਦੋਸਤ ਨੂੰ ਕਹਿੰਦੇ ਉਹ ਮੇਰੇ ਨਾਲ ਗੱਲਾਂ ਕਰੇ ਉਹ ਕਬਰਾਇਆ ਤੇ ਮੈਨੂੰ ਸਮਝ ਪੈ ਰਹੀ ਸੀ ਪਰ ਮੈਂ ਮੈਨੂੰ ਕਿਹਾ ਬਾ ਕੁਛ ਨਹੀਂ ਹੁੰਦਾ ਯਾਰ ਕੋਈ ਉਹ ਰੋਟੀ ਲੈ ਕੇ ਆਇਆ ਹੀ ਪਿੰਡੋਂ ਮਾਹ ਦਾਲ ਦੁੱਲ ਦੀ ਪੜਾ ਮੈਂ ਪੀਣਾ ਤੇ ਸੈੱਟ ਹੋ ਜਾਣਾ ਕੰਮ ਮੈਂ ਉਹ ਕਹੀ ਆਵਾ ਉਹਨੂੰ ਤਰੇਲੀਆਂ ਆਈਆਂ ਤੇ ਕਿਉਂਕਿ ਉਹ ਉਹਨੂੰ ਡਾਕਟਰਾਂ ਨੇ ਦੱਸਤਾ ਸੀ ਆ ਉਹ ਪਿੱਛੇ ਤੋਂ ਮੈਸੇਜ ਨੇ ਵੇ ਕੀਤੇ ਕਰਦੇ ਹੋਣਗੇ ਜਿੱਦਾਂ ਤੱਕ ਉਹ ਉਹਨੂੰ ਪਤਾ ਉਹ ਵੈਂਟੀਲੇਟਰ ਮੰਗਾ ਲਿਆ ਫਿਰ ਉਹਨਾਂ ਨੇ ਵੀ ਛੇ ਸਾਨੂੰ ਵੈਂਟੀਲੇਟਰ ਲਾਉਣਾ ਪਵੇ ਹੁਣ ਵੈਂਟੀਲੇਟਰ ਇੱਕ ਇਹੋ ਜੀ ਚੀਜ਼ ਹੈ ਵੀ ਜਿੱਤੋਂ ਇੱਕ ਦੋ ਪਰਸੈਂਟ ਹੀ ਬੰਦੇ ਮੋੜਦੇ ਵੈਂਟੀਲੇਟਰ ਐਕਚੁਅਲੀ ਡੈੱਡ ਬੰਦੇ ਨੂੰ ਲਾਉਂਦੇ ਆ ਹਾਂਜੀ ਹਾਂ ਜਾਂ ਬਹੁਤੇ ਜਗ੍ਹਾ ਤੇ ਉੱਤੇ ਆਪਣੇ ਆਮ ਹੀ ਪਿੰਡਾਂ 'ਚ ਹੁੰਦਾ ਕਿਰ ਵੀ ਜਿੰਨੀ ਦੇਰ ਤੱਕ ਉਹ ਲੱਗਿਆ ਰੂ ਉਨੀ ਦੇਰ ਤੱਕ ਜਾਂਦਾ ਬਾਈ ਜਦੋਂ ਖੋਲ ਦਿੱਤਾ ਤੇ ਬਸ ਬੰਦਾ ਸਾਡਾ ਮਿੱਟੀ ਹੋ ਗਿਆ ਜਦੋਂ ਵੈਂਟੀਲੇਟਰ ਬਣਾਤਾ ਮੰਗਾ ਲਿਆ ਨਾ ਉਹ ਘਬਰਾ ਗਿਆ ਹੂੰ ਵੈਂਟੀਲੇਟਰ ਬਗਾ ਲਿਆ ਤੇ ਮੈਨੂੰ ਨਾ ਉਹ ਤੇਰੇ ਪੱਜੇ ਪਰ ਡਾਕਟਰ ਐਕਸਪੈਰੀਮੈਂਟ ਕਰ ਰਹੇ ਸੀ ਉਹ ਮੈਨੂੰ ਤਾਂ ਮੈਨੂੰ ਤੇਰੀ ਦੂਜੀ ਲੱਤ ਤੇ ਆਈ ਵੀ ਲਾਉਣੀ ਪੈਣੀ ਤੇ ਹੁਣ ਮੈਂ बेहोश ਨਹੀਂ ਕਰ ਸਕਦਾ ਤੈਨੂੰ ਵੀ ਟਾਈਮ ਹੈ ਨਹੀਂਗਾ ਤੇ ਇਸ ਤਰ੍ਹਾਂ ਉਸ ਦੇ ਵਿੱਚ ਮੈਨੂੰ ਕੱਟ ਲਾਉਣਾ ਪੈਣਾ ਤੇਰੀ ਲੱਤ ਤੇ ਤੇ ਪੇਨ ਤੈਨੂੰ ਬਰਦਾਸ਼ਤ ਕਰਨੀ ਪੈਣੀ ਮਹਾ ਚਲ ਕੋਈ ਨਹੀਂ ਦੁੱਲਾ ਮੇਰੇ ਇਤਰੇ ਬੈਠੇ ਤੇ ਉਹ ਨਹੀਂ ਤੇ ਬਲੇਡ ਮਾਰ ਕੇ ਚੀਰਾ ਦਿੱਤਾ ਪੱਟ ਤੇ ਫਿਰ ਉਹਦੇ ਜੁਨੇ ਲਾ ਦਿੱਤੇ ਤੇ ਪਾ ਲਾ ਕੇ ਸੈਟ ਕਰਕੇ ਸਾਰਾ ਤੇ ਉਹ ਬਲੀਡਿੰਗ ਹੋਈ ਉਹਨਾਂ ਨੂੰ ਏਸੇ ਹੁੰਦੇ ਦੋ ਚੀਜ਼ਾਂ ਨੇ ਜਾਂ ਤੇ ਦੇ ਹਾਰਟ ਦੇ ਵਿੱਚ ਪ੍ਰੋਬਲਮ ਆ ਗਈ ਕੋਈ ਜਾਂ ਬ੍ਰੇਨ ਦੇ ਵਿੱਚ ਲੀਕੇਜ ਹੋ ਗਈ ਤੇ ਜਾਂ ਇਹਦਾ ਜਿਹੜਾ ਜ਼ਖਮ ਆ ਇੱਥੇ ਜਿੱਧਰ ਦੀ ਉਹ ਨਰਵ ਚ ਪਾਉਂਦੇ ਜੀ ਉਹ ਪਹਿਲਾ ਉਹ ਲੀਕ ਜੇ ਉਹ ਲੀਕ ਫਿਰ ਤਾਂ ਕੋਈ ਚੱਕਰ ਦੇ ਉਹ ਸੈੱਟ ਕਰ ਲਾਂਗੇ ਜੇ ਸਾਲਾ ਹਾਰਡ ਦਾ ਵੀ ਕੋਈ ਇਹੋ ਜੀ ਚੀਜ਼ ਹੋਈ ਜਾਂ ਦਿਮਾਗ ਦੀ ਕੋਈ ਚੀਜ਼ ਹੋਈ ਉੱਥੇ ਸਾਡੇ ਔਖਾ ਪਰ ਕੁਦਰਤ ਨੇ ਜਿਵੇਂ ਆ ਦਿੰਦੇ ਸਾਹ ਦੇਣਾ ਉਹੋ ਹੀ ਚੀਜ਼ ਨਿਕਲੀ ਜਿਹੜੀ ਲੱਤ ਵਾਲੀ ਸੀ ਉਹ ਜਦੋਂ ਲੱਭ ਲਈ ਉਹਨਾਂ ਨੇ ਫਿਰ ਉਹਨਾਂ ਨੇ ਉਸ ਸੀਲ ਦੇ ਕੀਤੀ ਤੇ ਮੇਰਾ ਬੀਬੀ ਤਾਂ ਜਾਣ ਲੱਗ ਪਿਆ ਹੌਲੀ ਹੌਲੀ अच्छा जी ਜਦੋਂ ਵਾਪਸ ਮੁੜਿਆ ਉਹਦੇ ਮੋੜ ਆਇਆ ਚਲੋ ਮੋੜਾ ਪੈ ਲਿਆ ਲਾਈਕ ਉਦੋਂ ਬਾਅਦ ਮਹੀਨੇ ਬਾਅਦ ਮੈਨੂੰ ਛੁੱਟੀ ਮਿਲੀ ਫਿਰ ਘਰੇ ਆਇਆ ਮੈਨੂੰ ਕੋਵਿਡ ਹੋ ਗਿਆ ਓਹ ਹੋ ਹੋ ਚਲੋ ਕੋਈ ਗੱਲ ਨਹੀਂ ਮੈਂ ਇੰਨੀਆਂ ਪੀੜਾ ਚੋਂ ਨਿਕਲਿਆ ਤੇ ਮਤਲਬ ਉਹ ਚੀਜ਼ ਹੈ ਉਦੋਂ ਜਦੋਂ ਮੇਰੇ ਜਿੱਦਣ ਪਹਿਲੇ ਦਿਨ ਮੈਨੂੰ ਬ੍ਰੇਨ ਹੈ ਮੇਰੇ ਜੋ ਆਇਆ ਤੇ ਮੇਰੇ ਫਾਦਰ ਸਾਹਿਬ ਨੂੰ ਆ ਕੇ ਮੇਰੇ ਬ੍ਰਦਰ ਨੇ ਦੱਸਿਆ ਤੇ ਭਰਾ ਮੇਰਾ ਛੋਟਾ ਰੋ ਰਿਹਾ ਬਾਪੂ ਵੀ ਰੋ ਰਿਹਾ ਤੇ ਬਾਪੂ ਉਹਨੂੰ ਹੌਸਲਾ ਕਰ ਰਿਹਾ ਤਾਂ ਨਹੀਂ ਜੇ ਉਹ ਪਹੁੰਚ ਗਿਆ ਨਾ ਤੇ ਬਚ ਜਾਊਗਾ ਤੂੰ ਤਿਲ ਨਾ ਛੱਡਾ ਤੇ ਉਹ ਬੜੀਆਂ ਜਿਹੜੀਆਂ ਚੀਜ਼ਾਂ ਨੇ ਤੇਰੇ ਦਿਮਾਗ 'ਚ ਕਲਿੱਕ ਕਰ ਜਾਂਦੀਆਂ ਨੇ ਹੁਣ ਉਦੋਂ ਜਦੋਂ ਮੈਨੂੰ ਹੋਸ਼ ਆਈ ਜਦੋਂ ਮੇਰੀ ਪਹਿਲੇ ਦਿਨ ਮੇਰੇ ਪਿਤਾ ਨਾਲ ਗੱਲ ਹੋਈ ਬੜਾ ਰੋਇਆ ਫੋਨ ਤੇ ਤੇ ਮੇਰੇ ਦੋਸਤ ਦਾ ਨਾਮ ਲੈ ਕੇ ਕਹਿ ਰਿਹਾ ਏ ਵੀ ਉਹ ਗਰਜੀਤ ਦਾ ਅਦਾ ਉਹਦੇ ਧੰਨਵਾਦ ਅਦਾ ਉਹਦਾ ਅਦਾ ਅਦਾ ਤੇ ਬਿਲਕੁਲ ਤੇਰੀ ਜਾਨ ਬਚਾਈ ਉਹਨਾਂ ਨੇ ਤੇਰੇ ਨਾਲ ਖੜੇ ਨਹੀਂ ਤੇ ਮੈਂ ਕੱਲਾ ਸੀ ਉੱਥੇ ਇਹ ਇੱਕ ਸੱਚ ਵੀ ਇਹ ਸੱਚ ਵੀ ਹੈ ਤੇ ਦੂਸਰੀ ਗੱਲ ਇਹ ਕਿ ਪਿੱਛੇ ਪਰਿਵਾਰ ਨੇ ਵੀ ਇੰਨੇ ਚੀਜ਼ਾਂ ਹੁੰਦਾ ਜੀ ਕੇਰ ਨਾਲ ਕੌਣ ਖੜੂ ਆ ਬੇਗਾਨੀ ਥਾਂ ਤੇ ਉੱਤੇ ਜਾਂ ਬੇਗਾਨੇ ਸ਼ਹਿਰ ਦੇ ਵਿੱਚ ਔਖਾ ਹੁੰਦਾ ਮੈਂ ਕਹਿੰਨਾ ਵੀ ਪਰਿਵਾਰ ਵੀ ਇੰਨੀ ਕੇਰ ਨਹੀਂ ਕਰਦਾ ਵੀ ਜਿੱਤਰਾ ਉਹਨਾਂ ਮੇਰੇ ਨਾਲ ਉਦੋਂ ਸਟੈਂਡ ਕੀਤਾ ਤੇ ਉਹ ਚੀਜ਼ਾਂ ਸੀ ਉਹ ਬੜੀਆਂ ਸੀ ਉਹ ਉਹ ਹਾਦਸਾ ਹੋਣ ਤੋਂ ਬਾਅਦ ਚੇਂਜ ਹੋ ਗਿਆ ਪਰ ਮੈਨੂੰ ਇਹ ਨਹੀਂ ਪਤਾ ਵੀ ਮਤਲਬ ਦਿੰਨਾ ਚੋਂ ਸਲਾਬਾਦ ਆ ਮੈਂ ਸੱਚੀ ਕਿ ਉਦੋਂ ਮੈਂ ਇੰਨਾ ਪੇਨ ਨਹੀਂ ਫੀਲ ਕੀਤਾ ਮੈਂ ਬੜੀ ਹੌਸਲੇ ਚ ਰਹਾ ਬੜੀ ਚੜ੍ਹਦੀ ਕਲਾ ਚ ਰਹਾ ਜੀ ਜਿੰਨਾ ਮੈਂ ਟੁੱਟਿਆ ਆਪਦੇ ਪਿਤਾ ਦੀ ਮੌਤ ਤੇ ਇੰਨਾ ਮੈਂ ਉਦੋਂ ਨਹੀਂ ਰੋਟਿਆ ਉਹ ਗੱਲ ਕਰਦਾ ਇਹੋ ਮਤਲਬ ਸੀ ਵੀ ਐਨੀ ਪੇਨ ਚੋਂ ਨਿਕਲਿਆ ਮੈਂ ਐਨੇ ਔਖੇ ਟਾਈਮ ਚੋਂ ਨਿਕਲ ਆਇਆ ਹਾਂ ਤੇ ਆ ਚੀਜ਼ ਜਿਹੜੀ ਹੋਗੀ ਜੀ 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 ਤੁਸੀਂ ਥੋੜਾ ਪਾਣੀ ਲਓ ਐਂਡ ਇਨ ਮੀਨ ਟਾਈਮ ਪਰਦੇ ਪਿੱਛੇ ਬੈਠੇ ਤੁਹਾਨੂੰ ਤਾਂ ਪਰਦੇ ਸੇ ਅਸੀਂ ਲਾਏ ਇਧਰ ਪਰਦੇ ਅੱਗੇ ਜਿਹੜੇ ਪਰਦੇ ਪਿੱਛੇ ਬੈਠੇ ਜਿਹੜਾ ਉਹਨਾਂ ਨਾਲ ਵੀ ਗੱਲ ਕਰ ਲਗੇ ਜੀ ਬਾਈ ਤੁਸੀਂ ਇਸੇ ਤਰ੍ਹਾਂ ਬਣੇ ਰਹੋ ਤੇ ਇਸ ਤੋਂ ਬਾਅਦ ਆਪਾਂ ਹੋਰ ਗੱਲਾਂ ਬਾਤਾਂ ਵੀ ਕਰ ਲੈਣੇ ਆ ਅਮਰੀਕਾ ਦੇ ਵਿੱਚ ਕੀ ਕੁਝ ਚੱਲਦਾ ਪਿਆ ਜਾਂ ਹੋਰ ਲੈਂਦਾ ਪੰਜਾਬ ਦੇ ਵਿੱਚ ਵੀ ਜਾ ਕੇ ਇਹ ਸੰਧੂ ਸਾਹਿਬ ਉੱਥੋਂ ਦਾ ਹਾਲ ਚਾਲ ਵੀ ਪੁੱਛ ਲੈਣੇ ਕਿ ਲੈਂਦਾ ਪੰਜਾਬ ਸਾਡੇ ਨਾਲੋਂ ਵੱਖਰਾ ਕਿਵੇਂ ਆ ਚੜਦਾ ਪੰਜਾਬ ਇਧਰਲੇ ਪਾਸੇ ਆ ਗਿਆ ਲੈਂਦਾ ਪੰਜਾਬ ਦੇ ਵਿੱਚ ਸਾਡੇ ਨਾਲੋਂ ਕੀ ਕੁਝ ਵੱਖਰਾ ਉੱਥੇ ਉਹਨਾਂ ਦੀ ਦੁਨੀਆਦਾਰੀ ਕੀ ਕਹਿੰਦੀ ਆ ਉਹਦੇ ਤੇ ਵੀ ਕੁਝ ਖਾਸ ਗੱਲਾਂ ਬਤਾ ਕਰਾਂਗੇ ਫਿਰ ਇੱਥੋਂ ਵਾਲੇ ਬਾਰੇ ਵੀ ਆਪਾਂ ਗੱਲਬਾਤ ਕਰਾਂਗੇ ਅੱਛਾ ਜੀ ਆਪਾਂ ਆਈਏ ਜਰਾ ਉੱਥੇ ਜਿੱਦਾਂ ਕਿ ਚਲੋ ਤਰੱਕੀ ਤਾਂ ਹਰੇਕਾਂ ਦੇ ਉੱਤੇ ਆ ਕਹਿ ਲੋ ਕਿ ਬਾਈ ਕਰਨੀ ਕਰਨੀ ਆ ਦੁਨੀਆ ਨੇ ਤਰੱਕੀ ਦੇ ਨਾਲ ਨਾਲ ਹੋਣੇ ਚੀਜ਼ਾਂ ਵੀ ਆਪਾਂ ਸੁਣਦੇ ਆ ਕਿ ਯਾਰ ਹੋਰ ਚੀਜ਼ਾਂ ਵੀ ਆਉਣਗੀਆਂ ਨੇ ਨਸ਼ਾ ਵੀ ਆਊਗਾ ਕ੍ਰਾਈਮ ਵੀ ਆਊਗਾ اے بی ਸੀ ਡੀ ਕੁਝ ਹੋਰ ਬਹੁਤ ਕੁਛ ਹੈ ਜਿਹੜਾ ਉਹ ਡੈਫੀਸ਼ੈਂਸੀਜ਼ ਆਉਂਦੀਆਂ ਆਉਂਦੀਆਂ ਨਾਲ ਨਾਲ ਬਿਲਕੁਲ ਉੱਥੇ ਕੀ ਕੁਝ ਚੱਲਦਾ ਜਿਹੜਾ ਕੁਝ ਅਸੀਂ ਇੱਥੇ ਸੁਣਦੇ ਆ ਪੰਜਾਬ ਦੇ ਵਿੱਚ ਮੈਂ ਤਾਂ ਇਮਾਨਦਾਰੀ ਨਾਲ ਦੱਸਾਂ ਮੈਂ ਤਾਂ ਕਦੇ ਨਹੀਂ ਗਿਆ ਪਰ ਇਹ ਵੀ ਤੁਸੀਂ ਜ਼ਰੂਰ ਦੱਸਿਓ ਉੱਥੋਂ ਵਾਲਾ ਵੀ ਜਿਹੜਾ ਖਾਸ ਕਰਕੇ ਵੀ ਆਪਣੇ ਪਿੰਡਾਂ ਨੂੰ ਜਾ ਕੇ ਚੀਜ਼ਾਂ ਮਹਿਸੂਸ ਨੇ ਕਿ ਯਾਰ ਵੀ ਆਹ ਚੀਜ਼ ਇੱਥੋਂ ਦੀ ਸਾਨੂੰ ਨਹੀਂ ਜੱਜਦੀ ਸਾਡੇ ਫਿੱਟ ਆਉਣੀ ਔਖੀ ਆ ਬਾਈ ਪਰ ਆਹ ਸਾਨੂੰ ਫਿੱਟ ਵੀ ਆ ਗਈ ਆ ਠੀਕ ਵੀ ਆ ਇੱਥੇ ਨਹੀਂ ਬਹੁਤ ਗ ਬਹੁਤੋ ਚੀਜ਼ਾਂ ਦਾ ਡਿਫਰੈਂਟ ਹੁੰਦਾ ਪਰ ਮੈਂ ਸੋਚਦਾ ਹਾਂ ਨਾ ਵੀ ਜਿਹੜਾ ਐਨ ਆਰ ਆਈ ਹੈ ਨਾ ਜਿਹੜਾ ਬੰਦਾ ਇੱਥੋਂ ਜਾ ਕੇ ਉੱਥੇ ਵੱਸਿਆ ਉਹ ਇੱਕ ਬ੍ਰਿਜ ਦਾ ਕੰਮ ਕਰੇ ਤੇ ਜਾਦਾ ਵਧੀਆ ਜੀ ਸਾਰਾ ਕੁਝ ਉੱਥੇ ਚੰਗਾ ਨਹੀਂ ਹੈਗਾ ਤੇ ਸਾਰਾ ਕੁਝ ਇੱਥੇ ਵੀ ਮਾੜਾ ਨਹੀਂ ਹੈਗਾ ਤੁਸੀਂ ਸਮਝ ਸਕਦੇ ਹੋ ਨਾ ਮੇਰੀ ਗੱਲ ਜੀ ਜੀ ਬ੍ਰਿਜ ਦਾ ਕੰਮ ਦਾ ਮਤਲਬ ਇਹ ਵੀ ਅਸੀਂ ਹੁਣ ਬਾਹਰ ਆ ਤੇ ਸਾਡਾ ਫਰਜ਼ ਬਣਦਾ ਵੀ ਇੱਥੋਂ ਦੀਆਂ ਜਿਹੜੀਆਂ ਚੰਗੀਆਂ ਚੀਜ਼ਾਂ ਨੇ ਚੰਗੀਆਂ ਆਦਤਾਂ ਨੇ ਚੰਗੇ ਕੰਮ ਨੇ ਜਿਹੜੀ ਇੱਕ ਲਾਈਫ ਦੀ ਕੁਆਲਿਟੀ ਆ ਇਹ ਅਸੀਂ ਉਧਰ ਲੈ ਕੇ ਜਾਈਏ ਜਿਹੜੀ ਗਿਆਂ ਉੱਥੋਂ ਦੀਆਂ ਚੰਗੀਆਂ ਉਹ ਇੱਥੇ ਆ ਕੇ ਲੋਕਾਂ ਨੂੰ ਦੱਸਗੇ ਉਹ ਇੱਥੇ ਲੋਕਾਂ ਨੂੰ ਸਮਝਾਈਗੇ ਤੋ ਇਹ ਇਦਾਂ ਕਰ ਲਓ ਜੀ ਪਰ ਜੇ ਹੁਣ ਗੇਮ ਉਲਟ ਹੋ ਜੇ ਵੀ ਇੱਥੋਂ ਦਾ ਗੰਦ ਉਧਰ ਚੁੱਕ ਕੇ ਲੈ ਜਾਓ ਤੇ ਉਧਰਲਾ ਗੰਦ ਚੁੱਕ ਕੇ ਇੱਧਰ ਲੈ ਜਾਓ ਫਿਰ ਤੇ ਕਿਤੇ ਵੀ ਭੁਲਾ ਨਹੀਂਗਾ ਫਿਰ ਉਹ ਦੋਨੇ ਥਾਂ ਦੇ ਤੇ ਨੁਕਸਾਨ ਹੋਊਗਾ ਦੋ ਦੋਹਾ ਥਾਂ ਤੇ ਤੂੰ ਇੱਥੇ ਵੀ ਨੁਕਸਾਨ ਕਰ ਰਹੇ ਤੋ ਉੱਥੇ ਵੀ ਨੁਕਸਾਨ ਕਰ ਰਹੇ ਹੋ ਬੜੇ ਲੋਕ ਨੇ ਜਿਹੜੇ ਚੰਗੇ ਐਫਰਟ ਕਰਦੇ ਨੇ ਜਿਹੜੇ ਜਿਹੜੇ ਵਧੀਆ ਨੇ ਮੈਂ ਇੱਥੇ ਆ ਕੇ ਜਿੱ ਤਰ੍ਹਾਂ ਹੁਣ ਉੱਥੇ ਟ੍ਰੈਫਿਕ ਰੂਲਸ ਨੇ ਮੈਂ ਉਹ ਆਗੇ ਤੇ ਲੋਕਾਂ ਨੂੰ ਦਸੀਦਾ ਆ ਕਿ ਯਾਰ ਜਿਹੜੇ ਨਾ ਇੱਕ ਨੈਤਿਕਤਾ ਵੀ ਕੋਈ ਚੀਜ਼ ਹੁੰਦੀ ਹੈ ਹਰ ਗਵਰਨਮੈਂਟ ਜਿਹੜੀ ਚੀਜ਼ ਨਾ ਹਰ ਚੀਜ਼ ਸਰਕਾਰ ਨਹੀਂ ਤੁਹਾਡੇ ਤੇ ਲਾਗੂ ਕਰ ਸਕਦੀ ਹੁਣ ਉੱਥੇ ਜੇ ਅਸੀਂ ਰੈੱਡ ਸਿਗਨਲ ਤੇ ਰੁਕਦੇ ਆ ਤੇ ਪੁਲਿਸ ਦੇ ਡਰ ਨਾਲ ਨਹੀਂ ਰੁਕਦੇ ਬੰਦਾ ਆਪਦਾ ਉਹ ਪ੍ਰਿੰਸੀਪਲ ਹੁੰਦੇ ਨਾ ਲਾਈਫ ਦੇ ਇੱਕ ਨੈਤਿਕ ਫਰਜ਼ ਸਮਝਦੇ ਨੇ ਲੋਕ ਸੀਟ ਬੈਲਟ ਲਾਉਂਦੇ ਨੇ ਤੇ ਪੁਲਿਸ ਦੇ ਡਰ ਨਾਲ ਨਹੀਂ ਲਾਉਂਦੇ ਉਹ ਵੀ ਇੱਕ ਤੁਹਾਡਾ ਨੈਤਿਕ ਫਰਜ ਆ ਵੀ ਯਾਰ ਇਹਦੇ ਨਾਲ ਨੁਕਸਾਨ ਹੋਊਗਾ ਜੇ ਆਪਾਂ ਨਾ ਲਈ ਇਹ ਬਹੁਤ ساری ਚੀਜ਼ਾਂ ਨੇ ਸਾਡੇ ਆ ਵੀ ਜੇ ਤੱਕ ਪੁਲਿਸ ਵਾਲਾ ਵੇਖਦਾ ਤੇ ਫੋਲੋ ਕਰ ਲੋ ਪਹਿਲੀ ਤਾਂ ਗੱਲ ਪੁਲਿਸ ਦੀ ਲੋਕ ਪਰਵਾਹ ਨਹੀਂ ਕਰਦੇ ਨਹੀਂ ਕਰਦੇ ਹਾਂ ਤੇ ਜੇ ਨਹੀਂ ਵੇਖਦਾ ਕਿਉਂਕਿ ਇੱਕ ਸਰਕਾਰ ਤੁਹਾਨੂੰ ਸੜਕਾਂ ਬਣਾ ਕੇ ਦੇ ਸਕਦੀ ਹੈ ਸਰਕਾਰ ਤੁਹਾਨੂੰ ਅੱਛਾ ਸਿਸਟਮ ਦੇ ਸਕਦੀ ਪਰ ਉਹ ਸੜਕਾਂ ਨੂੰ ਯੂਜ਼ ਕਿਵੇਂ ਕਰਨਾ ਉਹ 70% 80% ਤੁਹਾਡੇ ਆਪਣੇ ਹੱਥ ਚ ਆ ਜਦੋਂ ਤੁਸੀਂ ਸਹੀ ਕਰੋਗੇ ਤੁਹਾਨੂੰ ਵੇਖ ਕੇ ਵੀ ਲੋਕ ਬੜੇ ਸਹੀ ਹੋਣਗੇ ਚਾਰ ਬੰਦੇ ਸਹੀ ਚੱਲਣਗੇ ਤੁਸੀਂ ਟੋਕੋਗੇ ਲੋਕਾਂ ਨੂੰ ਪਰ ਸਾਡੇ ਬੜਾ ਮੈਂ ਤਾਂ ਜੇ ਵੇਖਿਆ ਵੀ ਵਨਵੇ ਰੋਡ ਬਣ ਗਈ ਸੜਕਾਂ ਬਹੁਤ ਵਧੀਆ ਬਣ ਗਈਆਂ ਲੋਕੇ ਪੁੱਠੇ ਹੱਥ ਕੋਰੀ ਦੀਆਂ ਟਰਾਲੀਆਂ ਲੱਦੀ ਫਿਰਦੇ ਬਦਲ ਕੇ ਹੁਣ ਹਏ ਤਾਂ ਹੁਣ ਵਨਵੇ ਰੋਡ ਇਦਾਂ ਦਾ ਹੁੰਦਾ ਹਾਈਵੇ ਵੀ ਪੇ ਐਕਸੀਡੈਂਟ ਘੱਟ ਹੁੰਦਾ ਦਿੱਤੇ ਪਰ ਜਿਹੜਾ ਹੁੰਦਾ ਹੈ ਨਾ ਉਹਦੇ ਚ ਬਚਣ ਦੇ ਚਾਂਸ ਉਹ ਘੱਟ ਹੁੰਦੇ ਕਿਉਂਕਿ ਸਪੀਡ ਬਹੁਤ ਜ਼ਿਆਦਾ ਹੈ ਕੰਟਰੋਲ ਤੋਂ ਬਾਹਰ ਹੁੰਦਾ ਕੰਮ ਜਦੋਂ ਕੋ ਪੁੱਠੇ ਹੱਥ ਅਗੋ ਆ ਰਿਹਾ ਹੈ ਤੁਸੀਂ ਤੁਹਾਡੇ ਇਹ ਤਾਂ ਦਿਮਾਗ 'ਚ ਗੱਲ ਹੀ ਨਹੀਂ ਨਾ ਹੈਗੀ ਵੀ ਕੋਈ ਅੱਗੋਂ ਆਜੂਗਾ ਹਾਂਜੀ ਤੁਸੀਂ ਆਪਦਾ ਖੁੱਲੇ ਦਿਲ ਨਾਲ ਆਪਦੀ ਲਾਈਨ 'ਚ ਕੱਢੀ ਕੋਈ ਚਾਣਕ ਅੱਗੋਂ ਚੜ ਗਿਆ ਜਾਂ ਵਿੱਚੋਂ ਇਹਨਾਂ ਕੱਟ ਬਣਾਏ ਲੋਕਾਂ ਨੇ ਆਪ ਹੀ ਵਿੱਚੋਂ ਡਿਵਾਈਡਰ ਤੋੜੇ ਹੋਏ ਆ ਕੋ ਟਰੈਕਟਰ ਚੜਾ ਦਿੰਦਾ ਕੋਈ ਸਾਈਕਲ ਚਲਾ ਦਿੰਦਾ ਕੋਈ ਮੋਟਰਸਾਈਕਲ ਚੜਾ ਦਿੰਦਾ ਉਹ ਜਦੋਂ اچانک ਕੋਈ ਬੰਦਾ ਆਊਗਾ ਤਾਂ ਐਕਸੀਡੈਂਟ ਕਿਤਰਾ ਦਾ ਹੋਊਗਾ ਤੁਸੀਂ ਆਪ ਆਪਣੇ ਹਿਸਾਬ ਨਾਲ ਅੰਦਾਜ਼ਾ ਲਾਓ ਉਹ ਤਾਂ ਇਮੇਜਨ ਹੁੰਨੀ ਤੇ ਡਰ ਲੱਗਦਾ ਤੇ ਜੇ ਹੋ ਜੇ ਤਾਂ ਬਹੁਤ ਹੁੰਦੇ ਆ ਲੋਕਾਂ ਦੇ ਬੜੇ ਹਾਦਸੇ ਹੁੰਦੇ ਆ ਤਾਂ ਇਹ ਚੀਜ਼ ਆ ਵੀ ਲੋਕਾਂ ਨੂੰ ਸਿੱਖਣ ਦੀ ਲੋੜ ਆ ਤੇ ਇੱਥੋਂ ਦਾ ਜਿਹੜਾ ਕਲਚਰ ਆ ਉਹ ਮੈਨੂੰ ਵਧੀਆ ਲੱਗਦਾ ਵੀ ਇੱਥੇ ਸਾਡੇ ਚ ਹਜੇ ਵੀ ਜਿਹੜਾ ਸਿਸ਼ਟਾਚਾਰ ਆ ਹੁਣ ਸਾਡਾ ਕੋਰੀਆ ਵਾਲਾ ਸਿਸਟਮ ਹੈ ਨਹੀਂਗਾ ਵੀ ਤੁਸੀਂ 18 ਸਾਲ ਦਾ ਜਵਾਬ ਹੋ ਗਿਆ ਤੁਹਾਨੂੰ ਕਹਿਣਾ ਵੀ ਜਾ ਵੀ ਉਰਦੂ ਆਉਦਾ ਕਮਾ ਕਰ ਵੀ ਸਾਡੀ ਕੋਈ ਨਹੀਂ ਨਹੀਂ ਸਾਡਾ ਤਾਂ ਇੱਥੇ ਉਹੀ ਜਿਹਦਾ ਕੁਛ ਇੱਥੇ ਚੱਲਦਾ ਕਿ ਭਾਈ ਸਾਡਾ ਸਾਡੇ ਬੱਚਿਆਂ ਤੇ ਹੱਕ ਆ ਤੇ ਉਹਨਾਂ ਨੂੰ ਵੀ ਲੱਗਦਾ ਕਿ ਸਾਡਾ ਸਾਡੇ ਮਾਪਿਆਂ ਤੇ ਹੱਕ ਆ ਇਹ ਇਹ ਚੀਜ਼ ਖੂਬਸੂਰਤ ਹੈ ਨਾ ਇਹ ਵਧੀਆ ਗੱਲ ਆ ਮੈਂ ਇਸ ਗੱਲ ਦੀ ਅਸੀਂ ਬਾਹਰ ਵੀ ਤਰੀਫ ਕਰਦੇ ਹਾਂ ਵੀ ਯਾਰ ਜਿੱਥੇ ਮਰਜ਼ੀ ਪਹੁੰਚ ਜਾ ਪਰ ਇਹ ਵਧੀਆ ਹੁਣ ਬਾਪੂ ਆ ਗੱਤੋ ਕਿ ਤੇ ਮੈਨੂੰ ਇੱਕ ਪਸਤਾ ਹਲਾਗੇ ਮੈਂ ਨਹੀਂ ਕਹਿੰਦਾ ਵੀ ਅਸੀਂ ਬਿਲਕੁਲ ਨਕਮੇ ਰਹੇ ਬੜਾ ਫਿਰ ਵੀ ਮੈਂ ਨਾ ਵੀ ਹੋਰ ਕਰ ਸਕਦਾ ਸੀ ਜਾਣ ਪਾਈ ਸਕਦਾ ਸੀ ਬੜਾ ਬੜੀ ਕੇਅਰ ਕੀਤੀ ਪਰ ਉੱਥੇ ਆ ਵੀ ਬੰਦਾ ਇਹ ਪ੍ਰਿਪੇਅਰ ਹੁੰਦਾ ਮੈਂਟਲੀ ਇਸ ਗੱਲ ਤੇ ਵੀ ਮੈਂ 65 ਸਾਲ ਤੋਂ ਬਾਅਦ ਤੇ ਜਿਹੜਾ 올ਡ ਏਜ ਕੇਅਰ ਹੋਵੇ ਮੈਂ ਉੱਥੇ ਜਾਣਾ ਮੈਨੂੰ ਨਰਸਾਂ ਨੇ ਸਭ ਬੜਾ ਉਹਨਾਂ ਦੀ ਦਵਾਈ ਦੇਣੀ ਹੈ ਰਿਟਾਇਰਮੈਂਟ ਤੋਂ ਬਾਅਦ ਮੇਰੇ ਜਵਾਕਾਂ ਨੇ ਨਹੀਂ ਮੈਨੂੰ ਸਾਂਭਣਾ ਕਿਉਂਕਿ ਰਿਟਾਇਰਮੈਂਟ ਤੋਂ ਪਹਿਲਾਂ ਜਵਾਕ ਤਾਂ ਛੱਡ ਚੁੱਕੇ ਹੁੰਦੇ ਨੇ ਰਿਟਾਇਰਮੈਂਟ ਤੇ ਜਾ ਕੇ ਤੁਸੀਂ 60 65 ਸਾਲ ਦੀ ਉਮਰ ਚ ਰਹਿੰਦੇ ਹੋ ਜਵਾਕ ਤੇ ਜਦੋਂ 18 20 ਸਾਲ ਦੇ ਹੋਗੇ ਉਹ ਬੁਆਏਫਰੈਂਡ ਗਰਲਫਰੈਂਡ ਵਾਲਾ ਕਲਚਰ ਆ ਕਿਸੇ ਨੇ ਵਿਆਹ ਕਰਾ ਲਿਆ ਕਿ ਨਹੀਂ ਵੀ ਕਰਾ ਲਿਆ ਕੋਲੇ ਵੀ ਕਿ ਕੋਈ ਕਿਤੇ ਮੂਵ ਹੋ ਗਿਆ ਕੋਈ ਕਿਤੇ ਰਹਿ ਰਿਹਾ ਪਤਾ ਹੀ ਨਹੀਂ ਸਾਡੇ ਮਾਪਿਓ ਕਿੱਥੇ ਬਹੁਤੇ ਪੇਰੈਂਟਸ ਨੂੰ ਇਹ ਨਹੀਂ ਪਤਾ ਤਾਂ ਵੀ ਸਾਡੇ ਬੱਚੇ ਰਹੇ ਕਿੱਥੇ ਰਹੇ ਨੇ ਕਿਹੜੀ ਸਟੇਟ ਚ ਨੇ ਤੇ ਕਿਹੜੇ ਸ਼ਹਿਰ ਚ ਨੇ ਅੱਛਾ ਜੀ ਇੱਥੋਂ ਤੇ ਕਰ ਕੰਮ ਹੋ ਜਾਂਦਾ ਤੇ ਅ ਅਹੀਂ ਮਤਲਬ ਅਹੀਂ ਗਾਂ ਉਹਨਾਂ ਦਾ ਪਰਜਾ ਹੀ ਨਾ ਰਹੇਗਾ ਕਿ ਕਈ ਵਾਰੀ ਕਿਸੇ ਦਾ ਹੁੰਦਾ ਕਿ ਭਰਾ ਭਤੀਜੇ ਜਾਂ ਕੋਈ ਕਿ ਭਾਂਜੇ ਤੱਕ ਵੀ ਹੁੰਦਾ ਅਗਲਾ ਕਿ ਨਾ ਕੋਈ ਗੱਲ ਨਹੀਂ ਸੈੱਟ ਕਰ ਦਈਏ ਜਵਾਨ ਨਹੀਂ ਲੋਕਾਂ ਨੇ ਬੜਾ ਬੜਾ ਟੱਬਰ ਢੋਆ ਬਾਹਰ ਜੀ ਇਹ ਚੀਜ਼ ਇੱਥੋਂ ਲੈ ਕੇ ਗਏ ਹਰ ਬੰਦੇ ਨੂੰ ਇੱਕ ਪੇੜ ਹੁੰਦੀ ਹੈ ਵੀ ਜਿਹੜਾ ਮੇਰੇ ਜੇ ਮੈਂ ਰੋਟੀ ਪਿਆ ਹੈ ਜਾਂ ਮੇਰਾ ਕੁਝ ਹੋਇਆ ਤੇ ਮੈਂ ਆਪਣੇ ਭੈਣ ਭਰਾ ਸਾਰੇ ਸੈੱਟ ਕਰਨਾ ਔਰ ਇਹ ਗੱਲ ਚੰਗੀ ਵੀ ਆ ਕਰਨਾ ਕਮਾਉਣਾ ਆਪਦਾ ਕਿਸੇ ਨੇ ਪਰ ਜੇ ਤੁਹਾਡੀ ਜੀ ਥੋੜੀ ਜੀ ਅਲਪ ਨਾਲ ਜਿੱਕੇ ਸਦਾ ਰਜਗਾਰ ਲੱਗਦਾ ਹੈ ਜਾਂ ਬੰਦਾ ਦੀ ਲਾਈਫ ਬੈਟਰ ਹੁੰਦੀ ਤੇ ਮੇਰੇ ਖਿਆਲ ਨਾਲ ਕਰਨਾ ਚਾਹੀਦਾ ਔਰ ਇਹ ਇੱਕ ਬੜੀ ਵਧੀਆ ਗੱਲ ਹੈ ਇੰਡੀਆ ਦੀਆਂ ਇਹ ਚੀਜ਼ਾਂ ਮੈਨੂੰ ਬਹੁਤ ਵਧੀਆ ਲੱਗਦੀਆਂ ਸਾਡੇ ਇੱਕ ਸ਼ੁਰੂ ਤੋਂ ਜਿਹੜਾ ਬਜ਼ੁਰਗਾਂ ਦਾ ਕਲਚਰ ਆ ਉਹ ਬੜਾ ਬੜਾ ਕਮਾਂ ਬਾ ਕਮਾਲ ਹੈ ਉੱਥੇ ਗੱਲਾਂ ਹੈ ਨਹੀਂਆਂ ਉੱਥੇ ਬਹੁਤ ਜ਼ਿਆਦਾ ਉਹ ਕਿਉਂਕਿ ਉਹ ਮਹਿਸੂਸ ਵੀ ਨਹੀਂ ਕਰਦੇ ਨੇ ਚੀਜ਼ਾਂ ਨੂੰ ਕਿਉਂਕਿ ਜੰਮੇ ਪਲੇ ਇਸ ਤਰ੍ਹਾਂ ਦੇ ਉਹਨਾਂ ਦੇ ਵੱਡਿਆਂ ਨੇ ਉਦਾਂ ਕੀਤਾ ਹੈ ਉਹਨਾਂ ਨੇ ਉਹ ਗਾ ਆਪਣੇ ਬੱਚਿਆਂ ਨਾਲ ਉਦਾਂ ਕਰਦੇ ਤੇ ਬੱਚੇ ਗਾ ਆਪਣੇ ਨਾ ਬੱਚਿਆਂ ਨੇ ਇਦਾਂ ਕਰ ਉਹ ਇਦਾਂ ਹੀ ਚੱਲਦਾ ਕੰਮ ਅਹੀਂ ਆ ਚੀਜ਼ ਵੇਖੀ ਅਹੀਂ ਸੋਚਦੇ ਆ ਵੀ ਯ ਕਿੱਦਾਂ ਸਾਡੇ ਦੇ ਲੋਕ ਮਤਲਬ ਕਿਦਾਂ ਆਪਣੇ ਲਈ ਜਿਉਂਦੇ ਆ ਮਤਲਬ ਇਹ ਤੇ ਜਾਨਵਰਾਂ ਚ ਵੀ ਇਹ ਕੁਆਲਿਟੀ ਹੁੰਦੀ ਹੈ ਮੈਂ ਤਾਂ ਜੇ ਉੱਥੇ ਨਹੀਂ ਹੈਗਾ ਤੇ ਮਾੜੀ ਗੱਲ ਮੈਂ ਇੱਕ ਬਮਾਨ ਸਾਹਿਬ ਵੀਡੀਓ ਦੇਖਿਆ ਸੀ ਪਿੱਛੇ ਜੇ ਡਿਸਕਵਰੀ ਦਾ ਵੇਖਿਆ ਉਹਨਾ ਬਹੁਤ ਲੋਕਾਂ ਨੇ ਵਾਇਰਲ ਸੀ ਮੱਝਾਂ ਦਾ ਝੁੰਡ ਸੀ ਇੱਕ ਉਹਨਾਂ ਨੂੰ 6 ਰੁਪਏ ਜਾਂਦੇ ਅੱਛਾ ਜੀ ਮੱਝਾਂ ਭੱਜ ਜਾਂਦੀਆਂ ਸਾਰੀਆਂ ਭੱਜ ਜਾਂਦੀਆਂ ਇੱਕ ਛੋਟਾ ਜਿਹਾ ਜਿਹੜਾ ਕਟੂਆ ਹੁੰਦਾ ਕਟਾ ਨਿਕਾ ਜਾਂਦਾ ਜੀ ਉਹ ਪਿੱਛੇ ਰਹਿ ਜਾਂਦਾ ਉਹਨੂੰ 5 6 ਸ਼ੇਰ ਜਿਹੜੇ ਘੇਰ ਲੈਂਦੇ ਨੇ ਇਹਨਾਂ ਨੂੰ ਘੱਟੇ ਨੂੰ ਨਾ ਆਲਾ ਘੇਰਾ ਬਣਾ ਲੈਂਦੇ ਨੇ ਉਹ ਮੱਝਾਂ ਦੇ ਝੁੰਡ ਚੋਂ ਕੱਲੀ ਉਹਦੀ ਮਾਂ ਵਾਪਸ ਆਉਦੀ ਮੌਤ ਦੇ ਮੂੰਹ ਚ ਜੀ ਉਹਨੂੰ ਪਤਾ ਪਰ ਬੱਚਾ ਪਿੱਛੇ ਰਹਿ ਗਿਆ ਮੈਂ ਇਹ ਚੀਜ਼ ਦੇਖ ਕੇ ਬੜਾ ਮੋਸ਼ਨਲ ਹੋਇਆ ਯਾਰ ਮਾਂ ਵੇਖ ਲੈ ਕਿੰਡੀ ਵੱਡੀ ਚੀਜ਼ ਹੁੰਦੀ ਹੈ ਤੇ ਬਾਕੀ ਸਾਰੇ ਉਹਨੂੰ ਪਤਾ ਹੈ ਵੀ 6-7 ਸ਼ੇਰ ਨੇ ਮੈਨੂੰ ਚੀਰ ਦੇਣਗੇ ਪਤਾ ਸੀ ਸਾਹਮਣੇ ਮੌਤ ਆ ਮੌਤ ਆ ਆਦੇ ਬੱਚੇ ਪਿੱਛੇ ਵਾਪਸ ਆਈ ਤੇ ਉਹ ਆਈ ਜਦੋਂ ਇੱਕ ਦਿਨ ਪਾਸੇ ਹੜ ਗਏ ਤੇ ਉੱਤੇ ਖੜ ਗਈ ਉਹਦੇ ਉਹ ਕੰਬਰੀਆ ਉਹਨੂੰ ਪਾਸੇ ਤੋਂ ਹਮਲੇ ਹੋ ਰਹੇ ਨੇ ਕੋਈ ਉਹਦੀ ਲੱਤ ਤੇ ਦੰਦੀ ਵੱਢ ਰਿਹਾ ਕੋਈ ਦੀ ਧੌਣ ਨੂੰ ਚੰਬੜ ਰਿਹਾ ਉਹਦੇ ਬੱਚੇ ਨੂੰ ਪ੍ਰੋਟੈਕਟ ਕਰ ਰਹੀ ਹੈ ਤੇ ਇਹ ਤਾਂ ਜਿਹੜੀ ਕੁਆਲਿਟੀ ਜਾਨਵਰਾਂ ਚ ਹੁੰਦੀ ਹੈ ਉਹ ਵੀ ਕਰਦੇ ਇਹ ਨਹੀਂ ਗੱਲ ਕਰਦੇ ਪਰ ਉਹ ਇੱਕ ਜਿਹੜਾ ਸਿਸਟਮ ਆ ਨਾ ਜਿਹੜੀ ਦਾਵੜ ਆ ਵੀ ਗਾਂ ਜਾ ਕੇ ਬੜਾ ਕੁਝ ਹੁੰਦਾ ਕਈਆਂ ਨੂੰ ਵੇਖ ਕੇ ਬਜ਼ੁਰਗਾਂ ਦਰਸਾਉਂਦਾ ਪਰ ਉਹ ਲੋਕਾਂ ਨੂੰ ਪਤਾ ਹੁੰਦਾ ਵੀ ਅਸੀਂ ਇਕੱਲੇ ਰਹਿਣਾ ਮਗਰੋਂ ਹਾਂ ਉਹ ਪ੍ਰੇਪੇਅਰਡ ਵੀ ਹੁੰਦੀ ਹੈ ਪ੍ਰੇਪੇਅਰਡ ਵੀ ਹੁੰਦੇ ਸਾਡੇ ਨਾਲ ਹਾਲ ਨਹੀਂ ਹੁੰਦਾ ਜੀ ਅਸੀਂ ਥੋੜੇ ਮੋਸ਼ਨਲ ਆ ਅਸੀਂ ਹਾਂ ਅਸੀਂ ਦਿਲ ਨੂੰ ਵੀ ਸੋਚਣਾ ਫਿਰ ਅਸੀਂ ਥੋੜਾ ਸੁਸਾਇਟੀ ਨੂੰ ਵੀ ਦੇਖਣਾ ਕਿ ਸਾਡੇ ਆਸ-ਪਾਸ ਕੀ ਚੱਲਦਾ ਹੈ ਜਾਂ ਅਸੀਂ ਕਿਵੇਂ ਹੈ ਨਾ ਬਹੁਤ ਚੀਜ਼ਾਂ ਨੇ ਜਿਹੜੀਆਂ ਕਿ ਨੂੰ ਲੈ ਕੇ ਚਲਦੇ ਆਗੇ ਬਿਲਕੁਲ ਤੇ ਉੱਥੇ ਮਹਿੰਗਾਈ ਦਾ ਕੀ ਹਸਾਬ ਕਿਤਾਬ ਹੈ ਜੀ ਕਿਉਂਕਿ ਜਦੋਂ ਇਧਰੋਂ ਕਿਤੇ ਖਬਰਾਂ ਸੁਣੀਦੀਆਂ ਜਾਂ ਦੇਖਦੇ ਆ ਕਿ ਬਾਈ ਮਹਿੰਗਾਈ ਬੜੀ ਆ ਮਾਰ ਤੇ ਆ ਯਾਰ ਕਈ ਲੋਕੇ ਕਹਿੰਨੇ ਆ ਕਿ ਜੀ ਅਸੀਂ ਜਾ ਕੇ ਛੋਟੇ ਸ਼ਹਿਰਾਂ ਦੇ ਵਿੱਚ ਰਹਿਨੇ ਆ ਕੰਮ ਕਰਨੀ ਜ਼ਰੂਰ ਸਾਨੂੰ ਵੱਡੇ ਸ਼ਹਿਰਾਂ ਦੇ ਵਿੱਚ ਆਉਣਾ ਪੈਂਦਾ ਦਿੱਲੀ ਦਾ ਟਰੈਵਲਿੰਗ ਸਾਡੀ ਬਹੁਤ ਹੋ ਗਈ ਆ ਨਹੀਂ ਉਹ ਤਾਂ ਬਜਟ ਤੇ ਦੇਖਦੇ ਆ ਫਿਰ ਹਵਦਾ ਬੰਦਾ ਮੈਂ ਕਹਿੰਦਾ ਇਹ ਪਿਛਲੇ ਸਮੇਂ ਨਾਲੋਂ ਮਹਿੰਗਾਈ ਕਾਫੀ ਹੋਈ ਹੈ ਜੀ ਔਰ ਜਿਹੜੀਆਂ ਇਨਕਮ ਲੋਕਾਂ ਦੀ ਉੰਨੀ ਜ਼ਿਆਦਾ ਨਹੀਂ ਵਧੀ ਆ ਲਾਈਫ ਤੇ ਉੱਥੇ ਵੀ ਹਾਰਡ ਹੋ ਰਹੀ ਨਾ ਦਿਨੋਂ ਦਿਨ ਜਿੰਨਾ ਹੁਣ ਇਧਰੋਂ ਵੀ ਲੋਕ ਬਹੁਤ ਜਾ ਰਹੇ ਨੇ ਤੁਹਾਨੂੰ ਪਤਾ ਹੀ ਹੈ ਵੀ ਆਲਪ ਪੂਰੀ ਦੁਨੀਆ ਤੋਂ ਜੇ ਨਾ ਮੈਂ ਅਮਰੀਕਾ ਦੀ ਗੱਲ ਕਰਾਂ ਅਮਰੀਕਾ ਖਾਣ ਪੀਣ ਵਿੱਚ ਰਹਿਣ ਵਿੱਚ ਜਿਹੜੀਆਂ ਜਿਹੜੀਆਂ ਬੇਸਿਕ ਨੀਡਸ ਹੁੰਦੀਆਂ ਮੁਲਕਾਂ ਦੁਨੀਆ ਨਾਲੋਂ ਬੈਸਟ ਕੰਟਰੀ ਸੀ ਅੱਜ ਵੀ ਹੈ ਅੱਛਾ ਜੀ ਜੇ ਗੱਲ ਮਹਿੰਗਾਈ ਹੈ ਵੀ ਉੱਥੇ ਜਿਨ੍ਹਾਂ ਨੇ ਪਹਿਲਾਂ ਨਜ਼ਾਰੇ ਲਏ ਉਹ ਬੜੀ ਮਹਿੰਗਾਈ ਲੱਗਦੀ ਪਰ ਜੇ ਤੁਸੀਂ ਕੰਪੇਅਰ ਕਰੋਗੇ ਦਨ ਅਦਰ ਕੰਟਰੀ ਨਾਲ ਮੈਂ ਯੂਰਪ ਤੋਂ ਥਾਣੀ ਹੋ ਕੇ ਆਇਆ ਮੈਂ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਮੈਨੂੰ 에ਰਪੋਰਟ ਤੇ ਸੀ ਥੋੜੀ ਭੁੱਖ ਲੱਗ ਗਈ ਕਿਉਂਕਿ ਮੈਂ ਇੱਕ ਦੋ ਦਿ ਆਈਸੇ ਕੰਮ ਕਰਕੇ ਰਿਆ ਸਾ ਵੀ ਉੱਥੇ ਮੈਨੂੰ ਭੁੱਖ ਲੱਗ ਗਈ ਥੋੜੀ ਮੈਂ ਯਾਰ ਥੋੜਾ ਖਾ ਲਿਆ ਤੇ ਮੈਂ ਮੈਕਡੋਨਲਡ ਤੇ ਚਲਾ ਗਿਆ 에어ਪੋਰਟ ਦੇ ਅੰਦਰ ਸੀਗਾ ਉੱਥੇ ਮੈਂ ਇੱਕ ਮੀਲ ਲਿਆ ਤੁਸੀਂ ਅੰਦਾਜ਼ਾ ਲਾਇਓ ਯੂਰਪ ਦੀ ਗੱਲ ਕਰਦਾ ਹਾਲੈਂਡ ਦੇ ਵਿੱਚ ਇੱਕ ਸੈਂਡਵਿਚ ਲਿਆ ਮੈਂ ਨਾਲ ਉਹਦੇ ਇੱਕ ਡਰਿੰਕ ਸੀਗੀ ਤੇ ਨਾਲ ਫ੍ਰੈਂਚ ਫ੍ਰਾਈਜ਼ ਸੀਗੀਆਂ ਜਿਹੜੇ ਉਹ ਮੈਨੂੰ ਨਾ 22 ਯੂਰੋ ਚ ਦਿੱਤਾ ਅੱਛਾ ਜੀ 22 ਯੂਰੋ ਮਤਲਬ ਕਿ ਸਾਡੇ 24-25 ਡਾਲਰ ਹੀ ਬਣ ਜਾਂਦੇ ਯੂਰੋ ਡਾਲਰ ਨਾਲੋਂ ਹੀ ਮਹਿੰਗਾ ਹੂੰ ਉਹ ਸੇਮ ਮੀਲ ਜੇ ਮੈਂ ਯੂਐਸਏ ਚ ਲਵਾਂ ਤਾਂ ਮੈਨੂੰ 9.5 10 ਡਾਲਰ ਦਾ ਮਿਲਦਾ ਮੈਂ ਮਰਦਵਾਜ ਮਾਰਿਆ ਯਾਰ ਯੂਰਪ ਬਹੁਤ ਮਹਿੰਗਾ ਤੇ ਜੇ ਇਨਕਮ ਦੀ ਗੱਲ ਕਰੋ ਤਾਂ ਕਮਾਈਆਂ ਉਹਨਾਂ ਮੁਲਕਾਂ 'ਚ ਅਮਰੀਕਾ ਦੇ ਅਕੋਰਡਿੰਗ ਘੱਟ ਨੇ ਸਭੋ ਹਾਂਜੀ ਕਮਾਈਆਂ ਉਹਨਾਂ 'ਚ ਘੱਟ ਨੇ ਪਰ ਉਹ ਮਹਗਾਈ ਬਹੁਤ ਜ਼ਿਆਦੀ ਉੱਥੇ ਇੰਗਲੈਂਡ 'ਚ ਵੀ ਬਹੁਤ ਮਹਿੰਗਾ ਹੈ ਯੂਰਪ ਬਹੁਤ ਮਹਿੰਗਾ ਉਹਨਾਂ ਮੁਲਕਾਂ ਦਾ ਅੱਛਾ ਉਹਨਾਂ ਮੁਲਕਾਂ ਦੇ ਮੁਕਾਬਲੇ ਯੂਐਸਏ ਹੈ ਜਿਹੜਾ ਉਹ ਠੀਕ ਆ ਠੀਕ ਆ ਉਹਨਾਂ ਮੁਕਾਬਲੇ ਅੱਜ ਵੀ ਠੀਕ ਆ ਲੋਕ ਕੁਆਂਟੀਟੀ ਬਹੁਤ ਜ਼ਿਆਦੀ ਖਾਣੇ ਦੀ ਜਿੰਨਾ ਲੋਕ ਪੂਰ ਉੱਥੇ ਤੇ ਵੱਡੇ ਵੱਡੇ ਗ੍ਰੋਸਰੀ ਸਟੋਰ ਨੇ ਲੋਕੀ ਟਰਾਲੀਆਂ ਭਰ ਪਰ ਲੈ ਹੁੰਦੇ ਕਿਉਂਕਿ ਸਸਤਾ ਹੁੰਦਾ ਸਮਾਨ ਤੇ ਜਦੋਂ ਮੰਗਾਈ ਹੋਵੇ ਲੋਕ ਬਹੁਤ ਸੋਚ ਕੇ ਚੱਲਦੇ ਨੇ ਹਾਏ ਮੈਂ ਵੀ ਹੈ ਨਾ ਅਮਰੀਕਾ 'ਚ ਮੰਗਾਈ ਬਹੁਤ ਅੱਗੇ ਨਾਲੋਂ ਅੱਗੇ ਨੂੰ ਕਾਫੀ ਹੋਈ ਤੇ ਪਰ ਦੂਜੇ ਮੁਲਕਾਂ 'ਚ ਤਾਂ ਉੱਤੋਂ ਵੀ ਜ਼ਿਆਦੀ ਹੋਣੀ ਮੰਨ ਲਓ ਜੇ ਤੁਸੀਂ ਸੋਚੋ ਤੇ ਸਾਡੇ ਅੱਜ ਵੀ ਜੇ ਮੈਂ ਹੁਣ ਤੁਹਾਨੂੰ ਛੋਟਾ ਜਿਹਾ ਐਗਜ਼ਾਮਪਲ ਦੇਣਾ ਸਾਡੇ ਪੈਟਰੋਲ ਦਾ ਰੇਟ ਜਿਹਨੂੰ ਸਾਡੇ ਤੇ ਗੈਸੋਲੀਨ ਕਹਿੰਦੇ ਆ ਇੱਥੇ ਪੈਟਰੋਲ ਕਿਹਾ ਜਾਂਦਾ ਉਹਦਾ ਅੱਜ ਵੀ ਜਿਹੜਾ ਮੈਂ ਜਿਹੜੀ ਸਟੇਟ ਚ ਰਹੀ ਨਾ ਉੱਥੇ ਉਹਦਾ ਅੱਜ ਵੀ ਡਾਲਰ 4 ਜਿਹੜਾ ਨਾ ਮਤਲਬ ਕਿ ਗੈਲਨ ਸਾਡੇ ਚੱਲਦੀ ਜਿਹੜਾ ਮਾਪਦੇ ਆ ਗੈਲਨ ਦੇ ਵਿੱਚ 4 ਲੀਟਰ ਦੇ ਕਰੀਬ ਕੁਆਂਟੀਟੀ ਹੁੰਦੀ ਵੀ ਜਿਵੇਂ 4 ਲੀਟਰ ਦਾ ਤੇਲ ਪੈ ਜਾਣਾ ਪੈ ਜਾਣਾ ਇੱਕ ਗੈਲਨ ਉਹ ਅਸੀਂ ਗੈਲਨ ਨਾਲ ਹੀ ਪੈਂਦਾ ਦਿੰਦੇ ਆ ਸਾਡੇ ਗੈਲਨ 4 ਡਾਲਰ ਦੀ ਐਸ ਵੇਲੇ 4 ਸਮਾਂ 4 ਲਾ ਲਾ ਕਿਤੇ 4 ਤੋਂ ਘੱਟ ਵੀ ਕਿਤੇ ਐਵਰੇਜ 4 ਲਾਓ ਜੀ 4 ਲੀਟਰ ਤੇਲ ਤੁਹਾਨੂੰ 4 ਡਾਲਰ ਚ ਮਿਲ ਰਿਹਾ ਤੇ ਡਾਲਰ ਪਾਰ ਲੀਟਰ ਮਿਲ ਰਿਹਾ ਤੁਹਾਨੂੰ 1 ਡਾਲਰ ਹੁਣ ਇੰਡੀਆ ਦੇ ਉਹਦੇ 1 ਡਾਲਰ ਦੇ 80 82 ਰੁਪਏ ਬਣਦੇ ਇੰਡੀਆ ਜਾ ਕੇ ਮੈਂ ਇੰਡੀਆ ਦੇ ਹਿਸਾਬ ਨਾਲ ਲਵਣਾ ਤੇ ਇੰਡੀਆ ਚ ਵੀ 100 ਰੁਪਏ ਦਾ ਜਿਹੜਾ ਨਾ 1 ਲੀਟਰ ਮਿਲਦਾ ਪਿਆ ਜੇ ਹੁਣ ਅਕੋਰਡਿੰਗਲੀ ਇਕਨੋਮੀ ਦੇ ਹਿਸਾਬ ਨਾਲ ਵੇਖੋ ਤੇ ਅਮਰੀਕਾ ਚ ਬਹੁਤ ਮਹਿੰਗਾ ਹੋਣਾ ਚਾਹੀਦਾ ਹੈ ਇੰਡੀਆ ਦੇ ਹਿਸਾਬ ਨਾਲ ਹਾਂ ਉਹ ਹਿਸਾਬ ਨਾਲ ਇੰਡੀਆ ਚ ਮਹਿੰਗਾਈ ਕਿੰਨੀ ਹਸਾਲ ਲੋ ਤੇਲ ਦਾ ਰੇਟ ਅਮਰੀਕਾ ਚ ਵੀ ਉਹਨਾਂ ਤੇ ਇੰਡੀਆ ਚ ਉਹਨਾਂ ਵੇ ਅਕੋਰਡਿੰਗ ਟੂ ਕਰੰਸੀ ਵੀ ਉਹ ਗੱਲ ਵੱਖਰੀ ਕਿ ਅਸੀਂ ਇੱਥੋਂ ਵਾਲੇ ਦੀ ਉਹ ਨਹੀਂ ਕਰਦੇ ਹੈਗੇ ਕਿ ਕੰਪੇਅਰ ਨਹੀਂ ਕਰਦੇ ਆ ਕਹਿੰਦੇ ਆ ਕਿ ਨਹੀਂ ਯਾਰ ਸਾਡੇ ਹੁਣ ਇੱਥੇ ਵੀ 100 ਰੁਪਏ ਲੀਟਰ ਸਾਨੂੰ ਮਿਲਦਾ ਪਿਆ ਹਾਂ ਜੀ 100-110 ਹੋਊਗਾ ਹਾਂ ਜੀ ਐਵਰੇਜ 100 ਦੇ ਆਸ-ਪਾਸ ਚੱਲੋ ਆਹ ਤੇ ਸਾਡੇ ਵੀ ਉੱਥੇ ਡਾਲਰ ਨੂੰ ਮਿਲਦਾ ਪਿਆ ਵੀ ਉਹ 82-83 ਰੁਪਏ ਇੰਡੀਆ ਦੇ ਲੀਟਰ ਮਿਲ ਜਾਂਦਾ ਸਾਨੂੰ ਉੱਥੇ ਪਟਰੋਲ ਹੁਣ ਇੱਥੇ ਹੁਣ ਐਵਰੇਜ ਬੰਦਾ ਉੱਥੇ ਐਵਰੇਜ ਜਿਹੜਾ ਮਿਡਲ ਕਲਾਸ ਜਿਹੜਾ ਬੰਦਾ ਮਤਲਬ ਐਵਰੇਜ ਜਿਹੜੀ ਕਮਾਈ ਉੱਥੇ 4000-5000 ਡਾਲਰ ਹੈਗੀ ਉਹਨੂੰ ਕਰੰਸੀ ਦਾ ਹਿਸਾਬ ਲਾਓਗੇ ਤੇ ਤੂੰ ਇਹ ਸਾਢੇ 3-4 ਲੱਖ ਰੁਪਈਆ ਬਣ ਜਾਂਦਾ ਇੰਡੀਆ ਦਾ ਇੱਥੇ ਆਮ ਬੰਦਾ 4 ਲੱਖ ਰੁਪਈਆ ਨਹੀਂ ਨਾ ਕਮਾਉਂਦਾ ਮੇਂ ਨਹੀਂ ਨਾ ਨਹੀਂ ਕਮਾਉਂਦਾ ਹਾਂ ਤਾਂ ਹੁਣ ਉੱ ਇੱਥੇ ਜਿਹੜਾ ਮਹੀਨੇ ਦਾ 20000 30000 ਕਮਾਉਂਦਾ ਉਹਨੂੰ ਤੇਲ ਉਹਨੇ ਰੇਟ ਤੇ ਉਹਨੇ ਰੇਟਸ ਮਿਲਦਾ ਤਾਂ ਇੱਥੋਂ ਤੋਂ ਹਿਸਾਬ ਲਾ ਲਓ ਮੈਂ ਗਿਆ ਅਮਰੀਕਾ ਜਾਂ ਦੂਜੇ ਕੰਟਰੀਆਂ ਦੇ ਅਕੋਰਡਿੰਗ ਈਵਨ ਕੈਨੇਡਾ ਸਾਡਾ ਗੁਆਂਢੀ ਮੁਲਕ ਉਹਦੇ ਬਰਾਬਰ ਵੀ ਸਾਡਾ ਜਿਹੜਾ ਅਮਰੀਕਾ ਜੇ ਸਸਤਾ ਹਜੇ ਕਾਮੰਦੀਆਂ ਓਪਰਚ्युनिटीਆਂ ਵੀ ਇੱਥੇ ਜ਼ਿਆਦਾ ਔਰ ਹਜੇ ਉਹ ਆਲਾਤ ਨਹੀਂ ਪਰ ਰੈਸੈਸ਼ਨ ਚੱਲ ਰਿਹਾ ਹੈ ਟਰਕਿੰਗ ਦਾ ਬੜਾ ਮੰਦਾ ਹਾਲ ਮੈਂ ਖੁਦ ਟਰਕਿੰਗ ਲਾਈਨ 'ਚ ਸੱਤ-ਅੱਠ ਟਰੱਕ ਸੀ ਮੈਂ ਕੱਢੇ ਔਲੀ-ਔਲੀ ਕਰਕੇ ਮਤਲਬ ਉਹ ਇੰਨਾ ਡਾਊਨਫਾਲ ਆ ਗਿਆ ਵੀ ਕਿਉਂਕਿ ਜਦੋਂ ਕੋਵਿਡ ਆਇਆ ਤਾਂ ਮੈਂ ਦੱਸਦਾ ਹਾਂ ਤੇ ਹੁਣ ਕੰਮਾਂ ਦੇ ਪੁੱਛਿਆ ਸਾਡੇ ਕੋਵਿਡ ਆਇਆ ਸਾਡੇ ਰੇਟ ਬੜੇ ਹਾਈਪ ਹੋ ਗਏ ਟਰੱਕਿੰਗ ਬੜੀ ਗਰੋ ਹੋ ਗਈ ਸੀ ਉਦੋਂ ਗਰੋ ਇਦਾਂ ਵੀ ਉਹ ਟੈਂਪਰੇਰੀ ਸੀਗਾ ਟੈਂਪਰੇਰੀ ਸੀ ਵੀ ਜਿਹੜਾ ਲੋਡ ਲੋਕ ਸਾਤਾ 6 7000 ਚ ਰੇਟ ਹੁੰਦਾ ਸੀ ਉਹਦਾ 6000 ਦਾ 5000 ਉਹਦੋਂ 15000 ਨੂੰ ਮਤਲਬ ਅੱਛਾ ਜੀ ਡਬਲ ਹੋ ਗਿਆ ਮੈਂ ਬੋਲੋ ਉਹ ਰੇਟ ਕਿਉਂਕਿ ਉਹ ਕੋਵਿਡ ਦਾ ਇੰਪੈਕਟ ਇਹ ਪਿਆ ਨਾ ਵੀ ਜਿਹੜੀਆਂ ਵੱਡੀਆਂ ਕੰਪਨੀਆਂ ਸੀ ਜਿਨ੍ਹਾਂ ਕੋਲ 5 5 7 7000 ਟਰੱਕਾਂ ਵੱਡੀਆਂ ਜਿਹਨਾਂ ਦਾ ਵੱਡਾ ਨਾਮ ਆ ਵੱਡੀਆਂ ਫਲੀਟਾਂ ਚੱਲਦੀਆਂ ਜਿਹੜੀਆਂ ਕੋਵਿਡ ਦੇ ਵਿੱਚ ਉਹ ਡਰਾਈਵਰ ਟਰੱਕ ਨਹੀਂ ਚਲਾ ਰਹੇ ਉਹਨਾਂ ਦੇ ਅੱਛਾ ਉਹਨਾਂ ਨੇ ਟਰੱਕ ਪਾਰਕ ਕਰਤੇ ਸੀ ਕੰਪਨੀਆਂ ਨੇ ਪਾਰਕ ਕਰਤੇ ਕਿ ਲੋਕ ਕਿ ਬਈ ਸਟਾਫ ਨੂੰ ਛੁੱਟੀ ਦੇਣੀ ਪਈ ਪਰ ਜਿਹੜੇ ਇੰਡੀਵਿਜੂਅਲ ਬੰਦੇ ਸੀ ਉਹ ਆਪਣਾ ਕੰਮ ਕਰ ਰਹੇ ਜਿਹੜੀਆਂ ਛੋਟੀਆਂ ਕੰਪਨੀਆਂ ਛੋਟੀ ਫਲੀਟ ਵਾਲੇ ਸਾਡੇ ਰਗੇ ਚੋ ਚੋ ਪੰਜਾਂ ਪੰਜਾਂ ਵਾਲੇ ਟਰੱਕਾਂ ਵਾਲੇ ਉਹ ਟਰੱਕ ਬੰਦ ਹੋਣ ਦੇ ਮਾਰਕੀਟ 'ਚ ਟਰੱਕ ਘਟ ਕੇ ਤੇ ਉਹਨਾਂ ਜਿਹੜਾ ਡਿਮਾਂਡ ਵਧੇਗੀ ਵਧੇਗੀ ਰੇਟ ਤੇ ਜਾਣੀ ਜਾਣੀ ਉਹ ਲੋੜਾਂ ਦੇ ਰੇਟ ਇੰਨੇ ਵੀ ਜਿਹੜਾ 5000 ਰੁਪਏ ਉਹ ਵੀ ਮਿੰਤਾ ਬੀਤੋਂ ਯਾਰ 15000 ਲੈ ਲਾ ਤੂੰ ਪਰ ਲੈ ਤੂੰ ਅੱਗੋਂ ਫਿਰ ਨਖਰੇ ਹੁੰਦੇ ਹੀ ਵੀ ਮੈਂ 17 ਲੈਣਾ ਮੈਂ 18 ਲੈਣਾ ਤਾ ਉਹ ਵੀ ਦੇ ਦਿੰਦੇ ਹੀ ਮਤਲਬ ਇੰਨੇ ਜਿਆਦੇ ਰੇਟ ਵਧ ਗਏ ਉਪਰ ਉਹ ਜਿਹੜੀ ਖਿਆਨਤ ਹੋ ਗਈ ਲੋਕਾਂ ਨੇ ਇਹ ਸੋਚੇ ਨਹੀਂ ਵੀ ਇਹ ਟੈਂਪਰੇਰੀ ਆ ਨਹੀਂ ਫਿਰ ਉਸਤ ਵਾਰ ਉਸ ਦਰਮਿਆਨ ਟ੍ਰੱਕਾਂ ਦਾ ਕਹਿ ਲੋ ਕਿ ਜੇ ਕਿਸੇ ਨੇ ਮੰਨ ਲਓ ਕਿਸੇ ਦੀ ਕਪੈਸਿਟੀ ਸੀਗੀ ਉਹਨੇ ਖਰੀਦ ਵੀ ਲੈ ਹੋਰ ਆਹੀ ਗੱਲ ਹੋਈ ਮਤਲਬ ਤੁਸੀਂ ਆਪ ਹੀ ਉਸ ਗੱਲ ਤੇ ਆ ਗਏ ਹੋ ਵੀ ਜਿਹੜੀ ਜਿਹੜੀ ਗਲਤੀ ਹੋਈ ਵੀ ਲੋਕਾਂ ਨੇ ਇਹ ਚੇਤਾ ਪੁੱਲ ਲਗਾ ਵੀ ਇਹ ਟੈਂਪਰੇਰੀ ਚੀਜ਼ਾਂ ਨੇ ਟੈਂਪਰੇਰੀ ਵੀ ਇਹ ਸਦਾ ਨਹੀਂ ਰਹਿਣਾ ਕੰਮ ਹੈ ਸਾਲ 6 ਮਹੀਨੇ ਜਿੱਦਨ ਕੋਵਿਡ ਡਾਊਨ ਹੋਇਆ ਜਦੋਂ ਸਾਰੇ ਗਾਂ ਟਰੱਕ ਵੱਡੀਆਂ ਟਰਕਿੰਗ ਕੰਪਨੀਆਂ ਆਪਰੇਸ਼ਨ ਚ ਦੁਬਾਰਾ ਆ ਗਈਆਂ ਤੇ ਮਾਰਕੀਟ ਉਥੇ ਆ ਜਾਣੀ ਇਹਨਾਂ ਨੇ ਕਿ ਕੀਤਾ ਜਿਹਦੇ ਕੋਲ ਮੇਰੇ ਅਰਗੇ ਕੋਲ ਇੱਕ ਟਰੱਕ ਸੀ ਉਹਨੇ 5 ਹੋਰ ਖਰੀਦ ਲਏ ਅੱਛਾ ਜੀ ਜਿਹਦੇ ਕੋਲ 5 6 7 ਹੋਰ ਲਏ ਆ ਉਹ ਟਰੱਕ ਇੰਨੇ ਕਿ ਇੰਜੈਕਟ ਕਰਤੇ ਮਾਰਕੀਟ ਦੇ ਵਿੱਚ ਹੁਣ ਕੀ ਹੋਇਆ ਵੀ ਉਹਨੇ ਚੋਂ ਕੋਵਿਡ ਮੁੱਕ ਗਿਆ ਤੇ ਜਿਹੜੀਆਂ ਕੰਪਨੀਆਂ ਖੜੀਆਂ ਸੀ ਉਹ ਵੀ ਟਰੱਕਰ ਉਹੜਤੇ ਆ ਗਏ ਉਹਨਾਂ ਨੇ ਫੇਰ ਆਪਦੇ ਸੈਲਫ ਮਾਰ ਲਏ ਮਾਰ ਲਏ ਬਾਹਰਲੇ ਤੇ ਮਾਰ ਲਏ ਕਹਿੰਦੇ ਸੈਲਫ ਉਹਨਰੇ ਪੰਜਾਬੀ ਮਾਰਦੇ ਕਿ ਲੋਕ ਜਿਹੜੇ ਆਪਣੇ ਡਰਾਈਵਰ ਸੀਗੇ ਉਹ ਰਗੜੇਗੇ ਰਗੜੇਗੇ ਤੇ ਜਿਹੜਾ ਇਹ ਜਿਹੜੇ ਟਰੱਕ ਇਹਨਾਂ ਚੁੱਕੇ ਸੀ ਫੇਰ ਉਹ ਕਿਸ਼ਤਾ ਹੁਣ ਫੇਰ ਟਰੱਕ ਕੋਵਰ ਚ ਪਲਾਂਟ ਵੀ ਬੰਦ ਹੋ ਗਏ ਨਾ ਜਿਹੜੇ ਨਵੇਂ ਟਰੱਕ ਬੰਦੇ ਸੀ ਨਹੀਂ ਨਹੀਂ ਇੱਕ ਟਰੱਕ ਹੋਰ ਚੀਜ਼ ਦੱਸੋ ਮੈਨੂੰ ਕਿਸ਼ਤਾ ਤੇ ਗੱਲ ਆਈ ਸੀ ਵੀ 5-4 ਸਾਲ ਚ ਕੰਮ ਨਿਬੜ ਜਾਂਦਾ ਕਿ ਬੜਾ ਟਾਈਮ ਲੱਗ ਜਾਂਦਾ ਕਿਸ਼ਤਾ ਕੋਸ਼ਤਾ ਪੰਜ ਸਾਲਾਂ ਦਾ ਲੋਨ ਹੁੰਦਾ ਜਦੋਂ ਪੰਜ ਸਾਲਾਂ ਚ ਲੋਨ ਖਤਮ ਹੁੰਦਾ ਉਹ ਨਾ ਜਰੋਂ ਟਰੱਕ ਦੇ ਪੱਲੇ ਵੀ ਕੁਝ ਨਹੀਂ ਰਹਿੰਦਾ ਪੰਜਾਂ ਸਾਲਾਂ ਜਾਂ ਉਹ 2-3 ਮਿਲੀਅਨ ਮੀਲਾਂ ਪੈ ਗਈਆਂ ਔਰ ਫਿਰ ਫਿਰ ਟਰੱਕ ਜਿੰਨੀ ਕਿ ਨਵੇਂ ਦੀ ਕਿਸ਼ਤ ਹੁੰਦੀ ਹੈ ਉਹਦੇ ਦੋ ਗੁਣੇ ਰਿਪੇਅਰ ਤੇ ਲੱਗਦੇ ਉਹ 2 ਮਹੀਨੇ ਪੈਸੇ ਅੱਛਾ ਉਹ ਤੋਂ ਬਾਰੇ ਅਗਲੇ ਕਹਿੰਦਾ ਯਾਰ ਮੱਥਾ ਹੀ ਟੇਕੋ ਬਾਈ ਤੇ ਇਹਨੂੰ ਵਿਦਾ ਕਰੋ ਨਾ ਵੱਡੀਆਂ ਕੰਪਨੀਆਂ ਤੇ ਮਾਨ ਸਾਹਿਬ ਟਰੱਕ ਰੱਖਦੀਆਂ ਨਹੀਂ 5-7 ਸਾਲ ਅੱਛਾ ਜਦੋਂ 2-3 ਲੱਖ ਮੀਲਾਂ ਹੋ ਗਈਆਂ ਨਾ ਉਹ ਪੁਰਾਣਾ ਦੇ ਕੇ ਲੀਜ਼ ਹੁੰਦੇ ਉਹਨਾਂ ਦੇ ਟਰੱਕ ਐਥੇ ਤਾਂ ਆਪਣੇ ਕੋਲ 5-4 ਸਾਲ ਚੱਲੀ ਹੋਈ ਵਗੇ ਲੱਗਣਾ ਨਵੀਂ ਹੈ ਗੱਡੀ ਯਾਰ ਉਹ ਲੀਜ਼ ਤੇ ਟਰੱਕ ਹੁੰਦੇ ਜਿਹੜਾ ਪੁਰਾ अच्छा वो 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 ਆ ਕਿ ਕੋਬੜੇ ਵਿੱਚ ਪਲਾਂਟ ਵੀ ਬੰਦ ਰਹੇ ਜਿਹੜੇ ਨਵੇਂ ਟਰੱਕ ਬਣੇ ਨਹੀਂ ਉਹ ਜਿਹੜੇ ਖੜੇ ਸੀ ਉਹਨਾਂ ਕੋਲ ਜਿਹੜੇ ਨੈਕ ਸਟਾਕ ਤੇ ਗਈ ਜਿਹੜਾ 1.5 ਲੱਖ ਦਾ ਟਰੱਕ ਹੁੰਦਾ ਉਹਨਾਂ 2.5 ਚ ਵੇਚਿਆ ਔਰ ਸਾਡੇ ਲੋਕਾਂ ਨੇ ਲਿਆ আচ্ছা ਉਧਰਲੇ ਪਾਸੇ ਵੀ ਆਪਾਂ ਕਹਿ ਲੋ ਕਿ ਬਾਈ ਮਾਰਾਂ ਮਾਰੀਆਂ ਕਰ ਰਹੇ ਆਂ ਔਰ ਯੂਜ਼ਰ ਟਰੱਕ ਲੋਕਾਂ ਨੇ ਯੂਜ਼ਰ ਟਰੱਕ ਜਿਹੜੇ ਸੀ ਨਾ ਜਿਹਦੇ ਕੋਲ 40-50 ਹਜ਼ਾਰ ਵਾਲਾ ਟਰੱਕ ਹੈ ਉਹ ਵੀ ਲੱਖ-ਲੱਖ ਦਾ ਉਹਨੇ ਵੇਚਿਆ ਕਿਉਂ ਤਾਂ ਵੀ ਚਲੋ ਛੱਡੋ ਪਰ ਜਿਹੜਾ ਸਿਆਣਾ ਹੈ ਬੰਦਾ ਵੀ ਹੁਣ ਵੇਖਦਾ ਤੇ ਕੱਢ ਦੋ ਕੰਮ ਤੇ ਕੱਲ ਨੂੰ ਡਾਊਨ ਹੋਣਾ ਤੇ ਜਿਨ੍ਹਾਂ ਨੇ ਖਰੀਦਣ ਦਾ ਪਿਆ ਜਿਨ੍ਹਾਂ ਨੇ ਦੁਨੀਆ ਲੁੱਟਣੀ ਵੀ ਪਾਹੀ ਪਾਣੀ ਦੁਨੀਆ ਜਿੱਤ ਲੈਣੀ ਉਹ ਜਦੋਂ ਸਾਰਾ ਕੁਝ ਦੁਬਾਰਾ ਬੈਕਅਪ ਰੋਡ ਤੇ ਆਈਆਂ ਸਾਰੀਆਂ ਕੰਪਨੀਆਂ ਹੁਣ ਹਾਲਾਤ ਇਹ ਬਣ ਗਏ ਵੀ ਲੋਕਾਂ ਦੇ ਟਰੱਕ ਬੈਂਕ ਨੂੰ ਆਪਸ ਹੋਏ ਮੈਂ ਆਪ ਦਿੱਤੇ ਆ ਮਤਲਬ ਤੁਹਾਨੂੰ ਕੋਈ ਨਹੀਂ ਸਰਵਾਈਵ ਹੁੰਦਾ ਹੁਣ ਪਰ ਮੈਂ 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 ਨਹੀਂ ਉਦੋਂ ਕਿ ਮੈਂ ਕਹਿੰਦਾ ਉਸ 2020 ਚ ਕੋਵਿਡ ਆਇਆ ਮੈਂ ਵੀਚ ਬ੍ਰੇਨ ਹੈਮਰੇਜ ਹੋ ਗਿਆ ਮੈਂ ਤਾਂ 4 ਮਹੀਨੇ ਆਈਸੀਯੂ ਚ ਰਿਹਾ ਮੇਰਾ ਉਦੋਂ ਵੀ ਚਾਹੇ ਮੰਨ ਲਓ ਕਿ ਉਹ ਚੰਗੇ ਲਈ ਹੋ ਗਿਆ ਜਿੰਦਾ ਵੀ ਕਹੋ ਤੇ ਨੁਕਸਾਨ ਹੋਇਆ ਨੁਕਸਾਨ ਫਿਰ ਫਿਰ ਨਹੀਂ ਪਰ ਹੁਣ ਜੇ ਮਾਰਕੀਟ ਗਈ ਡਾਊਨ ਤੇ ਇਹ ਮੈਨੂੰ ਸਭੋਂ ਉਦੋਂ ਟਰੱਕ ਕੱਢ ਦੇਣੇ ਚਾਹੀਦੇ ਸੀ ਮੈਂ ਤਾਂ ਵੇਚੇ ਹੀ ਨਹੀਂ ਮੈਂ ਨਾ ਵੀ ਉਦੋਂ ਉਦੋਂ ਤਾਂ ਲੋਕੀ ਮਿੰਤਾ ਕੱਢਦੇ ਹੇ ਚਲ ਸਾਨੂੰ ਦੇ ਦੇ ਉਹਦਾ ਫੋਨ ਵੀ ਹੁੰਦਾ ਕਿ ਬਾਈ ਟਰੱਕ ਵੇਚਣਾ ਹਾਂ ਦੇ ਦਿੰਦਾ ਤੇ ਚੰਗੀ ਗੱਲ ਸੀ ਪਰ ਮੈਂ ਨਹੀਂ ਦਿੱਤੇ ਤੂੰ ਔਖਾ ਹੋ ਗਿਆ ਹੁਣ ਜਦੋਂ ਹੁਣ ਤੁਸੀਂ ਜੇ ਤੁਹਾਡੇ ਖਰਚੇ ਨਹੀਂ ਪੂਰੇ ਹੁੰਦੇ ਤੇ ਤੁਸੀਂ ਕਿਵੇਂ ਰੋਡ ਤੇ ਚੱਲੋਗੇ ਤੁਹਾਲੇ ਇਸ ਕਰਕੇ ਮਾਣੀ ਵੀ ਕਮਾਜ ਆਈ ਜਾਂ ਡਾਊਨ ਪਰ ਫਿਰ ਵੀ ਅਕੋਰਡਿੰਗ ਟੂ ਅਦਰਸ ਦੇਰ ਸਟਿਲ ਓ ਕੇ ਵੀ ਕੁਛ ਚੱਲੀ ਜਾਂਦਾ ਕੰਮ ਆ ਠੀਕ ਹੈ ਚਲੋ ਠੀਕ ਹੈ ਜਿਦੋਂ ਵੀ ਕਿਤੇ ਗੱਲ ਹੁੰਦੀ ਹੈ ਨਾ ਹੁਣ ਅਮਰੀਕਾ ਦੀ ਗੱਲ ਚੱਲੀ ਆ ਫਿਰ 트াম্প ਸਾਹਿਬ ਦੀ ਗੱਲ ਕਰਨੀ ਤਾਂ ਬਣਦੀ ਕਿਉਂਕਿ ਇਸ ਤਾਂ ਗੱਲ ਇਹ ਹੈ ਨਾ ਵੀ ਇਧਰਲੇ ਪਾਸੇ ਤੁਹਾਨੂੰ ਪਤਾ ਕਿ ਪੰਜਾਬੀਆਂ ਨੇ ਵੀ ਪੁਰਾਣਾ ਨਾ ਯਾਦ ਚੇਤੇ ਹੋ ਗਿਆ ਸੀ ਬਿਲਕੁਲ ਬਿਲਕੁਲ ਇੱਕ ਤਾਂ ਗੱਲ ਇਹ ਕਿ ਬਿਆਰੀ ਵੀ ਇਧਰਲੇ ਪਾਸੇ ਤੁਹਾਨੂੰ ਪਤਾ ਉਹ ਗੱਲ ਵੱਖਰੀ ਹੈ ਕਿ ਬਾਈ ਚਲੋ ਪਤਾ ਨਹੀਂ ਤਵੇ ਗੱਲ ਨਹੀਂ ਬਣੀ ਅੱਗੇ ਕੀ ਹੋ ਗਿਆ ਹੁਣ ਕਿਦਾਂ ਦਾ ਮਾਹੌਲ ਆ ਠੀਕ ਹੈ ਨਹੀਂ ਮਾਹੌਲ ਹੁਣ ਸਾਡੇ ਵੀ ਇਲੈਕਸ਼ਨ ਆ ਜਾਣਾ ਤੇ 트াম্প ਸਾਹਿਬ ਤੁਹਾਨੂੰ ਪਤਾ ਥੋੜੇ ਜਿ ਖਾੜਕੂ ਸੁ ਬੰਦਾ ਕਰਦੇ ਪਸੰਦ ਕਰਦੇ ਉਹ ਆਇਆ ਨਾ ਉਹ ਜਿਹੜੀ ਪਿਰਤ ਇੱਥੇ ਉਹ ਪੋਲਿਟਿਕਸ ਜਿਹੜੀ ਜਦੋਂ ਬੰਦਾ ਕੋਈ ਇਹੋ ਜਿਹੇ ਨਾਰੇ ਲਾਉਂਦਾ ਨਾ ਵੀ 트럼ਪ ਜਦੋਂ ਪਹਿਲੀ ਵਾਰ ਆਇਆ ਸੀ ਤੇ ਬੜਾ ਵੱਡ ਕੇ ਅਗਰੈਸਿਵ ਹੋ ਕੇ ਆਇਆ ਸੀ ਉਹਨੀਆਂ ਉਹਦਾ ਕ੍ਰਿਟਿਸਿਜ਼ਮ ਬਹੁਤ ਹੋਇਆ ਸੀ ਫੋਟੋ ਮੈਂ ਅਸੀਂ ਤੇ ਮਾਫ ਕਰਨਾ ਤੁਹਾਨੂੰ ਮੈਂ ਟੋਕਦਾ ਅਸੀਂ ਤਾਂ ਫੋਟੋ ਮੈਂ ਕਲੀ ਦੇ ਦੇ ਗੁੱਸੇ ਚ ਪੂਰੀਆਂ ਨਹੀਂ ਹੀ ਇਸ ਲਾਈਕ ਦੈਟ ਉਹ ਪਰ ਹੈ ਪਰ ਉਹਦਾ ਹੈ ਵੀ ਉਹ ਪੋਲਿਟਿਸ਼ੀਅਨ ਕਟਾ ਅੱਛਾ ਉਹਦੇ ਜੋ ਦਿਮਾਗ ਚ ਆ ਰਿਹਾ ਬੋਲ ਦੇਣਾ ਨਹੀਂ ਤੇ ਲੀਡਰ ਨਾ ਵੀ ਇਹ ਇਹ ਗੱਲ ਸੋਚਦਾ ਵੀ ਇਹਦਾ ਇੰਪੈਕਟ ਕੀ ਪਊਗਾ ਵੀ ਉਹ ਫੁਲਾਣੀ ਕਮਿਊਨਿਟੀ ਮੇਰੇ ਖਿਲਾਫ ਹੋਜੂਗੀ ਫੁਲਾਣਾ ਮੇਰੇ ਖਿਲਾਫ ਨਾਰਾ ਲਾਊਗਾ ਉਹਦੀ ਜਿਹੜਾ ਜਿਹੜਾ ਉਹਦਾ ਇੱਕ ਜਿਹੜੀ ਉਹਦੀ ਬੋਲਡਨੈਸ ਹੈ ਨਾ ਲੋਕ ਲਾਈਕ ਕਰਦੇ ਵੀ ਜੋ ਦਿਮਾਗ ਚ ਆ ਬੋਲ ਦੇਣਾ ਉਹਦਾ ਨਾ ਭਾਵੇਂ ਨੁਕਸਾਨ ਹੋਵੇ ਤੇ ਭਾਵੇਂ ਫਾਇਦਾ ਹੋਵੇ ਉਹਦੀ ਪਾਰਟੀ ਦੇ ਵਿੱਚ ਉਹਦਾ ਵਿਰੋਧ ਹੁੰਦਾ ਹੁੰਦਾ ਹੈ। ਅੱਛਾ ਉਹ ਬੋਲ ਜਾਂਦਾ ਹੈ ਪਾਰਟੀ ਮਗਰ ਮਾਵੀਆਂ ਮੰਗਦੇ ਰਹਿੰਦੇ ਨੇ ਵੀ ਯਾਰ ਇਹ ਬੋਲ ਗਿਆ। ਮੈਨੂੰ ਲੱਗਦਾ ਪੰਜਾਬੀ ਤਾਂ ਹੀ ਜ਼ਿਆਦਾ ਪਸੰਦ ਕਰਦੇ ਇਸੇ ਕਰਕੇ। ਪਸੰਦ ਕਰਦੇ ਉਹ ਉਹ ਇਹ ਇਹ ਚੀਜ਼ ਹੈਗੀ। ਹੁਣ ਅਮਰੀਕਾ ਦੇ ਵਿੱਚ ਜੋ ਕੰਮਕਾਰਾਂ ਦਾ ਹਾਲਤ ਹੋਇਆ ਤੇ ਲੋਕ ਵੈਸੇ ਵੀ ਜਿਹੜਾ ਇੱਕ ਜਦੋਂ ਸਰਕਾਰ ਜਿਹੜੀ ਮੌਜੂਦਾ ਹੁੰਦੀ ਨਾ ਭਾਵੇਂ ਉਹਦੀ ਗਲਤੀ ਹੋਵੇ ਨਾ ਹੋਵੇ ਪਰ ਜਿਹੜੀ ਜਿਹੜੀ ਸਰਕਾਰ 'ਚ ਕੰਮਕਾਰ ਡਾਉਣ ਜਾਂਦੇ ਹਨਾ ਉਹਦੇ ਤੇ ਲੋਕਾਂ ਦਾ ਗੁੱਸਾ ਫੁੱਟਣਾ ਹੁੰਦਾ। ਪਰ ਬਾਈਡਨ ਸਾਹਿਬ ਨੇ ਉਹ ਨੈਤਿਕ ਲੋਕਾਂ ਦੇ ਬਿਜ਼ਨਸ ਬਿਜ਼ਨਸ ਬੰਦ ਬਹੁਤ ਹੋਏ ਆ 트럼ਪ ਨੇ ਪੈਸਾ ਬਹੁਤ ਵੰਡਿਆ ਸੀਗਾ ਜਦੋਂ 트럼ਪ ਕੋਵਿਡ ਦੇ ਵਿੱਚ ਜਦੋਂ 트럼ਪ ਸੀਗਾ ਤੇ ਇਹਨਾਂ ਨੇ ਲੋਕਾਂ ਨੂੰ ਬਹੁਤ ਰਜਾਇਆ ਟਰਕਿੰਗ ਕੰਪਨੀ ਵਾਲਿਆਂ ਨੇ ਪਾਏ ਬਹੁਤ ਲਏ ਆ ਇਹ ਸਾਡੇ ਲੋਨ ਚੱਲਦੇ ਹੈ ਹਾਈਡਲ ਲੋਨ ਤੇ ਪੀਪੀਪੀ ਲੋਨ ਸਾਰੇ ਇਹੋ ਜਿਹੇ ਉਹ ਮਾਫ ਕਰ ਛੱਡੇ ਸਾਰੇ ਅੱਛਾ ਜੀ ਲੋਨ ਦੇ ਦੇ ਕੇ ਲੋਕਾਂ ਨੂੰ ਮਗਰੋਂ ਪੈਸੇ ਨਹੀਂ ਵਾਪਸ ਵੀ ਨਹੀਂ ਲਏ ਲੋਕਾਂ ਤੋਂ ਪੀਪੀਪੀ ਲੋਨ ਜਿਹੜਾ ਨਹੀਂ ਦਿੱਤਾ ਹੈ ਤੋ ਉਹ ਘੋਡਵੈਲ ਹੈਗੀ ਟ੍ਰੈਂਪੋਲਾਈ ਇਕਨੋਮਿਕਲੀ ਅਮਰੀਕਾ ਬਹੁਤ ਵਧੀਆ ਰਿਹਾ ਇੱਥੇ ਕੋਈ ਦੋ ਰਾਇ ਨਹੀਂ ਉਹ ਜਿਹੜੀਆਂ ਗੱਲਾਂ ਵੱਖਰੀਆਂ ਨੇ ਹਾਂ ਉਹ ਜਿਹੜੇ ਰੈਡੀਕਲ ਨਾਰੇ ਨੇ ਥੋੜੇ ਜੇ ਵੀ ਕ੍ਰਿਮੀਨਿਟੀ ਦੇ ਕਿਸੇ ਦੇ ਖਾਸ ਕਮਿਊਨਿਟੀ ਦੇ ਖਿਲਾਫ ਬੋਲ ਜਾਣਾ ਉਹਨੇ ਉੱਥੇ ਜਾ ਕੇ ਬੋਲਣਾ ਜਿੱਥੇ ਉਹਦੀ ਜਿਹੜੀ ਐਂਟੀ ਕਮਿਊਨਿਟੀ ਜ਼ਿਆਦਾ ਹੈ ਅੱਛਾ ਜੀ ਵੀ ਲੋਕਾਂ ਨੂੰ ਖੁਸ਼ ਹੁੰਦੇ ਇਹ ਕੱਲੇ ਅਮਰੀਕਾ ਦੀ ਪ੍ਰੋਬਲਮ ਨਹੀਂ ਜਿਹੜਾ ਰੇਸਿਜ਼ਮ ਲਾ ਲਓ ਜਾਂ ਤੱਕ ਜਾ ਉਹਨਾਂ ਮੁਲਕਾਂ ਵਿੱਚ ਵੀ ਇਹ ਪ੍ਰੋਬਲਮ ਹੈਗੀ ਆ ਤੇ ਗੱਲ ਵੋਟ ਬੈਂਕ ਦੀ ਰਾਜਨੀਤੀ ਉੱਥੇ ਵੀ ਅਮਰੀਕਾ ਵੀ ਕੋਈ ਇਹ ਨਹੀਂ ਹੈਗਾ ਜਿੱਦਾਂ ਤਰ੍ਹਾਂ ਇੰਡੀਆ ਦੇ ਵਿੱਚ ਵੀ ਹੁਣ ਤੁਹਾਨੂੰ ਮੈਂ ਛੋਟਾ ਜਿਹਾ ਐਗਜ਼ਾਮਪਲ ਦੇਣਾ ਵੀ ਇੱਕ ਹਿੰਦੂ ਨੇਤਾ ਹੁੰਦਾ ਉਹ ਸਿੱਖਾਂ ਦੀ ਆਬਾਦੀ 'ਚ ਜਾਂਦਾ ਜਿੱਥੇ ਸਿੱਖ ਬਹੁਤ ਗਿਣਤੀ ਹੈ ਮੈਂ ਕਹਿਣਾ ਨਾ ਵੀ ਤੁਹਾਡਾ ਤੁਹਾਡੇ ਲੋਕਾਂ ਨੇ ਇਹ ਵੇਖਣੀ ਵੀ ਤੁਸੀਂ ਡਿਵੈਲਪਮੈਂਟ ਕਿੰਨੀ ਕਰਾਉਣੀ ਤੁਹਾਡੇ ਪਲਾਨ ਕੀ ਨੇ ਤੁਹਾਨੂੰ ਪੰਗ ਬੰਨਣ ਦੀ ਲੋੜ ਕੀ ਹੈ ਕਿਉਂਕਿ ਪੰਗ ਤੁਹਾਡੇ ਤੁਸੀਂ ਅੱਗੇ ਪੰਗ ਨਹੀਂ ਪੈਣਦੇ ਪਰ ਜਦੋਂ ਤੁਸੀਂ ਉੱਥੇ ਵੇਖਿਆ ਵੀ ਬਹੁਤ ਗਿੰਦੇ ਸਿੱਖਾਂ ਦੀ ਇਹ ਪਖੰਡ ਕਰਨ ਦੀ ਕੀ ਲੋੜ ਆ ਵੀ ਮੈਂ ਪੱਗ ਸਿਰ ਤੇ ਰੱਖਦੇ ਆਂ ਜਿਸ ਜਿਆਦੇ ਮੁਸਲਮਾਨ ਤੇ ਸਲਾਮੀ ਟੋਪੀ ਪਾ ਲੋ ਜੇ ਜਿਤ ਜਿਆਦੇ ਹਿੰਦੂ ਆ ਭਾਵੇਂ ਤੁਸੀਂ ਮੁਸਲਮਾਨ ਲੀਡਰ ਹੋ ਪਰ ਜੇ ਹਿੰਦੂਆਂ ਚ ਗਏ ਵੀ ਇੱਥੇ ਬਹੁ ਗਿੰਦੇ ਹਿੰਦੂ ਤੁਹਾਂ ਜਾ ਕੇ ਤਿਲਕ ਲਾ ਲੋ ਇਹ ਰਫਖੰਡ ਉਹ ਉਹੋ ਚੀਜ਼ਾਂ ਉੱਥੇ ਆ ਵੀ ਉਹ ਲੋਕਾਂ ਨੂੰ ਖੁਸ਼ ਕਰਨ ਬਦਲੇ ਇਹੋ ਜਿਹੇ ਨਾਰੇ ਲਾਏ ਜਾਂਦੇ ਆ ਵੀ ਮੈਂ ਆ ਆਉਂਗਾ ਕਿਉਂਕਿ ਇੱਕ ਇੱਕ ਕਲਾਸ ਆ ਜਿਹੜੀ ਉੱਥੇ ਇਮੀਗ੍ਰੈਂਟਸ ਦੇ ਵਿਰੋਧ ਚੱਲਦੀ ਆ ਵੀ ਜਿਹੜੇ ਲੋਕ ਨੇ ਆ ਰਹੇ ਨੇ ਬੰਦ ਹੋਣੇ ਚਾਹੀਦੇ ਨੇ ਹੂੰ ਇਹ ਇਹ ਤਾਂ ਚਲਦੀ ਚੱਲਦਾ ਉਹ ਜਿਹੜੀ ਜਿਹੜੇ ਗੋਰੇ ਆ ਪ੍ਰਾਣੇ ਜਿਹੜੇ ਮਲ ਕੇ ਉਹਨਾਂ ਨੂੰ ਜਾ ਕੇ ਜਿਹੜੇ ਰੈਡ ਨੈਕਸ ਹੁੰਦੇ ਸਾਡੇ ਇਹੋੀਆਂ ਚੀਜ਼ਾਂ ਹੈਗੀਆਂ ਉਹਨਾਂ ਵਿੱਚ ਜਾ ਕੇ ਗੱਲਾਂ ਬੋਲੀਆਂ ਜਾਂਦੀਆਂ ਜਿਹੜੇ ਚਾਹੁੰਦੇ ਵੀ ਇੱਥੇ ਨਾ ਆਵੇ ਉਹਨਾਂ ਨੂੰ ਖੋਜ ਕਰਨ ਬਾਰੇ ਵੀ ਮੈਂ ਆਇਆ ਤੇ ਨਾ ਬਾਰਡਰ ਸੀਲ ਕਰ ਦੂੰਗਾ ਮੈਂ ਬੰਦ ਕਰ ਲਊਗਾ ਤੇ ਇਹਦੇ ਕਰਕੇ ਹੈ ਵੀ ਬੰਦਾ ਵੜਿਆ ਬਹੁਤ ਅਮਰੀਕਾ ਪਿਛਲੇ 2-3 ਸਾਲਾਂ 'ਚ ਇਹਨਾਂ ਲਈ ਬਹੁਤ ਜ਼ਿਆਦਾ ਆਇਆ ਤੇ ਕਮਾਂਕਰਾਂ ਦਾ ਮੰੰਦਾ ਵੀ ਤਾਂ ਪਿਆ ਟਰੱਕਿੰਗ ਦੇ ਵਿੱਚ ਇਹ ਵੀ ਇੱਕ ਕਾਰਨ ਰਿਹਾ ਅੱਛਾ ਨਵੇਂ ਮੁੰਡੇ ਜਾਂਦੇ ਆ ਵਰਕ ਪਰਮ ਮਿਲ ਜਾਂਦਾ ਹੈ ਸਕੂਲ ਚ ਲਾ ਕੇ ਮਹੀਨਾ ਲਾਇਸੈਂਸ ਲੈ ਲਿੰਦੇ ਨੇ ਤੋਂ ਟਰੱਕਾਂ ਤੇ ਚੜ ਜਾਂਦੇ ਨੇ ਟਰੱਕ ਚੜ ਗਏ ਦੀ ਆਮਦਨ ਲੈ ਲਿਆ ਚਲੋ ਇਹ ਤਾਂ ਹਰ ਬੰਦਾ ਜਿਹੜਾ ਜਾਂਦਾ ਉਹਦਾ ਚਲੋ ਗਰੋ ਕਰਨਾ ਬਟ ਕਈ ਵਾਰੀ ਇਹ ਆ ਕਿ ਕਾਟਾ ਖਾ ਜਾਂਦੇ ਆ ਕਾਟਾ ਖਾ ਜਾਂਦੇ ਆ ਇਹ ਗੱਲ ਜ਼ਰੂਰ ਹੈਗੀ ਜੀ 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 ਭਾਈ ਇਸ ਕਰਕੇ ਭਾਈ ਚਲੋ ਇਹ ਨਾਲ ਅਮਰੀਕਾ ਦੇ ਦੁੱਖ ਦਰਦ ਵੀ ਦੱਸੇ ਨੇਗੇ ਕਿ ਸੁੱਖ ਕੀ ਹੈ ਉੱਥੇ ਦੁੱਖ ਕੀ ਹੈ ਸਾਰੀਆਂ ਚੀਜ਼ਾਂ ਤੁਹਾਡੇ ਨਾਲ ਸਾਂਝੀ ਕਰੀ ਜਾਂਦੇ ਹੈਗੇ ਤੇ ਆਪਾਂ ਫਿਰ ਥੋੜਾ ਜਿਹਾ ਮੈਂ ਕਹਿੰਨਾ ਸੀ ਨਾ ਅਮਰੀਕਾ ਤੋਂ ਗੇਰ ਪਾ ਲਓ ਤੁਸੀਂ ਵੈਸੇ ਪਾਕਿਸਤਾਨ ਜਾ ਕੇ ਉਹ ਲੈਂਦੇ ਪੰਜਾਬ ਵਾਲੇ ਪਾਸੇ ਤੁਹਾਡੇ ਮੈਂ ਬਲੌਗਸ ਬਲੌਗ ਪੂਰੇ ਦੇਖਿਓ ਤਾਂ ਪੂਰਾ ਕੰਮ ਚੱਲਦਾ ਨਾ ਬਲੌਗ ਇੰਨੇ ਨਹੀਂ ਬਣਾਏ ਮੇਰਾ ਮਤਲਬ ਹੁੰਦਾ ਵੀ ਜਦੋਂ ਜਾਣਾ ਨਾ ਕਿਤੇ ਤਾਂ ਉਸ ਚੀਜ਼ ਨੂੰ ਇੰਜੋਏ ਕਰੋ ਬਲੌਗਰ ਇੰਜੋਏ ਨਹੀਂ ਕਰ ਪਾਉਂਦੇ ਜਿਹੋ ਤੇ ਵਲੌਗ ਚ ਪਏ ਜਾਂਦੇ ਉਹਨਾਂ ਦਾ ਧਿਆਨ ਤੁਹਾਡੇ ਕੈਮਰੇ ਚ ਹੁੰਦਾ ਹਾਂ ਇਹ ਗੱਲ ਹੈ ਹਨਾ ਅੱਜ ਕੱਲ ਤਾਂ ਬਾਰੇ ਬਲੌਗਰ ਹੋਏ ਪਏ ਸਾਡੇ ਬੋਲੇ ਬੋਲੇ ਆਏ ਪਏ ਤੇ ਮੈਂ ਤਾਂ ਪਾਕਿਸਤਾਨ ਦੇਖਣ ਗਿਆ ਹਾਂ ਮੇਰਾ ਪਿੰਡ ਸੀਗਾ ਉਧਰ ਮਾਨਸਾਬ ਮੇਰੇ ਦਾਦਾ ਜੀ ਉੱਥੇ ਸੀਗੇ ਰਗੀਲਪੁਰ ਪਿੰਡ ਸਾਡਾ ਲਾਹੌਰ ਤੋਂ 40 ਕਿਲੋਮੀਟਰ ਤੇ ਪੈ ਜਾਂਦਾ ਮੈਨੂੰ ਖਾਇ ਸੀ ਵੀ ਮੈਂ ਜਾਵਾਂ ਪਰ ਪਾਕਿਸਤਾਨ 'ਚ ਮੇਰੇ ਮਿੱਤਰ ਨੇ ਦੋਸਤ ਸਾਰੇ ਸੋਸ਼ਲ ਮੀਡੀਆ ਤੋਂ ਜੁੜੇ ਹੋਏ ਨਾਸਰ ਢਿੱਲੋ ਭਾਜੀ ਹੋਗੇ ਜਬੀ ਅਜਰਾ ਹਮਦਜਾ ਵਕਾਸ ਐਦਰ ਵਕਾਰ ਪੈਂਡਰ ਇਹ ਸਾਰੇ ਮਿੱਤਰ ਨੇ ਆਪਣੇ। ਤੋਂ ਇਹਨਾਂ ਨਾਲ ਮੇਰਾ ਕਮਿਊਨੀਕੇਸ਼ਨ ਬੜੇ ਚਿਰ ਤੋਂ ਸੀਗਾ। ਵੀ ਤੋਂ ਆ ਫਿਰ ਪਿਛਲੀ ਯਾਰ ਮੈਂ ਆਇਆ ਤੇ ਦੋ ਵਿਆਹ ਸੀ ਮੈਨੂੰ ਇੰਡੀਆ ਚ ਇੱਥੇ। ਇੱਕ ਵਿਆਹ ਵੇਖਿਆ ਪਹਿਲਾਂ ਤੁਹਾਡੇ ਲਾਗੇ ਤੇ ਆਪੋਰ। ਹਾਂਜੀ ਵਿਆਹ ਵੇਖ ਕੇ ਤੇ ਫਿਰ ਮੈਂ ਪਾਕਿਸਤਾਨ ਚਲਾ ਗਿਆ 10-12 ਦਿਨ ਵੀਜ਼ਾ ਮੋਦਰਾ ਲੈ ਕੇ ਆਇਆ ਤੇ ਫਿਰ ਇੱਕ ਵਿਆਹ ਕੇ ਵੇਖਿਆ। ਪਰ ਉੱਥੇ ਜਿਹੜਾ ਸਿਸਟਮ ਸੀਗਾ ਉਹ ਰੂਹ ਖੋਚੋਈ ਜਾ ਕੇ ਵਧੀਆ ਲੱਗਿਆ। ਮੈਂ ਪਿੰਡ ਗਿਆ ਉਹ ਰੰਗੀਲਪੁਰ ਉਹ ਮੇਰਾ ਬਾਪੂ ਮੇਰਾ ਦੋ ਜਿਉਂਦਾ ਸੀ ਅਜੇ ਨਹੀਂ ਰਿਹਾ ਦੁਨੀਆ ਤੇ ਉਹਨਾਂ ਨੇ ਮੈਨੂੰ ਨਾਂ ਨ ਦੱਸੇ ਜਿਹੜੇ ਮੇਰੇ ਦਾਦੇ ਦੇ ਮਿੱਤਰ ਸੀ ਉਸ ਰੰਗੀਲਪੁਰ ਪਿੰਡ ਚ ਅੱਛਾ ਉਹ ਕੱਢ ਲਿਆ ਸਿਆਣਾ ਮਤਲਬ ਜਿਵੇਂ ਆਪਣੇ ਕਹਿੰਦੇ ਬਾਈ ਸਿਆਣੂ ਲੱਭ ਲਈ ਲੱਭ ਲੇ ਉਹ ਪਿੰਡੋਂ ਲੱਭ ਕੇ ਬੰਦੇ ਮੈਨੂੰ ਉਹ ਵੀ ਹੁਣ 75 76 ਸਾਲ ਹੋ ਗਏ ਉਹ ਆਪ ਤੇ ਚਲੇ ਗਏ ਦੁਨੀਆ ਤੋਂ ਵੀ ਹਮ ਮੇਰੇ ਦਾਦੇ ਆ ਗੋ ਪਰ ਉਹਨਾਂ ਦੇ ਜਿਹੜੇ ਗਾਂ ਔਲਾਦ ਹੈਗੀ ਸੀ ਜਿਹੜੇ ਉਹਨਾਂ ਦੇ ਮੁੰਡੇ ਸੀਗੇ ਉਹ ਮੈਨੂੰ ਮਿਲ ਪਏ ਸਾਰੇ ਅੱਛਾ ਜੀ ਉਹ ਮਿਲੇ ਪਰ ਬੜਾ ਚਾਹ ਕੀਤਾ ਉਹਨਾਂ ਨੇ ਸਾਡੇ ਉਹ ਜਿਵੇਂ ਪਾਕਿਸਤਾਨੀ ਦਾਵਤ ਹੋਈ ਖਾਣੇ-ਵਾਣੇ ਬਣਾਏ ਉੱਥੇ ਘਰੇ ਮਿਲੇ ਤੋਂ ਇੱਕ ਮੌਲ ਬੜਾ ਮੋਸ਼ਨਲ ਹੋ ਗਿਆ ਫਿਰ ਤੁਸੀਂ ਚੀਜ਼ਾਂ ਨੂੰ ਵੇਖਦੇ ਹੋ ਨਾ ਨਜ਼ਰੀਏ ਨਾਲ ਵੀ ਮੇਰਾ ਦਾਦਾ ਇਨ੍ਹਾਂ ਗਲੀਆਂ 'ਚ ਖੇਡਿਆ ਜੇ ਪਾਰਟੀਸ਼ਨ ਨਾ ਹੁੰਦਾ ਤੇ ਮੈਂ ਉਸੇ ਪਿੰਡ 'ਚ ਹੋਣਾ ਸੀ ਅਹੀਂ ਕਿੱਥੇ ਹੋਣਾ ਸੀਗਾ ਮਜਬੂਰੀ ਕਰਕੇ ਪਿੰਡ ਛੱਡਿਆ ਜੀ ਵੀ ਸਾਨੂੰ ਕਿਹਾ ਵੀ ਜਾਓ ਤੁਸੀਂ ਇੱਥੋਂ ਤੇਹੀਂ ਇੱਧਰ ਆ ਗਏ ਚੜਦੇ ਪੰਜਾਬ ਚ ਤੇ ਮੈਂ ਉਹ ਰੰਗੀਲਪੁਰ ਤੇ ਜਾ ਕੇ ਮੈਂ ਇਹ ਮਸੂਸ ਕਰਦਾ ਸੀ ਵੀ ਯਾਰ ਜੇ ਮੈਂ ਨਾ ਪਾਟੇ ਚ ਹੁੰਦਾ ਤਾਂ ਮੈਂ ਇੱਥੇ ਫਿਰਦੇ ਹੋਣਾ ਤੇ ਉੱਥੇ ਦੋ ਬਾਬੇ ਬੰਦੇ ਉੱਕਾ ਪੀਂਦੇ ਹੁੰਦੇ ਸੀਗੇ ਤਾਂ ਮੇਰਾ ਦੋਸਤ ਨਾਸਰ ਢਲੋ ਸਾਹਿਬ ਮੈਨੂੰ ਕਹਿੰਦੇ ਬੰਦੇ ਵੀ ਜਨਾਬ ਦਾ ਤੋ ਇੰਨਾ ਨਾਲੋ ਕੇ ਪਿੰਦਾ ਹੋਣਾ ਇਹ ਤੇ ਬੈਠੇ ਨੇ ਦੀ 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 ਬਿਲਕੁਲ ਤੁਸੀਂ ਤਾਂ ਦੇਖਿਆ ਉੱਥੇ ਹੋਰ ਖਾਸ ਕੀ ਚੀਜ਼ਾਂ ਐ ਡਾ ਅਬਜ਼ਰਵ ਕੀਤੀਆਂ ਜਿਹੜੀਆਂ ਤੇ ਲੱਗਦਾ ਹੋਊ ਕਿ ਯਾਰ ਸਾਡੇ ਵਾਲੇ ਪਾਸੇ ਚੀਜ਼ਾਂ ਵਿਸਰਗੀਆਂ ਉਧਰ ਹਲੇ ਵੀ ਹੈਗੀਆਂ ਉਹ ਚੀਜ਼ਾਂ ਵਿਸਰਗੀਆਂ ਉਹਨਾ ਮੇਰੇ ਨਾਲ ਕਮੇਟੀ ਕਰਤੇ ਸੀ ਥੋੜੀ ਜੀ ਇਹ ਗੱਲ ਦੋ ਮੈਂ ਮੈਂ ਤਰਾਬਦਨ ਨੂੰ ਕਿਹਾ ਮੈਂ ਯਾਰ ਮੈਨੂੰ ਬੜਾ ਵਧੀਆ ਲੱਗਾ ਤੇ ਪੁਰਾਣਾ ਕਲਚਰ ਸਾਬਿਆ ਆ ਹਜੇ ਵੀ ਬਿਲਡਿੰਗਾਂ ਪਈਆਂ ਨੇ ਉਹ ਹਜੇ ਹਜੇ ਸਾਰੇ ਆ ਇਮਾਰਤਾਂ ਉਦਾਂ ਹੀ ਪਈਆਂ ਨੇ ਤਾਂ ਉਹ ਅਲਗੋ ਜਵਾਬ ਦਿੰਦਾ ਸਾਡੇ ਕੋਲ ਪੈਸੇ ਕੋ ਨਹੀਂ ਹੋ ਗਏ ਨਹੀਂ ਅਸੀਂ ਵੀ ਢਾ ਕੇ ਕੋਟੀਆਂ ਬਣਾ ਲੈਂਦੇ ਆਂ ਢਾ ਕੇ ਬਣਾ ਲੈਂਦੇ ਆਂ ਤਾਂ ਤੇਰੇ ਕੋਲ ਪੈਸੇ ਕੋ ਨਹੀਂ ਕਿਤੇ ਲੋ ਇਹਦ ਕੱਲ ਮੈ ਜਾਗਦੀ ਪਰ ਇਹ ਗੱਲ ਸੱਚ ਆ ਵੀ ਉੱਥੇ ਤੁਹਾਨੂੰ ਜਿਹੜਾ ਅਜੇ ਤੋਂ 35-40 ਸਾਲ ਪਹਿਲਾਂ ਅਸੀਂ ਪੰਜਾਬ ਮਾਨਸਾਬ ਜਿਹੜਾ ਇੱਥੇ ਆਪਾਂ ਹੰਡਾ ਚੁੱਕੇ ਸਾਨੂੰ ਤਾਂ ਵਧੀਆ ਲੱਗਦਾ ਸੀ ਉਹ ਵੇਖੀਆਂ ਚੀਜ਼ਾਂ ਹੁਣ ਤੇ ਬੱਚਾ ਜਿਹੜਾ ਬੌਰਨ ਹੋਇਆ ਇਹ ਇਹਨੂੰ ਲੈ ਜਾਉਗਾ ਤੇ ਇਹਨੂੰ ਨਹੀਂ ਵਧੀਆ ਲੱਗਣਾ ਇਹਨਾਂ ਨੇ ਉਹ ਸਮਾਂ ਨਹੀਂ ਵੇਖਿਆ ਇਹਨਾਂ ਨੂੰ ਨਹੀਂ ਵਧੀਆ ਲੱਗੇਗਾ ਤੇ ਦੂਸਰੀ ਗੱਲ ਉਹ ਗੱਲ ਵੈਸੇ ਪੈਸੇ ਵਾਲੇ ਠੀਕ ਵੀ ਹੈ ਜਿੱਦਾਂ ਕਿ ਹੁਣ ਆਪਣੇ ਕੋਲੇ ਹੌਲੀ-ਹੌਲੀ ਪੈਸਾ ਆ ਰਿਹਾ ਡਵੈਲਪਮੈਂਟ ਹੋ ਰਹੀਆਂ ਚੀਜ਼ਾਂ ਇਹ ਇਹ ਬੜਾ ਫਰਕ ਹੈ ਉਹ ਜਾਂਦਿਆਂ ਜਾਂਦਿਆਂ ਫਰਕ ਬੜਾ ਡਵੈਲਪਮੈਂਟ ਬਹੁਤ ਕੁਝ ਖਤਮ ਕਰਦੀ ਹੈ ਤੇ ਉਹ ਪਾਕਿਸਤਾਨ ਦੇ ਵਿੱਚ ਉਹਨਾਂ ਦਾ ਇਹ ਵੀ ਜਿਹੜੀਆਂ ਚੀਜ਼ਾਂ ਨਾ ਆਪਾਂ ਜਦੋਂ ਮੈਂ ਭਗਤ ਸਿੰਘ ਦੇ ਪਿੰਡ ਗਿਆ ਬੰਗਾ ਪਿੰਡ ਪੈਂਦਾ ਲਾਲਪੁਰ ਚ ਲਾਲਪੁਰ ਨੂੰ ਅੱਜਕੱਲ੍ਹ ਫੈਸਲਾਬਾਦ ਕਿਹਾ ਜਾਂਦਾ ਹੈ ਉੱਥੇ ਮ ਪਿੰਡ ਗਿਆ ਤਾਂ ਜਦੋਂ ਮ ਪਿੰਡ ਦੀ ਗਲੀਆਂ 'ਚ ਘੜਿਆ ਤੇ ਮੈਨੂੰ ਐ ਨਾ ਇੱਧਰ ਸੱਡੀਆਂ ਰਿਸ਼ਤੇਦਾਰੀਆਂ ਹੀ ਆਂ ਮਾਜੇ ਜਿਵੇਂ ਬਾਰਡਰ ਲੱਗੇ ਪਿੰਡ ਨੇ ਹੁਣ ਉਹ ਵੀ ਬੜੇ ਡਿਵੈਲਪ ਹੋ ਗਏ ਆ ਮੈਨੂੰ ਉਹ ਪਿੰਡ ਯਾਦ ਆ ਗਏ ਵੀ ਉਹਦਾ ਪਿੰਡਾਂ ਵਿੱਚ ਆ ਹੀ ਮੌਲੰਦਾ ਕੱਚੀਆਂ ਗਲੀਆਂ ਘਾਰ ਕੱਚੇ ਤੇ ਉਹ ਮਤਲਬ ਪਿੰਡਾਂ 'ਚ ਜਿਉ ਆਕ ਉਤਰੇ ਰੂੜੀਆਂ ਤੇ ਚੜੇ ਫਿਰਦੇ ਆ ਤੇ ਉਹ ਸਾਰਾ ਕੁਝ ਵੇਖਿਆ ਤਾਂ ਅੱਖਾਂ 'ਗੇ ਇੱਕ ਸੀਨ ਆ ਜਾਂਦਾ ਉਹ ਕਲਚਰ ਕਿਉਂਕਿ ਉਹ ਚੀਜ਼ਾਂ ਆਪਨੇ ਹਡਾਂਗਾ ਨੇ ਜਾਂ ਕੀਤਕਾਂ ਨੇ ਹਾਂ ਉਹ ਆ ਸਮਾਜ ਵੀ ਮੈਨੂੰ ਤੁਹਾਨੂੰ ਇੰਜ ਫੀਲ ਹੋਊਗਾ ਵੀ ਜਿਹੜਾ 35-40 ਸਾਲ ਪਹਿਲਾਂ ਪੰਜਾਬ ਸੀ ਨਾ ਚੜਦਾ ਪੰਜਾਬ ਉਹ ਅੱਜ ਜਿਹੜਾ ਲਹਿੰਦਾ ਪੰਜਾਬ ਉੱਥੇ ਖੜਾ ਹੈ ਉਦਾਂ ਹੀ ਹੈ ਮੈਂ ਇੱਧਰ ਆ ਗਿਆ ਆਪਣੇ ਆਬੋਰ ਦੇ ਲਾਗੇ ਪੈ ਜਾਂਦਾ ਇੱਥੋਂ ਬਾਰਡਰੋਂ ਪਾਰ ਮੈਂ ਸਾਰਿਆਂ ਦੇ ਨਾਮ ਲੈ ਰਿਹਾ ਵੀ ਦੋਸਤ ਮਿੱਤਰ ਸੁਨੇ ਸਹਜਾਦ ਜੋਹਿਆ ਸਾਹਿਬ ਨੇ ਪ੍ਰੋਫੈਸਰ ਨੇ ਉੱਥੇ ਕਾਲਜ ਅੱਛਾ ਜੀ ਉਹ ਉਹਨਾਂ ਦੀ ਵਾਈਫ ਵੀ ਪੜਾਉਂਦੇ ਨੇ ਤੇ ਉਹ ਅੱਕਾਂ ਵਾਲੀ ਪਿੰਡ ਪੈਂਦਾ ਇੱਥੋਂ ਲਾਗੇ ਮੈਂ ਕੋ ਗੂਗਲ ਮੈਂ ਇੱਥੇ ਵੇਖਿਆ ਆ ਫਾਜ਼ਲ ਕਿਆਂ ਦਾ ਸੁਲੇਮਾਨ ਕੀ ਹੈਡ ਨਹੀਂ ਹੈਗਾ ਜਿਹੜਾ ਪਾਕਿਸਤਾਨ ਚ ਪੈਂਦਾ ਹਾਂਜੀ ਇਹ ਕ੍ਰਾਸ ਕਰਕੇ ਇਧਰ ਆ ਰਿਹਾ ਬੋਰ ਵਾਲੀ ਸਾਈਡ ਨੂੰ ਆਏ ਉਥੋਂ 20 ਕਿਲੋਮੀਟਰ ਤੇ ਪਿੰਡ ਸੀ ਰਾਤ ਰਾਹੀਂ ਉਹਨੇ ਬੰਦੇ ਨੇ ਬੜਾ ਚਾਹ ਅੱਛਾ ਇਧਰਲੇ ਪਾਸੇ ਨੂੰ ਆਏ ਤੁਸੀਂ ਹਾਂਜੀ ਹਾਂਜੀ ਉਧਰੋਂ ਮੈਂ ਵੀਜ਼ੇ ਤੇ ਗਿਆ ਖੁੱਲੇ ਤੇ ਇੱਕ ਤਾਂ ਤੁਸੀਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਗਏ ਉਹ ਤੁਹਾਡੇ ਕੋਲੋਂ ਸਿਰਫ ਉਹ ਵੀਜ਼ਾ ਹੁੰਦਾ ਵੀ ਤੁਸੀਂ ਆ ਜਿਹੜੇ ਜਿਹੜੇ ਆਪਣੀਆਂ ਜਿੰਨੀਆਂ ਵੀ ਜਗ੍ਹਾ ਹੈਗੇ ਤੇੜੇ ਧਾਰਮਿਕ ਸਥਾਨ ਉਹ ਲਿਮਟਡ ਜਿਹਾ ਇੱਕ ਦਾਇਰਾ ਹਾਂਜੀ ਮੇਰਾ ਇਦਾਂ ਦਾ ਨਹੀਂ ਮੈਂ ਤਾਂ ਵੀਜ਼ਾ ਅਮਰੀਕਾ ਤੋਂ ਲੈ ਕੇ ਆਇਆ ਤੇ ਮੇ ਤੇ ਬਈ ਇੱਧਰ ਆਇਆ ਕਾਂਲੇ ਉਹ ਪਿੰਡ ਮਤਲਬ ਉਹੀ ਤਾਂ ਦੱਸੇ ਜਿਹੜੀ ਫੀਲਿੰਗ ਆਉਂਦੀ ਵੀ ਉਹ ਰਾਤ ਉੱਥੇ ਹੀ ਰਹੇ ਪਿੰਡ ਉਹਦੇ ਇੱਥੇ ਹੱਕਾਂ ਵਾਲੀ ਆ ਕੇ ਪਿੰਡ 'ਚ ਉਹਨਾਂ ਨੇ ਪਿੰਡੋਂ ਐ ਲੋਕ ਇਕੱਠੇ ਹੋਏ ਵੀ ਬੈਂ ਜਿਦ ਤਰ੍ਹਾਂ ਆਪਣੇ ਇੱਕ ਸਮਾਂ ਹੁੰਦਾ ਨੇ ਲੋਕ ਵੀ ਸੀਆਰ ਵੇਖਣ ਇੱਕ ਘਰ 'ਚ ਇਕੱਠੇ ਹੋ ਜਾਂਦੇ ਨੇ ਜੇ ਜਾਣਾ ਹੈ ਹਾਂਜੀ ਉਹ ਸੀਆਰ ਵਾਲਾ ਮਾਹੌਲ ਬਣਿਆ ਪਿਆ ਸੀ ਮੈਨੂੰ ਘਰੇ ਤੇ ਉੱਥੇ 40 50 ਜਾਣੇ ਪਿੰਡ ਦੇ ਬੰਦੇ ਇਕੱਠੇ ਹੋ ਗਏ ਨਿਆਣੇ ਇਕੱਠੇ ਹੋ ਗਏ ਤੋ ਤੁਹਾਨੂੰ ਪਤਾ ਵੀ ਜੁਗਤ ਹਰ ਬੰਦਾ ਮਾਰਦਾ ਉੱਥੇ ਉਹ ਸਾਰੀ ਰਾਤ ਹੱਸਦੇ ਆਂਦੀ ਨੰਗੀ ਉਹ ਜਿਹੜਾ ਮਾਹੌਲ ਸੀ ਨਾ ਜਦੋਂ ਪਾਕਿਸਤਾਨ ਛੱਡਿਆ ਉਹਦੇ ਨਾਲ ਮੈਨੂੰ ਬੜਾ ਮੈਂ ਐਮੋਸ਼ਨਲ ਹੋ ਗਿਆ ਵੀ ਸਾਲਾ ਆਹ ਜਿਹੜੀਆਂ ਚੀਜ਼ਾਂ ਨਾ ਇਹ ਸਾਡੇ ਹੈ ਨਹੀਂਆਂ ਇਹ ਅਸੀਂ ਗਵਾਚ ਗਈਆਂ ਨੇ ਪਰ ਉੱਥੇ ਅੱਜ ਵੀ ਉਹ ਜਿਹੜਾ ਮਾਹੌਲ ਤੁਹਾਨੂੰ ਵੇਖਣ ਨੂੰ ਮਿਲਦਾ ਪਾਕਿਸਤਾਨ 'ਚ ਇਹ ਬਹੁਤ ਚੀਜ਼ਾਂ ਹੋਰ ਵੱਡੀ ਗੱਲ ਆ ਮਹਿਮਾਨ ਨਿਵਾਜ਼ੀ ਬੜੀ ਕਮਾਲ ਦੀ ਆ ਅੱਛਾ ਹਰ ਬੰਦਾ ਤੁਹਾਨੂੰ ਚਾਹ ਆਏ ਕਰੂਗਾ ਜੇ ਤਾਂ ਤੁਸੀਂ ਪੱਗ ਬੱਧੀ ਸਿਰ ਤੇ ਫਿਰ ਤਾਂ ਮਾਨ ਸਾਹਿਬ ਤੁਸੀਂ ਸੈਲੀਬ੍ਰਿਟੀ ਹੋ ਉਥੇ ਅੱਛਾ ਜੀ ਤੁਹਾਨੂੰ ਇੰਜ ਟਰੀਟ ਕਰਨਾ ਵੀ ਕੋਈ ਸੈਲੀਬ੍ਰਿਟੀ ਆ ਵੀ ਸਰਦਾਰ ਜੀ ਇੱਕ ਸੈਲਫੀ ਖਿੱਚ ਲਿਆ ਆਪਾਂ मतलब ਤੁਹਾਡੇ ਨਾਲ ਲੋਕੀ ਫੋਟੋਆਂ ਖਿਚਾਉਂਦੇ ਨੇ ਆ ਕਿ ਪੱਗ ਦੀ ਇੰਨੀ ਰਿਸਪੈਕਟ ਆ ਦੂਜੇ ਦੀ ਵੀ ਆ ਇਹ ਨਹੀਂ ਮੈਂ ਕਹਿੰਦਾ ਪਰ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਈ ਵਾਰੀ ਕਹਿੰਦਾ ਇੱਥੇ ਲੋਕਲ ਹੋਣਾ ਕੋਈ ਸਾਨੂੰ ਫਿਰ ਉਹ ਹਾਂ ਕਿਤੇ ਵੀ ਲੋਕਲ ਇੱਥੋਂ ਦਾ ਸ਼ਹਿਰੀ ਹੋ ਸ਼ਹਿਰੀ ਹੋ ਪਾਗ ਵਾਲਾ ਤਾਂ ਫਿਰ ਦੂਰੋਂ ਪਛਾਣਿਆ ਜਾਂਦਾ ਨਾ ਵੀ ਉਧਰੋਂ ਆਇਆ ਸਰਦ ਪਾਰ ਤੋਂ ਸਾਡੇ ਅਰਿਆਂ ਨੂੰ ਦੱਸਣਾ ਪੈਂਦਾ ਮੈਨੂੰ ਕਹਿੰਦੇ ਮੈਂ ਮੈਨੂੰ ਲੱਗਦਾ ਵੀ ਜੇ ਆਪਾਂ ਆਪਣੇ ਬਜੇ ਅੱਧਾ ਕਿ ਬਜ਼ੁਰਗਾ ਚੋਕੀ ਸਿਮ ਲੈ ਜਾਈਏ ਤਾਂ ਉਹ ਤਾਂ ਦੇਖ ਨਾ ਦੇਖਿਆ ਫਿਰ ਬੜੇ ਖੁਸ਼ ਹੋ ਮੋਤ ਬਹੁਤ ਬਹੁਤ ਤੁਸੀਂ ਚਾਹ ਦਾ ਕੱਪ ਪੀ ਲਿਆ ਤੁਹਾਡੇ ਤੋਂ ਪੈਸੇ ਨਹੀਂ ਲੈਣੇ ਦੁਕਾਨਦਾਰ ਨੇ ਮਨ ਕੇ ਲੱਸੀ ਪੀ ਲਈ ਤੋਂ ਨਹੀਂ ਪੈਸੇ ਲੈਣੇ ਇਹ ਇਹ ਹੋ ਜਿਆ ਨਹੀਂ ਇਹ ਚੀਜ਼ਾਂ ਵੇਖ ਕੇ ਬੜਾ ਮਨ ਖੁਸ਼ ਹੁੰਦਾ ਮੈਂ ਉਦੋਂ ਉਦੋਂ ਤੁਹਾਡਾ ਨਜ਼ਰੀਆ ਬੜਾ ਚੇਂਜ ਹੁੰਦਾ ਅਸੀਂ মিডিਆ ਵੇਖ ਵੇਖ ਖਬਰਾਂ ਵੇਖ ਵੇਖ ਕਿ ਸਾਡਾ ਸੁਭਾਅ ਇਦਾਂ ਦਾ ਹੋਇਆ ਵੀ ਪਤਾ ਨਹੀਂ ਪਾਕਤਨ ਗਏ ਤਾਂ ਸਾਨੂੰ ਕੀ ਹੋ ਜਾਣਾ ਹੈ ਨਹੀਂ ਨਹੀਂ ਬਟ ਉਹ ਜਦੋਂ ਤੁਸੀਂ ਵਾਗਾ ਟੱਪ ਕੇ ਧਰਤੀ ਦੇ ਪੈਰ ਰੱਖਦੇ ਉਹ ਜਿਹੜਾ ਉਹ ਇੱਕ ਜਲਾਉ ਤੁਹਾਡੇ ਅੰਦਰ ਆਉਂਦਾ ਇੱਕ ਬਦਲਕ ਤੁਹਾਨੂੰ ਇੱਕ ਅੰਦਰੋਂ ਜਿਹੜੀ ਫੀਲ ਆਉਂਦੀ ਉਹਨੂੰ ਸ਼ਬਦਾਂ ਨੇ ਬਿਆਨ ਨਹੀਂ ਕੀਤਾ ਜਾਂਦਾ ਉਹ ਅਹਿਸਾਸ ਹੀ ਵੱਖਰਾ ਹੁੰਦਾ ਯਾਰ ਜੀ ਵੀ ਕਿਦਾਂ ਉਹ ਦੁਨੀਆ ਦੇ ਵਿੱਚ ਮਾਨਸਾਭ ਸਭ ਤੋਂ ਵੱਡੀ ਸਾਹਜ ਹੁੰਦੀ ਜ਼ੁਬਾਨ ਦੀ ਜਾਤ ਮਜਬ ਨਸਲ ਇਹ ਸਾਰੀਆਂ ਚੀਜ਼ਾਂ ਬਾਅਦ ਚ ਰਹਿ ਜਾਂਦੀਆਂ ਜਬਾਨ ਨਾਲ ਦੀ ਸਾਝ ਕਿਤੇ ਨਹੀਂ ਹੋ ਸਕਦੀ ਹੁਣ ਆਪਣੇ ਨਾਲ ਅਸੀਂ ਹੁਣ ਵਿਦੇਸ਼ਾਂ ਚ ਰਹਿੰਦੇ ਆ ਮਤਲਬ ਬਾਹਰ ਗਿਆ ਨੂੰ ਇਨਾ ਚਿਰ ਗਿਆ ਪਹਿਲਾਂ ਮਿਡਲ ਈਸਟ ਰਹਾ ਤੁਹਾਡੇ ਨਾਲ ਇੱਕ ਬੰਦਾ ਤਾਮਿਲਨਾਡੂ ਦਾ ਬੈਠਾ ਹੈ ਨਾ ਜਾਂ ਕੇਰਲਾ ਦਾ ਬੈਠਾ ਉਹ ਭਾਵੇਂ ਇੰਡੀਅਨ ਹੀ ਆ ਜੀ ਮੈਂ ਵੀ ਇੰਡੀਅਨ ਉਹ ਵੀ ਇੰਡੀਅਨ ਹਿੱਕੋ ਮਿਲਕਦੇ ਆ ਮੈਨੂੰ ਉਹਦੀ ਜ਼ਬਾਨ ਨਹੀਂ ਸਮਝ ਆ ਰਹੀ ਉਹਨੂੰ ਮੇਰੀ ਨਹੀਂ ਆ ਰਹੀ ਹੂੰ ਮੇਰੇ ਉਹਦੇ ਨਾਲ ਅਟਰੈਕਸ਼ਨ ਨਹੀਂ ਬਣਨੀ ਉਹ ਭਾਰਤੀ ਹੋਣ ਦੇ ਬਾਵਜੂਦ ਵੀ ਉਹ ਇਤਨਾ ਬੈਠਾ ਮੜੀ-ਮੋਟੀ ਗੱਲਬਾਤ ਉੱਪਰ ਨੂੰ ਹੁਣ ਜਦੋਂ ਸਾਡੇ ਵਰਗਾ ਬਾਹਰ ਬੈਠੇ ਮੇਰੇ ਨਾਲ ਇੱਕ ਲੋਹਰੀਆ ਜੱਟ ਬੈਠਾ ਉਹ ਜਦੋਂ ਪੰਜਾਬੀ ਉਹਨੇ ਬੋਲਣੀ ਨਾ ਜਿਹੜੀ ਤੁਹਾਨੂੰ ਉਹ ਆਪਣਾਪਣ ਫੀਲ ਹੋਣਾ ਜ਼ੁਬਾਨ ਦੀ ਸਾਝ ਬਹੁਤ ਵੱਡੀ ਸਾਝ ਹੁੰਦੀ ਜ਼ੁਬਾਨ ਤੁਸੀਂ ਕਿਸੇ ਆਪਦੀ ਜ਼ੁਬਾਨ ਬੋਲਣ ਵਾਲਾ ਤੁਹਾਨੂੰ ਬੰਦਾ ਮਿਲ ਜਾਂਦਾ ਨਾ ਤੁਹਾਡਾ ਤੁਸੀਂ ਹੌਸਲੇ ਜੋ ਜਾਂਦੇ ਹੋ ਯਾਰ ਵੀ ਆਪਣੇ ਲੋਕ ਨੇ ਤਾਂ ਕਿਤਾ ਤੋਂ ਪੰਜਾਬੀ ਦਾ ਇਹ ਜੀ ਉਥੇ ਵੀ ਬੜਾ ਵਿਤਕਰਾ ਹੈ ਮਾਂ ਬੋਲੀ ਨਾਲ ਪੰਜਾਬੀ ਨਾਲ ਜਿਵੇਂ ਆਪਣੇ ਵੀ ਚੀਜ਼ਾਂ ਹੈਗੀਆਂ ਪਰ ਆਪਣੇ ਨਾਲੋਂ ਜ਼ਿਆਦਾ ਉੱਤੇ ਆ। ਆਪਣੇ ਤਾਂ ਫਿਰ ਸਰਕਾਰ ਕੋਈ ਨਾ ਕੋਈ ਕਦਮ ਚੁੱਕ ਲੈਂਦੀ ਉੱਥੇ ਤਾਂ ਪੰਜਾਬ ਐਸੈਂਬਲੀ ਲਿਖਿਆ ਬਾਹਰ। ਅੱਛਾ ਅੰਦਰ ਉਹ ਤੋਂ ਬੋਲਦੇ ਉੱਥੇ ਪੰਜਾਬੀ ਕੋਈ ਨਹੀਂ ਬੋਲਦਾ। ਬਹੁਤ ਸਾਰੇ ਆਧਾਰ ਇਹਦੇ ਤੇ ਜਿਹੜੇ ਲੋਕ ਪੰਜਾਬੀ ਨੂੰ ਪਿਆਰ ਕਰਨ ਵਾਲੇ ਨੇ ਉਹਨਾਂ 'ਚ ਬੜੇ ਵੱਡੇ ਵੱਡੇ ਨਾਂ ਨੇ ਪਾਜੀ ਨਾਸਰ ਹੁਣੀ ਹੋ ਗਏ ਜੈਬੀ ਹੁਣੀ ਹੋ ਗਏ ਸ਼ਜਾਦ ਜੋਈ ਹੋਣੀ ਬਾਬਾ ਨਜਮੀ ਤੇ ਆਪਣੇ ਹੋਰ ਵੱਡੇ ਕਵੀ ਨੇ। ਕਈ ਉੱਥੇ ਜਿਹੜੇ ਵੇਖ ਮੇਰੀ ਰਿਕਵੈਸਟ ਇਹ ਤੁਹਾਨੂੰ ਪਰਸਨਲੀ ਕਿ ਉਹਨਾਂ ਨੂੰ ਐਟ ਲਿਸਟ ਕਿਹਨਾ ਜੀ ਇਹ ਕੁਝ ਬੰਦੇ ਜਿਹੜੇ ਉਧਰੋਂ ਇਸ ਤਰ੍ਹਾਂ ਨਹੀਂ ਸਖਸ਼ੀਤ ਜਿਹਨਾਂ ਨਾਮ ਲੈ ਹੈ ਨਾ ਉਹਨਾਂ ਨੂੰ ਇੱਕਦਮ ਆਪਾਂ ਰੂਬਰੂ ਵੀ ਕਰੀਏ ਹੌਲੀ ਵੀ ਕਰਕੇ ਮੈਂ ਆਪਾਂ ਲਿਆਵਾਂਗੇ ਵਾਰੀ ਵਾਰੀ ਸਾਰੇ ਸਾਰੇ ਜਾਣਦੇ ਆਪਣੇ ਸਾਰੇ ਦੋਸਤ ਨੇ ਜੀ ਤੇ ਹਜਰਾ ਸਾਹਿਬ ਨਾਲ ਕਰੋ ਗੱਲ ਮੈਂ ਤੁਹਾਨੂੰ ਨੰਬਰ ਦੇ ਕੇ ਜਾਊਂਗਾ ਜੀ ਹਾਂ ਉਹਨਾਂ ਨਾਲ ਇੱਕ ਦਿਨ ਆਪੇ ਟਿਕਾ ਕੇ ਗੱਲਬਾਤ ਹੋ ਜਾ ਕਰੋ ਕਰੋ ਇਹ ਸਾਰੇ ਉਹਨਾਂ ਨੂੰ ਤਾਂ ਖੁਸ਼ੀ ਹੋਊਗੀ ਇਸ ਗੱਲ ਦੀ ਕੋਈ ਪੰਜਾਬੀ ਬਾਹਰ ਐਫਰਟ ਕਰ ਰਿਹਾ ਔਰ ਤੁਹਾਨੂੰ ਬੜੀ ਕਮਾਲ ਦੀ ਨੌਲੇਜ ਮਿਲੂਗੀ ਜੀ ਇਹ ਚੀਜ਼ ਹੈ ਨੇ ਜੀ ਜੀ ਉਹ ਉਹਨਾਂ ਨੂੰ ਉਧਰ ਬੜਾ ਇਹ ਚੱਲਣਾ ਪੈਂਦਾ ਜਿਵੇਂ ਆਪਣੇ ਇੰਡੀਆ ਜਿਹਾ ਕਲਚਰ ਹੈ ਨਾ ਕੋਈ ਗੱਲ ਕਰੇ ਤਰੋਂ ਕਹਿੰਦੇ ਤੂੰ ਪਾਕਤਾਂ ਚੱਲ ਜਾ ਹਾਂ ਇਹ ਇਹ ਗੱਲ ਹੁੰਦੀ ਹੈ ਉਹਨਾਂ ਨੂੰ ਵਿਚਾਰਿਆਂ ਨੂੰ ਵੀ ਇਹ ਚੱਲਣਾ ਪੈਂਦਾ ਉਧਰ ਉਹ ਜਦੋਂ ਜਿਆਦੀ ਗੱਲ ਕਰਦੇ ਤੇ ਜਿਹੜੇ ਉਧਰ ਹੈ ਉਧਰ ਜਿਹੜੇ ਇਹੋ ਜਿਹੇ ਟੱਟੜ ਲੋਕ ਨੇ ਜਿਹੜੇ ਐਕਸਟਰੀਮਿਸਟ ਨੇ ਉਹ ਕਹਿੰਦੇ ਵੀ ਤੂੰ ਚੜ ਦੇ ਪੰਜਾਬ ਚੱਲ ਜਾ ਉਹ ਤੇ ਸਿੱਖਾਂ ਦੀ ਭਾਸ਼ਾ ਪੰਜਾਬੀ ਨੂੰ ਇਹ ਲਾਇਆ ਜਾਂਦਾ ਸਿੱਖਾਂ ਦੀ ਭਾਸ਼ਾ ਤੇ ਮੈਂ ਉੱਥੇ ਇਹੋ ਗੱਲ ਕਰਦਾ ਵੀ ਜੇ ਹੁਣ ਮੈਂ ਇਸ ਗੱਲ ਨੂੰ ਤੁਸੀਂ ਲੌਜੀਕ ਨਾਲ ਵੇਖੋਗੇ ਪਹਿਲੀ ਗੱਲ ਮਜਬੂਨ ਨੂੰ ਜ਼ੁਬਾਨ ਨਾਲ ਜੋੜਨਾ ਹੀ ਗਲ ਜੀ ਹੁਣ ਜੇ ਤੁਸੀਂ ਮਜ਼ਬ ਦੀ ਭਾਸ਼ਾ ਨੂੰ ਆਪਦੀ ਭਾਸ਼ਾ ਸਮਝੋਗੇ ਫਿਰ ਹੁਣ ਸਾਰਾ ਕੁਰਾਨ ਸ਼ਰੀਫ ਜਿਹੜਾ ਪੁਰਾਣੇ ਪਾਕ ਉਹ ਤਾਂ ਲਿਖਿਆ ਆ ਅਰਬੀ ਚ ਫਿਰ ਤਾਂ ਤੁਹਾਡੀ ਜ਼ੁਬਾਨ ਅਰਬੀ ਹੋਈ ਨਾ ਫਿਰ ਉਰਦੂ ਵੀ ਨਹੀਂ ਹੈਗੀ ਉਰਦੂ ਵੀ ਨਹੀਂ ਹੈ ਹਾਂ ਨਾ ਤੇ ਤੁਸੀਂ ਮੈਂ ਵੀ ਉਹ ਮੈਂ ਤੁਹਾਨੂੰ ਜਿਹੜੀ ਭਾਸ਼ਾ ਹੁੰਦੀ ਹੈ ਨਾ ਉਹਦਾ ਜ਼ੁਬਾਨ ਨਾਲ ਕੋਈ ਤੱਲਕ ਨਹੀਂ ਹੁੰਦਾ ਜਿਹੜੀ ਇਹ ਦਿਨ ਮਜ਼ਬ ਨਾਲ ਮਜ਼ਬ ਇੱਕ ਵੱਖਰੀ ਚੀਜ਼ ਆ ਜਿਹੜੀ ਬੋਲੀ ਆ ਵਖਰੇ ਹੁਣ ਜਿਹੜੇ ਆਪਣੇ ਸਿੱਖ ਕਾਬਲੀ ਸਿੱਖ ਨੇ ਤੁਹਾਨੂੰ ਮੈਂ ਦੱਸਦਾ ਜਿਹੜੇ ਅਫਗਾਨਿਸਤਾਨ ਚ ਰਹਿੰਦੇ ਨੇ ਜਿਹੜੇ ਉਪਸਤੋ ਬੋਲਦੇ ਨੇ ਉਹਨੂੰ ਪੰਜਾਬੀ ਨਹੀਂ ਆਉਂਦੀ ਹੈਗੇ ਤੋਂ ਸਿੱਖ ਨੇ ਨਾ ਹਾਂ ਉਹਨਾਂ ਦੀ ਬੋਲੀ ਬੜੀ ਫਰਕ ਆਪਣੇ ਨਾਲੋਂ ਫਰਕ ਨਹੀਂ ਉਹ ਸਿੱਖੇ ਪਛਤੋ ਨੇ ਬਚਪਨ ਤੋਂ ਪਠਾਨ ਵਾਲੀ ਭਾਸ਼ਾ ਬੋਲਦੇ ਪਰ ਉਹਨਾਂ ਦਾ ਜਿਹੜਾ ਬਲੀਫ ਹੈ ਜਿਹੜਾ ਉਹਨਾਂ ਦਾ ਕੀਦਾ ਹੈ ਉਹ ਸਿੱਖ ਧਰਮੀ ਹੈ ਉਹ ਗੁਰੂ ਗ੍ਰੰਥ ਸਾਹਿਬ ਵੀ ਪੜ੍ਹਦੇ ਨੇ ਇਹਨੂੰ ਇਹਨੂੰ ਸਿੱਖਦੇ ਨੇ ਪਰ ਉਹ ਜਿਹੜੀ ਉਹ ਜ਼ੁਬਾਨ ਬੋਲਦੇ ਨੇ ਜਿਹੜਾ ਉਹ ਸਵਾਦ ਉਹਨਾਂ ਨੂੰ ਕੀ ਕਹੀਏ ਵੀ ਉਹ ਤਾਂ ਕਿਉਂਕਿ ਜ਼ੁਬਾਨ ਦਾ ਮਜ਼ਬ ਨਾਲ ਤੱਲਕ ਹੀ ਕੋ ਨਹੀਂ ਪਰ ਪਰ ਜੇ ਤੁਸੀਂ ਇਹ ਵੀ ਗੱਲ ਸੋਚ ਲਓ ਤੇ ਫਿਰ ਮੈਂ ਜੇ ਪੰਜਾਬੀ ਜ਼ੁਬਾਨ ਦੀ ਗੱਲ ਕਰਾਂ ਤੇ ਤੁਸੀਂ ਇੱਕ ਵੇਖੋਗੇ ਜੀ ਜੇ ਇਸ ਹਿਸਾਬ ਨਾਲ ਤੁਸੀਂ ਹੱਕ ਜਤਾਉਂਦੇ ਵੀ ਸਿੱਖਾਂ ਦੀ ਪਾ ਜਾਂਦੇ ਫੇਰ ਲੈਂਦੇ ਪੰਜਾਬ ਦਾ ਪੰਜਾਬੀ ਜ਼ੁਬਾਨ ਤੇ ਜ਼ਿਆਦਾ ਹੱਕ ਆਪਣੇ ਨਾਲ ਸਿੱਖਾਂ ਨਾਲੋਂ ਉਹਨਾਂ ਦਾ ਹੱਕ ਜ਼ਿਆਦਾ ਹੈ ਜੇ ਲੌਜੀਕਲੀ ਸੋਚੋ ਮੈਂ ਇਸ ਗੱਲ ਤੇ ਵਿਸ਼ਵਾਸ ਨਹੀਂ ਕਰਦਾ ਪਰ ਇੱਕ ਗੱਲ ਕਰਦਾ ਮੈਂ ਤੇ ਪਹਿਲਾਂ ਕਹ ਚੁੱਕਿਆ ਵੀ ਜ਼ੁਬਾਨ ਦਾ ਮਜ਼ਬੇ ਨਾਲ ਕੋਈ ਤੱਲਕ ਨਹੀਂ ਹੈਗਾ ਪਰ ਜੇ ਉਹਨਾਂ ਦੇ ਨਜ਼ਰੀਏ ਨਾਲ ਵੇਖਾਂ ਬਾਬਾ ਗੁਲਾਮ ਫਰੀਦ ਵੇਖ ਲਓ ਹਨਾ ਮੁਹੰਮਦ ਬਖਸ਼ ਵੇਖ ਲਓ ਵਰਸ਼ਾ ਦੇਖ ਲੋ ਜਿਨ੍ਹਾਂ ਨੇ ਪੰਜਾਬੀ ਦੀ ਸੇਵਾ ਕੀਤੀ ਸਾਰੇ ਮੁਸਲਮਾਨ ਸੂਫੀ ਸੰਤ ਹੋਏ ਨੇ ਜੇ ਫਿਰ ਤੋਂ ਪੰਜਾਬੀ ਨੂੰ ਤੁਸੀਂ ਜ਼ਿਆਦਾ ਔਨ ਕਰਦੇ ਹੋ ਸਾਡੇ ਕੋਲ ਤੇ ਬਾਬਾ ਨਾਨਕ ਸੀਗਾ ਤੇ ਜਾਂ ਜਿਹੜੇ ਹੁਣ ਸਾਡੇ ਪੁਆਇੰਟ ਨੇ ਵੀ ਜਿਨ੍ਹਾਂ ਨੇ ਪਹਿਲਾਂ ਦਿੱਤੋ ਜਿੰਨੀ ਪੰਜਾਬੀ ਦੀ ਵਰਤੋਂ ਮੁਸਲਮਾਨ ਪੀਰਾਂ ਫਕੀਰਾਂ ਨੇ ਕੀਤੀ ਏ ਤੇ ਪੰਜਾਬੀ ਦੇ ਹੱਕ ਤੇ ਉਹਨਾਂ ਦਾ ਜ਼ਿਆਦਾ ਬਣਦਾ ਜੇ ਤੁਸੀਂ ਐਸ ਲੋਜਿਕ ਨਾਲ ਵੀ ਸੋਚੋਗੇ ਪਰ ਜਿਨ੍ਹਾਂ ਨੂੰ ਦਰਦ ਦਿਓ ਬਹੁਤ ਦੁਖੀ ਨੇ ਉਧਰ ਲੋਕ ਵੀ ਯਾਰ ਜ਼ੁਬਾਨ ਨਾਲ ਵਿਤਕਰਾ ਹੋ ਰਿਹਾ ਸਾਡੀ ਨਾਲ ਸਾਨੂੰ ਸਕੂਲਾਂ ਚ ਪੰਜਾਬੀ ਨਹੀਂ ਪੜਾਈ ਜਾਂਦੀ ਉੱਥੇ अच्छा जी ਤਾਂ ਬਿਲਕੁਲ ਨਹੀਂ ਉਰਦੂ ਹੀ ਪੜਾਇਆ ਜਾਂਦਾ ਉੱਥੇ ਇੱਕ 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 ਇਹ ਸੋਚ ਬਣਾਈ ਗਈ ਵੀ ਜਿਹੜਾ ਪੰਜਾਬੀ ਬੋਲਦਾ ਉਹ ਜਾਹਲ ਆ ਤੇ ਜੇ ਪੰਜਾਬੀ ਫਰਜ਼ੀ ਕਰੋ ਉੱਥੇ ਸਿੱਖਣੀ ਆ ਜਾਂ ਉਹ ਬੜਾ ਔਖਾ ਹੋਣਾ ਫਿਰ ਬੜਾ ਔਖਾ ਉਹ ਜਿਹੜੇ ਲੋਕ ਪਰਾਨੇ ਇੱਕ ਦੂਜੇ ਤੋਂ ਫੈਮਿਲੀ 'ਚ ਸਿੱਖ ਰਹੇ ਆ ਜਿੱਦਾਂ ਆਪਣੇ ਉਰਦੂ ਦਾ ਕਹਿ ਲੋ ਕਿ ਬਾਈ ਆਪਣੇ ਖਾਸ ਕਰਕੇ ਪੰਜਾਬ 'ਚ ਕਹਿ ਲਈ ਕਿ ਵੀ ਜੇ ਕਿਸੇ ਨੂੰ ਉਰਦੂ ਸਿੱਖਣਾ ਹੋਵੇ ਤਾਂ ਬਾਈ ਆਪਾਂ ਨੂੰ ਬੜਾ ਔਖਾ ਹੋ ਜਾਊਗਾ ਔਖਾ ਹੋ ਜੇ ਉਹ ਫੈਮਿਲੀ 'ਚ ਜਿਹਦਾ ਪਰਿਵਾਰ 'ਚ ਪੰਜਾਬੀ ਬੋਲੀ ਜਾਂਦੀ ਉਹ ਗਾਂ ਜਵਾਗ ਬੋਲਦੇ ਨੇ ਜਿਹੜੇ ਨਹੀਂ ਖੜਾ ਛੱਡਿਆ ਤੇ ਜਿਨ੍ਹਾਂ ਨੂੰ ਇਹ ਵਹਿਮ ਪੈ ਗਿਆ ਵੀ ਇਹ ਤਾਂ ਜਾ ਤੁਸੀਂ ਪਾਕਿਸਤਾਨੀ ਪੁਰਾਣੀਆਂ ਪੰਜਾਬੀ ਫਿਲਮਾਂ ਵੇਖੋ ਨਾ ਪੰਜਾਬੀ ਕੀ ਉਹ ਉਹਦੇ ਚ ਵਿਖਾਇਆ ਜਾਂਦਾ ਹੈ ਵੀ ਜਿਹੜਾ ਪੜਿਆ ਲਿਖਿਆ ਬੰਦਾ ਉਰਦੂ ਬੋਲਦਾ ਤੇ ਜਿਹੜੇ ਪਿੰਡਾਂ ਵਾਲੇ ਆ ਉਹ ਪੰਜਾਬੀ ਬੋਲਦੇ ਉਹ ਸ਼ੁਰੂ ਤੋਂ ਇੱਕ ਨੈਰੇਟਿਵ ਸਿਰਜਿਆ ਗਿਆ ਜੀ 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 ਕਰਿਓ ਤੁਸੀਂ ਕੰਟੀਨਿਊ ਕੋਈ ਚੱਕਰ ਨਹੀਂ ਗਿਆ ਅੱਛਾ ਨੈਰੇਟਿਵ ਸਿਰਜਿਆ ਗਿਆ ਤੋ ਉਹ ਇਹ ਆਪਣੇ ਤੋਂ ਪਿੱਛੇ ਚੱਲਦੇ ਆ ਆਪਣੇ ਇੱਕ ਯੁੱਗ ਆਉਂਦਾ ਸੀ ਤੁਹਾਨੂੰ ਪਤਾ ਜਦੋਂ ਆਪਾਂ ਪੰਜਾਬੀ ਫਿਲਮਾਂ ਆਵੰਦੇ ਰਹੇ ਜੇ ਇਕੱਲਾਂ ਟਰਸਟ ਅਗੇ ਨੇ ਸਾਰਿਆਂ ਇਹ ਨਾ ਜਦੋਂ ਇੱਕ ਜੱਟ ਦਾ ਦੌਰ ਆਇਆ ਪੰਜਾਬੀ ਫਿਲਮਾਂ 'ਚ ਤੇ ਉਹ ਤਿੰਗ ਤਿੰਗ ਕੇ ਡਾਇਲੋਗ ਬੋਲਣੇ हां ਜਿੱਦਾਂ ਕਿ ਗਗੂ ਦੇ ਲੋਗ ਰਾਜਾ ਇਹ ਕਾਫੀ ਸੀ ਸਾਰੀ ਪਾਕਿਸਤਾਨੀ ਹੋ ਗਈ ਜਾਂਦੀ ਔਰ ਉਦੋਂ ਪਾਕਿਸਤਾਨ ਦੀ ਜਿਹੜੀ ਫਿਲਮ ਇੰਡਸਟਰੀ ਸੀ ਨਾ ਪੰਜਾਬੀ ਫਿਲਮ ਇੰਡਸਟਰੀ ਖਾਸ ਕਰਕੇ ਬੜੀ ਟੌਪ ਤੇ ਸੀ ਪਾਤੰਦੀਆਂ ਫਿਲਮਾਂ ਬਹੁਤ ਸੁਪਰ ਐਟ ਹੁੰਦੀਆਂ ਨੇ ਪਾਤੰਦੇ ਵੇਚਦੀ ਸਾਡੇ ਯਾਰ ਕਾਫੀ ਤਾਂ ਮਾਰਦੇ ਹੁੰਦੇ ਸੀਗੇ अच्छा इस करके हां वो जेडी फिल्म बनानी वो एक ਉਹਨਾਂ ਦਾ ਐਕਟਰ ਸੀਗਾ ਤੁਸੀਂ ਸੁਣਿਆ ਨਾ ਸੁਲਤਾਨ ਰਾਏ ਹਾਂਜੀ ਉਹਦਾ ਬੜਾ ਵੱਡਾ ਰਿਕਾਰਡ ਹੈ ਬੜੀ 5-600 ਫਿਲਮਾਂ ਨੇ ਬਣਾਈਆਂ ਉੱਪਰ ਤੱਕ ਬੜੇ ਫਿਰ ਐਕਟਰ ਆਏ ਉਹਨਾਂ ਦੇ ਤੇ ਉਹ ਜਿਹੜੀ ਆਪਣੇ ਪੁੱਤ ਜੱਟਾਂ ਦੀ ਫਿਲਮ ਬਣੀ ਪੰਜਾਬ ਤੇ ਇੱਧਰ ਤੇ ਇੱਕ ਹਿੰਦੀ ਫਿਲਮ ਬਣੀ ਜੀਨੇ ਨਹੀਂ ਦਊਗਾ ਪੁੱਤ ਜੱਟਾਂ ਦੇ ਹਾਫ ਕਾਪੀ ਸੀ ਮੋਲਾ ਜੱਟ ਦੀ ਹਮ ਤੇ ਜਿਹੜੀ ਜੀਨੇ ਨਹੀਂ ਦਊਗਾ ਹਿੰਦੀ ਫਿਲਮ ਸੀ ਪੂਰੀ ਕਾਪੀ ਡਿੱਟੋ ਕਾਪੀ ਸੀ ਉਹਦੀ ਅੱਛਾ ਪਾਕਿਸਤਾਨੀ ਮੂਵੀ ਜਿਹੜੀ ਮੋਲਾ ਜੱਟ 1979 ਦੇ ਵਿੱਚ ਸੁਲਤਾਨ ਰਾਏ ਦੀ ਫਿਲਮ ਰਿਲੀਜ਼ ਹੋਈ ਸੀ ਐ ਅੱਛਾ ਜੀ ਉਹਦੀ ਡਿਟੋ ਕਾਪੀ ਆ ਉਹਦੀ ਡਿਟੋ ਕਾਪੀ ਕੀਤੀ ਸੀ ਇਹਨਾਂ ਨੇ ਤੋ ਦੇਖੋ ਇੱਥੇ ਚੱਲ ਗਈ ਤੂੰ ਆ ਪਟਕਾ ਉਹਨਾਂ ਪੂਰਾ ਪਟਕਾ ਤਾਂ ਮੋਲਾ ਜੱਟ ਵੀ ਇਹਨਾਂ ਦੀ ਪਾਕਿਸਤਾਨ ਦੀ ਬਹੁਤ ਸੁਪਰ ਪਾਕਿਸਤਾਨ ਦੀ ਫਿਲਮ ਇੰਡਸਟਰੀ ਜਿਹੜੀ ਆਪਣੀ ਪੰਜਾਬੀ ਫਿਲਮ ਇੰਡਸਟਰੀ ਦੀ ਗੱਲ ਕਰਦਾ ਮੈਂ ਬਾਲੀਵੁੱਡ ਦੀ ਨਹੀਂ ਗੱਲ ਕਰ ਰਿਹਾ ਜਿਹੜੀ ਪਾਕਿਸਤਾਨ ਦੀ ਪੰਜਾਬੀ ਫਿਲਮਾਂ ਸੀ ਨਾ ਜਿਹੜੀ ਚੜਦੇ ਪੰਜਾਬ ਦੀ ਪੰਜਾਬੀ ਫਿਲਮ ਇੰਡਸਟਰੀ ਨਾਲੋਂ ਕਿਤੇ ਤਾਂ ਸੀ ਅੱਛਾ ਬਹੁਤ ਵਾ ਡਾਊਨਰ ਕੋਲ ਐਕਟਰ ਬੜੇ ਕਮਾਲ ਦੇ ਸੀ ਬਹੁਤ ਚੱਲਦਾ ਰਿਹਾ ਪਰ ਉਹ ਗੱਲ ਕੀ ਹੋਈ ਵੀ 2000 ਦੇ ਵਿੱਚੋਂ ਜਦੋਂ ਇੱਕ ਜਨਰੇਸ਼ਨ ਗੈਪ ਆਉਂਦਾ ਨਾ ਤੇ ਉਹ ਆਪਣੇ ਫਿਲਮਾਂ ਨੇ ਚੇਂਜ ਕੀਤਾ ਫਿਰ ਆਪਣੇ ਜਦੋਂ ਭਜਨ ਮਾਨ ਨੇ ਜੀ ਆਇਆਂ ਨੂੰ ਬਣਾਇਆ ਹਾਂਜੀ ਹਾਂਜੀ ਸਾਡੇ ਫਿਲਮਾਂ ਦਾ ਇੱਕ ਟ੍ਰੈਂਡ ਚੇਂਜ ਹੋਇਆ ਵੀ ਜਿਹੜਾ ਉਹ ਜਿਹੜਾ ਕੋਈ ਕਲਚਰ ਸੀ ਗੜਾਸਿਆਂ ਟਕੂਆਂ ਵਾਲਾ ਜਿਹੜਾ ਪਾਕਿਸਤਾਨ 'ਚ ਚੱਲਣਦਿਆ ਦੇਖੋ ਤੁਸੀਂ ਉਹ ਫਿਲਮਾਂ ਮਾਫ ਕਰਨਾ ਤੁਹਾਨੂੰ ਮੈਂ ਟੋਕ ਦਿੱਤਾ ਉਹ ਫਿਲਮਾਂ ਸਕੂਲਾਂ ਦੇ ਵਿੱਚ ਜਾਂ ਕਾਲੀਆਂ ਦੇ ਬੱਚਿਆਂ ਨੂੰ ਲਈ ਆ ਕੇ ਦਿਖਾਣਗਾ ਕਿਉਂਕਿ ਉਹ ਮਤਲਬ ਐਸੀ ਕਿ ਭਈ ਦਿਖਾਓ ਯਾਰ ਕਿ ਉਹ ਕਿ ਨਵੀਂ ਚੀਜ਼ ਕਿੰਨੇ ਚਿਰ ਵਾਲੀ ਹੈ ਉਹ ਜਦੋਂ ਇੰਡੀਆ ਦੇ ਵਿੱਚ ਕੀ ਹੋਇਆ ਜਿਹੜੇ ਆਪਣੇ ਚੜ੍ਹਦੇ ਪੰਜਾਬ ਵਾਲਿਆਂ ਨੇ ਜਿਹਨੂੰ ਪੋਲੀਵੁੱਡ ਕਿਹਾ ਜਾਂਦਾ ਹੂੰ ਉਹ ਉਹਨਾਂ ਕਹਿੰਦੇ ਜਦੋਂ ਉਹਨਾਂ ਨੇ ਇਹ ਕੰਮ ਸ਼ੁਰੂ ਕੀਤਾ ਨਾ ਸਾਡੇ ਉਹ ਫਿਲਮਾਂ ਫਿਰ ਚੱਲ ਗਿਆ ਹਾਂ ਲੋਕਾਂ ਨੇ ਲਾਈਕ ਕੀਤਾ ਵੀ ਕੁਝ ਨਵਾਂ ਉੱਜਿਆ ਨਾਂ ਤੋਂ ਬਾਅਦ ਚਲੋ ਬੜੀਆਂ ਵਧੀਆ ਵਧੀਆ ਪਿੱਛੇ ਪਿੱਛੇ ਪੰਜਾਬੀ ਫਿਲਮਾਂ ਹੋਣਾਂ ਤੱਕ ਬੜੀਆਂ ਵਧੀਆ ਵਧੀਆ ਬਣਦੀਆਂ ਆਂ ਅੰਗਰੇਜ਼ ਆਈ ਸੀ ਰਿਕਾਰਡ ਤੋੜਦੇ ਉਹ ਇੱਕ ਦਾਮ ਜਿੱਚ ਸਟੋਰੀ ਵੀ ਹੈ ਜੀ ਇਹ ਤੁਹਾਨੂੰ ਐਕਟਿੰਗ ਨੂੰ ਇੱਕ ਨੂੰ ਮਿਲਦੀ ਪਰ ਪਾਕਿਸਤਾਨ ਨੇ ਆਏ ਉਹ ਪਾਕਿਸਤਾਨ ਦੀ ਫਿਲਮ ਇੰਡਸਟਰੀ ਹੁਣ ਥੱਲੇ ਲੱਗ ਗਈ ਪੰਜਾਬੀ ਫਿਲਮ ਇੰਡਸਟਰੀ ਤਰ੍ਹਾਂ ਦੀ ਖਾਤਾ ਬੰਦ ਹਾਂ ਜਿੱਦਾਂ ਉਹ ਜਿਹੜੀ ਪਹਿਲੋ ਟੌਪ ਤੇ ਰਹੀ ਵੀ 25 ਸਾਲ ਉਹ ਇੱਕੇ ਦਾਮ ਵੀ ਕਿਹੜੇ ਕਾਰਨ ਬਣੇ ਵੀ ਉਹ ਉੱਠੀ ਨਹੀਂ ਪਾਈ ਉਹਨਾਂ ਨੇ ਉਹ ਖਹਿੜਾ ਨਹੀਂ ਛੱਡਿਆ ਆਪਣੇ ਤਾਂ ਚੇਂਜ ਹੋ ਗਏ ਨਾ ਵੇ ਇਹੋ ਜੀਆਂ ਫਿਲਮਾਂ ਲਿਆਏ ਜਿੱਚ ਜ 2010 ਤੱਕ ਕਰੋਨਾ ਦੀਆਂ ਉਹ ਜਿੰਨਾ ਚਿਰ ਫਿਲਮ ਇੰਡਸਟਰੀ ਡੋਬਣੀ ਨਾ ਗਈ ਉਹਨਾਂ ਖੇੜਾ ਨਹੀਂ ਛੱਡਿਆ ਫਰਮਾਦਾ ਉਹਨਾਂ ਦੇ ਉਹ ਡਾਇਲੌਗ ਲਲਕਾਰੇ ਬਾਰ-ਬਾਰ ਕੇ ਵੀ ਮਤਲਬ ਫਿਲਮਾਂ ਦੇ ਨਾਂ ਵੀ ਮਤਲਬ ਅਛੂ ਲੋਰੀਆ ਅੱਛਾ ਹਾਲੇ ਉਸੇ ਕਰਕੇ ਹੀ ਕੰਮ ਜਿਹੜਾ ਉਹ ਗੜਬੜਾ ਉਹ ਤੁਸੀਂ ਨਾਂ ਹੀ ਪੜੋਗੇ ਤਾਂ ਤੁਹਾਨੂੰ ਪਤਾ ਲੱਗ ਜਾਣਾ ਫਿਲਮਾਂ ਦੇ ਵੀ ਅੰਦਾਜ਼ਾ ਕਿੱਦਾਂ ਦਾ ਹੈ ਅੱਛਾ ਅੱਛਾ ਜੀ ਹਾਂ ਹਾਂ ਅਛੂ ਲੋਰੀਆ ਤੇ ਮੈਂ ਤੇ ਕਈ ਨਾ ਵੀ ਮੈਂ ਮੈਂ ਤਾਂ ਇੱਕ ਦਿਨ ਸਾਰੀ ਲਿਸਟ ਕੱਢਣ ਦੇ ਆ ਮੈਂ ਵੀ ਔਰ ਕੋਈ ਫਿਲਮ ਲਾ ਕੇ ਵੇਖ ਲੋ ਤੁਹਾਨੂੰ ਹਾਸਾ ਜ਼ਰੂਰ ਆਊਗਾ ਐਨਾ ਅਨਪ੍ਰੋਫੈਸ਼ਨਲ ਕੰਮ ਇੱਕ ਉਹਨਾਂ ਦਾ ਐਕਟਰ ਸ਼ਾਨ ਅੱਛਾ ਉਹ 2000 ਤੋਂ ਬਾਅਦ ਆਇਆ ਸੁਲਤਾਨ ਰਾਹੀ ਉਹਨਾਂ ਦਾ ਪਹਿਲਾ ਦੌਰ ਸੀ ਜੀ ਉਹਨੇ ਗੁਰੂ ਨੇ ਨਾ ਪਤਾ ਨਹੀਂ ਕੀ ਸੌਂ ਖਾਧੀ ਸੀ ਅੱਛਾ ਜੀ ਇੱਕ ਤੋਂ ਇੱਕ ਵਾਇਅਦ ਗੋਈ ਬਣਾਈ ਉਹਨਾਂ ਨੇ ਔਰ ਇਸੇ ਕਰਕੇ ਫਿਲਮ ਇੰਡਸਟਰੀ ਸਰਵਾਈਵ ਨਹੀਂ ਕਰ ਪਾਈ ਡੁੱਬ ਗਈਆਂ ਮੂਵੀਆਂ ਤੇ ਤੁਸੀਂ ਦੇਖ ਲਓ ਵੀ ਆਪਣੇ ਕਾਪੀ ਮਾਰ ਕੇ ਚੱਲ ਗਏ ਇਧਰ ਦੇ ਪਾਸੇ ਕਿਤੇ ਤਾਂ ਕਾਪੀ ਮਾਰਨ ਦੀ ਨਵਤ ਸੀਗੀ ਕਿ ਆਰ ਉਹ ਚੀਜ਼ਾਂ ਚਲਾਈਏ ਅਸੀਂ ਹਾਂ ਹਾਂ ਆਪਣੇ ਲਈ ਉਸ ਤੋਂ ਬਾਅਦ ਚੇਂਜ ਕਰ ਲਿਆ ਚੇਂਜ ਕਰ ਲਿਆ ਉਹ ਉੱਥੇ ਦੀ ਉੱਥੇ ਕੰਨੀ ਖੜੀ ਰਹੀ ਕੇ ਆਪਣੇ ਹੁਣ ਤੁਸੀਂ ਵੇਖੋ ਆਪਣੇ ਆਰਟਿਸਟ ਨਹੀਂ ਕੰਮ ਕਰਦੇ ਉਹਨਾਂ ਨਾਲ ਪਰ ਬਾਹਤਾਂ ਦੇ ਆਰਟਿਸਟਾਂ ਨੂੰ ਆਪਣੀਆਂ ਪੰਜਾਬੀ ਫਿਲਮਾਂ 'ਚ ਕੰਮ ਮਿਲਦਾ ਏ ਔਰ ਉਹ ਕੰਮ ਵਧੀਆ ਕਰਦੇ ਇਹ ਨਹੀਂ ਗੱਲ ਏ ਕਿ ਬੜੇ ਕਮਾਲ ਦੇ ਟੈਲੈਂਟਡ ਲੋਕ ਨੇ ਟੈਲੈਂਟ ਦੀ ਘਾਟ ਕੋਈ ਨਹੀਂ ਉੱਧਰ ਜਦੋਂ ਪਿੰਦਰ ਗੈਲ ਹੋਰੀ ਸੀਗੀ ਉਹ ਲੈ ਕੇ ਆਏ ਔਰ ਉਹ ਲੋ ਉਹਨਾਂ ਦਾ ਬੜਾ ਵਧੀਆ ਨਹੀਂ ਤਾਂ ਵਿਚਾਰੇ ਸਟੇਜੀ ਕਲਾਕਾਰ ਸੀ ਸਟੇਜਾਂ ਦੇ ਡਰਾਮੇ ਕਰਦੇ ਫਿਰਦੇ ਨੇ ਹਰ-ਹਰ ਸ਼ਹਿਰਾਂ 'ਚ ਤੇ ਉਹਨਾਂ ਦਾ ਵੀ ਵਧੀਆ ਜਿੱਥੇ ਕਲਾ ਹੈਗੀ ਉਹਦਾ ਕਿਤੇ ਨਾ ਕਿਤੇ ਕਦਰ ਪੈ ਜਾਣੀ ਹਾਂ ਉਹ ਕਦਰ ਪੈਣੀ ਪੈਣੀ ਹੈ ਪਰ ਉਹਨਾਂ ਨੇ ਉਹ ਖਿਹੜਾ ਨਹੀਂ ਛੱਡਿਆ ਮਤਲਬ ਬਿੜੇ ਅੰਗੜੰਕੇ ਡਾਇਲੌਗ ਬੋਲਣੇ ਉਹ 2010 ਤੱਕਰ ਘੋੜੇ ਬਣਾ ਪਹਾਈ ਫਿਰਦੇ ਰਹੇ ਮੈਂ ਕਹਿੰਦਾ ਵੀ 3 ਘੰਟੇ ਦੀ ਫਿਲਮ ਹੁੰਦੀ ਸੀ ਉਹ ਲੋਕੇ ਅੱਜਕੱਲ ਕਹਿੰਦੇ 2 ਘੰਟੇ ਦੀ ਫਿਲਮ ਆਉਂਦੀ ਹੈ ਵੀ ਪਹਿਲਾਂ ਫਿਲਮਾਂ ਲੰਮੀਆਂ ਕਿਉਂ ਤੇ ਕਹੀ ਮੈਂ ਕਹਿੰਦਾ ਨਾ ਵੀ ਫਿਲਮ ਉਹਦੋਂ ਵੀ 2 ਘੰਟੇ ਦੀ ਦੀ ਘੰਟਾ ਵਿੱਚ ਘੋੜੇ ਪਾਈ ਦਿੰਦੇ ਫਿਲਮਾਂ ਜੀ 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 ਨਾ ਉਦੋਂ ਹੀ ਵੇਖਣਾ ਵੀ ਉੱਤੇ ਕੈਮਰਾ ਫਿੱਟ ਕਰ ਛੱਡਣਾ ਤੇ ਮਗਰ ਇਹਨਾਂ ਬੋਰਿੰਗ ਜਿਹਾ ਮਿਊਜ਼ਿਕ ਵਜਾਈ ਜਾਣਾ ਘੋੜਿਆਂ ਨੂੰ ਖਾਲਾਂ ਟਪਾਈ ਜਾਣੀਆਂ ਕਦੀ ਇੱਧਰੋਂ ਆਉਣ ਨੂੰ ਆ ਕੇ ਤੇ ਕਦੀ ਇੱਧਰੋਂ ਆਉਣ ਨੂੰ ਆ ਕੇ ਤੂੰ ਕੁਆਲਿਟੀ ਹੋਣੀ ਚੱਲ ਉਦੋਂ ਦੌਰ ਚ ਚੰਗੀਆਂ ਲੱਗਦੀਆਂ ਇਹ ਚੀਜ਼ਾਂ ਆਪਾਂ ਵੇਂਦੇ ਰਹੇ ਹਾਂ ਬਿਲਕੁਲ ਉਹ ਚੰਗੇ ਲੱਗ ਜਿਹੜਾ ਫਿਲਮ ਦੇ ਅੰਦਰ ਜਿਹੜਾ ਘੋੜੇ ਤੇ ਚੜਿਆ ਆ ਉਹ ਤਾਂ ਐਡਿਟ ਸੀ ਸਾਰਾ ਉਦਾਰਨਾਂ ਜਿਉਂ ਰਿੰਗ ਲੱਗਦਾ ਜਿਹੜਾ ਫਿਲਮ ਵੇਖਣ ਦਾ ਹੈ ਨਾ ਉਹਦਾ ਜੋਰ ਬਹੁਤ ਲੱਗਦਾ ਦਾ ਬਾਹਰ ਬੈਠਣ ਬਿਲਕੁਲ ਗੱਲ ਤੁਹਾਡੀ ਠੀਕ ਹੈ ਜੀ ਇਧਰਲੇ ਪਾਸੇ ਵੀ ਕੋੜਾ ਭੱਜਿਆ ਜਾਂਦਾ ਮੈਂ ਫੈਮ ਵਾਲਾ ਤੇ ਮੈਂ ਬਸ ਇਹ ਆਪਾਂ ਸਮਾਪਤੀ ਕਰੀਏ ਥੋੜਾ ਜਿਆਦਾ ਸਮਾਂ ਹੋ ਗਿਆ ਵੈਸੇ ਕਿਉਂਕਿ ਤੁਹਾਰਾ ਖਬਰ ਸਰਦੀ ਵੀ ਤਿਆਰੀ ਕਰਨੀ ਅੱਗੇ ਜਾ ਕੇ ਤੇ ਵੈਸੇ ਤਾਂ ਗੱਲ ਇਹ ਆ ਵੀ ਤੁਸੀਂ ਸਾਨੂੰ ਕਦੇ ਸ਼ਿਕਵਾ ਜਾਂ ਲੰਬਾ ਕਰੀ ਦਿੱਤਾ ਨਹੀਂ ਕਿ ਯਾਰ ਵੀ ਖਬਰਾਂ ਪਿੱਛੇ ਮੈਨੂੰ ਲੰਬਾ ਆ ਜਾਂਦਾ ਤੁਸੀਂ ਐਡਾ ਟੀਕਾ ਲਾਤਾ ਜਾਂ ਖਬਰਾਂ ਕਰਤੀ ਬਹਿ ਤੁਸੀਂ ਲਾਂਭਾ ਤਾਂ ਕਰੇ ਦਿੱਤਾ ਨਹੀਂ ਸਾਨੂੰ ਇਮਾਨਦਾਰੀ ਨਾਲ ਦੱਸ ਕੈਮਰੇ ਪਿੱਛੇ ਵੀ ਕਦੇ ਨਹੀਂ ਨਹੀਂ ਲਾਂਭਾ ਲਾਂਭਾ ਬਣਿਆ ਆਉਂਦੇ ਕਿੰਨੇ ਕਾਲ ਆ ਮਿਲੂ ਬਿਆ ਆ ਜਾਂਦੇ ਫੋਨ ਨਹੀਂ ਮਾੜੇ ਮੋਟੇ ਆ ਜਾਂਦੇ ਤੇ ਤੂੰ ਸਾਰੀ ਦੁਨੀਆ ਨੂੰ ਖੁਸ਼ ਨਹੀਂ ਆਸ ਕਰ ਸਕਦੇ ਇਹ ਨਹੀਂ ਗੱਲ ਹੁੰਦੀ ਪਰ ਮੇਰੇ ਕੋਲ ਮੈਸੇਜ ਜਿਹੜੇ ਆਉਂਦੇ ਹੁੰਦੇ ਜਿਹੜੇ ਤੇ ਮੈਂ ਮੈਸੇਜ ਪੜ੍ਹ ਕੇ ਹੀ ਮੈਨੂੰ ਪਤਾ ਲੱਗ ਜਾਂਦਾ ਹੁੰਦਾ ਵੀ ਇਹ ਵੈਲ ਜਿਹੜਾ ਵੈਲਿਡ ਮੈਂ ਫਾਰਵਰਡ ਕਰ ਦੇਣਾ ਨਵੇਂ ਟੂ ਨੂੰ ਅੱਛਾ ਜੀ ਹਾਂ ਉਹ ਟੀਮ ਸਾਡੀ ਆ ਜਾਂਦਾ ਟੈਕਨੀਕਲ ਟੀਮ ਪਤਾ ਵੀ ਇਹ ਤੇ ਵਿਚਾਰ ਹੋਣਾ ਚਾਹੀਦਾ ਤੇ ਜੇ ਕੋਈ ਟਾਈਮ ਵੇਸਟ ਕਰਨ ਆਇਆ ਤੇ ਉਹਦਾ ਰਿਪਲਾਈ ਕਰਨ ਦੀ ਆਉਂਦੇ ਨੇ ਬਾਈਕ ਉਹ ਨਿੱਜੀ ਆਉਂਦੇ ਆ ਉਹ ਹਾਂ ਕਈਆਂ ਦਾ ਹੁੰਦਾ ਨਾ ਵੀ ਕੋਈ ਨਿੱਜੀ ਲੋਕੀ ਗੱਲਾਂ ਲੈ ਕੇ ਬਹਿ ਜਾਂਦੇ ਆ ਨਾ ਵੀ ਚੈਨ ਵਾਲਾ ਇੱਕ ਆਦਾਰਾ ਹੈ ਮਹੀਤਾ ਗੱਲ ਵੀ ਹੁਣੇ ਤੁਹਾਡੇ ਕਹਿਣ ਤੇ ਆਪਾਂ ਕਿਸੇ ਦੀ ਖਬਰ ਚਲਾ ਦਿਓ ਕੱਲ ਨੂੰ ਝੂਠੇ ਨਹੀਂ ਘਲਾਵੇ ਤੇ ਜਵਾਬ ਦੇ ਅਸੀਂ ਜਵਾਬ ਦੇ ਅਸੀਂ ਹੁਣ ਇੱਕ ਬੰਦਾ ਦਾਵਾ ਕਰ ਰਿਹਾ ਮੈਸੇਜ ਕਰਕੇ ਵੀ ਆਹ ਕੰਮ ਹੋਇਆ ਤੇ ਆਹ ਬੰਦਾ ਮਾੜਾ ਤੇ ਤੁਸੀਂ ਖਬਰ ਲਾ ਦਿਓ ਐ ਨਹੀਂ ਨਾ ਹੁੰਦਾ ਹੁੰਦਾ ਕੰਮ ਹਾਂ ਉਹ ਬਹੁਤ ਸਾਰੇ ਜੀ ਜਨੇ ਬਾਕੀ ਗੱਲੇ ਕਿ ਚਲੋ ਕਈ ਵਾਰੀ ਹੁੰਦੀ ਹੈ ਕੋਈ ਚੀਜ਼ ਕਿ ਤੁਹਾਨੂੰ ਲੱਗਦਾ ਕਿ ਇਸ ਵਿੱਚ ਤੇ ਗੱਲਬਾਤ ਹੋਣੀ ਚਾਹੀਦੀ ਆ ਬਾਈ ਦੇ ਤੇ ਗੱਲ ਕਰੋ ਜ਼ਰੂਰ ਕਰੋ ਜ਼ਰੂਰ ਤੇ ਧੰਨਵਾਦ ਤੁਹਾਡਾ ਜੀ ਤੇ ਦੁਬਾਰਾ ਆਪਾਂ ਕਿਸੇ ਦਿਨ ਫੇਰ ਜਦੋਂ ਜ਼ਰੂਰ ਜ਼ਰੂਰ ਮਾਨ ਸਾਹਿਬ ਐਨੀ ਟਾਈਮ ਤੇ ਬਾਕੀ ਪਾਕਿਸਤਾਨ ਵਾਲੇ ਜਿਹੜ ਆਈ ਵਰਲਡ ਤੇ ਆਉਣਗੇ ਜੀ ਜੀ ਧੰਨਵਾਦ ਤੁਹਾਡਾ ਸੰਸਾਰ ਸਾਰਾ ਸੋ ਤੁਹਾਡਾ ਵੀ ਸਭ ਦਾ ਧੰਨਵਾਦ ਜੀ ਤਾਂ ਦੁਬਾਰਾ ਫਿਰ ਖਬਰਸਾਰ ਦੇ ਵਿੱਚ ਮਿਲਾਂਗੇ ਤੇ ਇਸ ਤੋਂ ਇਲਾਵਾ ਕੁਝ ਹੋਰ ਨਵੇਂ ਐਪੀਸੋਡ ਵੀ ਲੈ ਕੇ ਆਵਾਂਗੇ ਬਹੁਤ ਬਹੁਤ ਧੰਨਵਾਦ ਸਾਰਿਆਂ ਨੇ ਦੁਬਾਰਾ ਫਿਰ ਤੋਂ ਸਤਿ ਸ੍ਰੀ ਅਕਾਲ